ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ, ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਅਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ, ਜਿਹੜਾ ਕਿ ਰੋਜ਼ ਐਸਕ ਬਾਰੇ ਤੁਸੀਂ ਦੇਖਦੇ ਹੋ, ਅਤੇ ਕੋਸ਼ਿਸ਼ ਸਾਡੀ ਇਹ ਹੁੰਦੀ ਆ ਕਿ ਵੀ ਆਪ ਜੀ ਦਾ ਦਿਲ ਵੀ ਲਾ ਰੱਖੀਏ ਖਬਰਾਂ 'ਤੇ, ਚਲੋ ਚੱਲਦੀਆਂ ਨੇ ਜਾਂ ਮਾੜੀ ਮੋਟੀ ਖਬਰਾਂ ਸਾਨੂੰ ਇੱਥੋਂ ਉੱਧਰੋਂ ਵੀ ਪਤਾ ਲੱਗ ਜਾਂਦੀਆਂ ਨੇ, ਅਸੀਂ ਕਹੀਏ ਵੀ ਅਸੀਂ ਦੱਸਣੀਆਂ ਹੁੰਦੀਆਂ, ਐਸੀ ਕੋਈ ਗੱਲ ਹੈ ਜੀ. ਨਾਲ ਪਰਮਜੀਤ ਸਿੰਘ ਬਾਠੂਰੀ ਨੇ ਕੀ ਹਾਲ ਵਾਰ ਸਾਹਿਬ, ਚੜ੍ਹਦੀ ਕਲਰ ਜੀ ਆਪਣਾ ਸੁਣਾਓ, ਕੀ ਹਾਲ ਚੱਲ ਰਿਹਾ? ਹਾਂ ਬਸ ਠੀਕ ਆ, ਚੱਲੀ ਜਾ ਰਹੀ ਜ਼ਿੰਦਗੀ ਜਿਹੜੀ ਜਾ ਰਹੀ, ਅਤੇ ਕੋਈ ਰਿੜੀ ਜਾਵੇ ਤਾਂ ਚੰਗਾ, ਖੜਨੀ ਨਹੀਂ ਚਾਹੀਦੀ, ਕਿਉਂਕਿ ਜਿਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਭਾਈ ਖੜ ਗਈ ਆ, ਜਾਂ ਜਿਹਨਾਂ ਦੀ ਖੜ ਜਾਂਦੀ ਆ ਉਹਨਾਂ ਲਈ ਮੁਸ਼ਕਲ ਹੋ ਜਾਂਦੀ ਆ. ਇਹਨੇ ਰੇੜੀ ਦੇ ਨਾਲ, ਦੇਖੋ ਮੈਂ ਰੇੜੀ ਨਹੀਂ ਨਾ, ਰੇੜੀ ਗਿਆ ਜੀ, ਰੇੜੀ ਦੇ ਨਾਲ ਕਿਤੇ ਮੂੰਗਫਲੀ ਹੋਵੇ ਸਿਆਲਾਂ ਦੇ ਹਿਸਾਬ ਨਾਲ, ਮੈਂ ਉਹ ਗੱਲ ਕਰਦਾ, ਅਤੇ ਨਾਲ ਕਿਤੇ ਗੱਚਕ ਮਿਲ ਜਾਵੇ ਜੀ, ਫਿਰ ਤੇ ਸੋਨੇ ਦੇ ਉੱਪਰ ਸਵਾਦ ਹੀ ਰਹਿ ਜਾਂਦਾ ਗੇ. ਨਹੀਂ ਗੱਲ ਠੀਕ ਹੈ, ਲੋਹੜੀ ਆਉਣ ਵਾਲੀ ਆ, ਚਟਬੜੇ 'ਚ ਵੀ ਹੁੰਦੇ ਨਾ, ਕੀ ਹੁੰਦੇ ਚਟਬੜੇ, ਚਟਬੜੇ ਵੀ ਹੁੰਦੇ ਆ, ਸਵਾਦ ਤਾਂ ਉਹਨਾਂ ਦਾ ਨਹੀਂ ਹੁੰਦਾ ਪਰ ਮੂੰਹ 'ਚ ਕਈ ਤਰ੍ਹਾਂ ਤੁਰੇ ਫਿਰਦੇ ਰਹਿੰਦੇ ਆ, ਚਿਰਵੜੇ ਫੁੱਲੇ, ਫਿਰ ਉਹਦੀ ਖੀਰ ਮਾਘੀ ਵਾਲੇ ਦਿਨ. ਅਤੇ ਮੈਨੂੰ ਨਹੀਂ ਪਤਾ ਕਿ ਇਹ ਸਾਰੀਆਂ ਚੀਜ਼ਾਂ ਕੌਣ ਕਿੰਨੀਆਂ ਕੁ ਪਸੰਦ ਕਰਦਾ, ਪਰ ਅੱਜ ਕੱਲ੍ਹ ਜਿਹੜੇ ਆ ਵੱਡੇ ਵੱਡੇ ਬਹੁਤ ਸਾਰੀਆਂ ਉਹਨਾਂ ਕੰਪਨੀਆਂ ਦੇ, ਜਿਹੜੀਆਂ ਕੰਪਨੀਆਂ ਸਾਰੀ ਦੁਨੀਆ ਦੇ ਵਿੱਚ ਛਾਈਆਂ ਫਿਰਦੀਆਂ, ਅਤੇ ਜਾ ਕੇ ਬੰਦਾ ਆਪੇ ਹੀ ਕਹਿੰਦਾ ਕਿ ਮੈਂ ਤਾਂ ਜੀ ਹੁਣ ਔਨਲਾਈਨ ਔਡਰ ਕਰ ਲੈਂਦਾ, ਬਾਹਰੋਂ ਐਪ ਤੋਂ ਔਡਰ ਕਰ ਲਈਦਾ, ਅੰਦਰੋਂ ਜਾ ਕੇ ਚੱਕ ਲਈਦਾ, ਜਾਂ ਉਹਨਾਂ ਨੇ ਵੀ ਵੱਡੇ ਵੱਡੇ ਕੰਪਿਊਟਰ ਅੰਦਰ ਜਾ ਕੇ ਲਾਤੇ ਕਿ ਤੁਸੀਂ ਔਡਰ ਇੱਥੇ ਕਰ ਦਿਓ. ਉਹਨਾਂ ਦੇ ਖਾਣੇ ਦਾ ਉਨਾ ਸਵਾਦ ਨਹੀਂ ਆਉਂਦਾ ਜਿੰਨਾ ਇਹਨਾਂ ਚੀਜ਼ਾਂ ਦਾ ਸਵਾਦ ਆਉਂਦਾ, ਕਿਉਂਕਿ ਉਹ ਖਾਣੇ ਜਿਹੜੇ ਆ ਉਹਨਾਂ 'ਚੋਂ ਜਿਹੜੇ ਪਦਾਰਥ ਮਿਲਦੇ ਆ ਉਹ ਰਜਾਈ 'ਚ ਬਹਿ ਕੇ ਨਹੀਂ ਖਾਧੇ ਜਾ ਸਕਦੇ, ਉਹ ਖੇਸੀ ਦੀ ਬੁੱਕਲ ਮਾਰ ਕੇ ਨਹੀਂ ਖਾਧੇ ਜਾ ਸਕਦੇ. ਅਤੇ ਸਭ ਤੋਂ ਵੱਡੀ ਗੱਲ ਕਿ ਆਹ ਜਿਹੜੀਆਂ ਚੀਜ਼ਾਂ ਨੇ, ਚਾਹੇ ਰਿਉੜੀਆਂ ਨੇ, ਚਾਹੇ ਮੂੰਗਫਲੀ ਹੈ, ਚਾਹੇ ਚਿੜਬੜੇ ਨੇ, ਚਾਹੇ ਫੁੱਲੇ ਨੇ, ਇਹ ਜੇ ਤੁਹਾਡੀ ਜੇਬ 'ਚ ਆ ਨਾ, ਤਾਂ ਆਂਢੀ ਗੁਆਂਢੀ ਕੋ ਆ ਗਿਆ, ਸੱਜਣ ਮਿੱਤਰ ਕੋ ਦੋਸਤ ਆ ਗਿਆ, ਤਾਂ ਬੰਦਾ ਕਹਿੰਦਾ ਆਹ ਲੈ ਯਾਰ ਚੱਬ ਤੂੰ ਵੀ, ਪਰ ਜਿਹੜੀ ਚੀਜ਼ ਉੱਥੋਂ ਮਿਲਦੀ ਆ ਰੁਪਈਏ ਵੱਧ ਦੇਣੇ ਪੈਂਦੇ ਆ, ਪਰ ਉਹ ਵੰਡੀ ਨਹੀਂ ਜਾ ਸਕਦੀ. ਇਹ ਨਾ ਤੁਹਾਡੀ ਗੱਲ ਤੋਂ ਇੱਕ ਗੱਲ ਮੇਰੇ ਦਿਮਾਗ 'ਚ ਆਈ, ਮੇਰਾ ਖਿਆਲ ਖੜਕਰ ਸਾਹਿਬ ਜੀ ਕੱਲ੍ਹ ਹੀ ਗੱਲ ਕਰਦੇ ਸੀ, ਉਹ ਕਹਿੰਦੇ ਵੀ ਜਿਹੜਾ ਬੰਦਾ ਆ ਉਹ ਕਦੇ ਇੱਦਾਂ ਦੇ ਨਹੀਂ ਕਿ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵੀ ਜਿਹੜੀਆਂ ਮਲਟੀਨੈਸ਼ਨਲ ਫੂਡ ਚੇਨਸ ਨੇ ਉਹਨਾਂ ਦਾ ਇੱਕੋ ਜਿਹਾ ਬ੍ਰਾਂਡ, ਉਹੋ ਜਿਹਾ ਖਾਣਾ, ਉਹੋ ਜਿਹਾ ਉਹਨਾਂ ਨੂੰ ਵਾਰ ਵਾਰ ਅਡਿਕਸ਼ਨ ਹੋਣੀ, ਹਰੇਕ ਬੰਦੇ ਨੇ ਕਹਿਣਾ ਯਾਰ ਫਲਾਨੇ ਥਾਂ 'ਤੇ ਜਾਈਏ ਉੱਥੋਂ ਫਲਾਨੀ ਚੀਜ਼ ਖਾਈਏ ਜੀ, ਫਲਾਨੀ ਜਗ੍ਹਾ 'ਤੇ ਜਾਈਏ ਉੱਥੋਂ ਫਲਾਨੀ ਚੀਜ਼ ਪੀਏ. ਅਤੇ ਇਹ ਜਿੱਦਾਂ ਆਪਾਂ ਹੁਣ ਜ਼ਿਕਰ ਕੀਤਾ, ਇਹ ਸਾਰੀਆਂ ਲਗਭਗ ਮੌਸਮੀ ਚੀਜ਼ਾਂ ਨੇ, ਵੀ ਸਿਆਲ ਦੀ ਮੂੰਗਫਲੀ, ਮਿਰਚਕ, ਚਿਰਵੇ, ਰਿਉੜੀਆਂ, ਰੋਹ ਦੀ ਖੀਰ. ਪਰ ਜੇ ਤੁਸੀਂ ਇਹਨਾਂ ਥਾਵਾਂ 'ਤੇ ਚਲੇ ਜਾਓ ਤਾਂ ਤੁਸੀਂ ਭਾਵੇਂ 24 ਮਹੀਨੇ 7 ਦਿਨ ਜਿਹੜੀ ਵੀ ਫਲੇਵਰ ਦੀ ਜਿਹੜੀ ਵੀ ਚੀਜ਼ ਜਿਹੜੀ ਤੁਹਾਨੂੰ ਮਿਲ ਜਾਂਦੀ. ਹੁਣ ਉਹਨਾਂ ਦਾ ਇੱਕ ਦਿਮਾਗ 'ਚ ਥੋਟ ਸੀ, ਮੈਨੂੰ ਥੋੜ੍ਹਾ ਥੋੜ੍ਹਾ ਠੀਕ ਲੱਗਿਆ, ਉਹ ਜ਼ਿਆਦਾ ਪਰਿਵਾਰ ਦੇ ਮੈਂਬਰ ਸਹਿਮਤੀ ਦੱਸਣਗੇ ਵੀ ਬੰਦਿਆਂ ਨੂੰ ਦੁਨੀਆ ਭਰ ਦੇ ਵਿੱਚ ਪਰਟੀਕੁਲਰ ਤਰੀਕੇ ਨਾਲ ਕੰਟਰੋਲ ਕਰਨ ਲਈ, ਭਾਵੇਂ ਉਹਨਾਂ ਦੀਆਂ ਫੂਡ ਕ੍ਰੇਵਿੰਗਸ ਦੇ ਹਿਸਾਬ ਨਾਲ ਹੀ ਆਪਾਂ ਕਹਿ ਲਈਏ, ਉਹ ਜਿਹੜੀ ਚੀਜ਼ ਕੀਤੀ ਜਾ ਰਹੀ ਆ ਉਹ ਕਦੇ ਇੱਦਾਂ ਤਾਂ ਨਹੀਂ ਵੀ ਇੱਕ ਤਰ੍ਹਾਂ ਨਾਲ ਫਿਰ ਤੋਂ ਅਣਦਿਸਦੀ ਗੁਲਾਮੀ. ਜਿਹੜਾ ਤੁਸੀਂ ਦੋ ਸ਼ਬਦ ਵਰਤੇ ਪਹਿਲਾਂ ਉਹ ਕਲੀਅਰ ਕਰ ਦਿਓ ਸਾਨੂੰ, ਕਿਉਂਕਿ ਜਿਹੜੇ ਬੰਦੇ ਕਹਿੰਦੇ ਹੁੰਦੇ ਨਾ ਕਿ ਅਸੀਂ ਪੱਠੇ ਵੱਢਦੇ, ਕਈ ਕਹਿੰਦੇ ਅਸੀਂ ਪਰਨੇ 'ਚ ਫੋਨ ਫਸਾ ਲਈਦਾ, ਕੋਈ ਕਹਿੰਦਾ ਜੀ ਮੈਂ ਨਾਲ ਨਾਲ ਆਪਣੀ ਫੈਕਟਰੀ 'ਚ ਕੰਮ ਕਰਦਾ ਹੁੰਦਾ ਅਤੇ ਪਿਛਲੇ ਪਾਸੇ ਲਾ ਲਈਦਾ, ਫੂਡ ਕ੍ਰੇਵਿੰਗਸ ਜਿਹੜਾ ਕਿ ਖੋਹ ਪੈਣੀ. ਫੂਡ ਕ੍ਰੇਵਿੰਗ ਮਤਲਬ ਵੀ ਫਲਾਨੀ ਚੀਜ਼ ਦੀ ਖੋਹ ਪੈਣੀ. ਹਾਂ ਖੋਹ ਪੈਣੀ, ਬਸ ਖਾਸ ਚੀਜ਼ ਦੀ ਖੋਹ ਪੈਣੀ, ਮਤਲਬ ਇਹਨੂੰ ਆਪਾਂ ਇੱਦਾਂ ਕਹਿ ਲਈ ਵੀ ਯਾਰ ਜੀਜਾ ਕਰਦਾ ਇਹ ਫਲਾਨੀ ਚੀਜ਼ ਖਾਈ ਗਈ. ਮੈਨੂੰ ਐਂ ਲੱਗਾ ਕਿ ਕਿਤੇ ਆਪਣੇ ਸੱਜਣਾ ਨੂੰ ਇਹ ਨਾ ਲੱਗੇ ਯਾਰ ਉਹ ਪਤਾ ਨਹੀਂ ਕੀ ਹੁੰਦਾ, ਉਹ ਸਾਨੂੰ ਹੁੰਦਾ ਹੀ ਆ ਸਾਰੇ. ਮਤਲਬ ਇਹ ਵੀ ਜਿੱਦਾਂ ਕਿ ਅਗਲੇ ਬੰਦਾ ਤੁਰੇ ਤੁਰੇ ਜਾਂਦਾ ਕਹਿੰਦਾ ਯਾਰ ਫਲਾਨੀ ਚੀਜ਼ ਹੀ ਖਾਣੀ ਖਾਣੀ, ਜਿੱਦਾਂ ਕੋਈ ਇਹ ਕਹਿ ਦਾ ਵੀ ਯਾਰ ਅੱਜ ਨਾ ਮੈਂ ਹੋਰ ਕੁਛ ਨਹੀਂ, ਕਦੋਂ ਸੰਤਰਾ ਮਿਲ ਜਾਣਾ ਉਹ ਖਾਣੀ ਜੀ, ਕੋਈ ਬੰਦਾ ਆਖਦਾ ਵੀ ਨਹੀਂ ਯਾਰ ਅੱਜ ਬਾਕੀ ਗੱਲਾਂ ਦੀਆਂ ਗੱਲਾਂ ਖੀਰ ਮਿਲ ਜਾਏ ਕਿਤੋਂ ਖਾਣੀ ਉਦਾਂ. ਇਹ ਕਹੋ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਉਹ ਸਾਰੀਆਂ ਚੀਜ਼ਾਂ ਸਾਡੇ 'ਤੇ ਥੋਪ ਦਿੱਤੀਆਂ, ਅਸੀਂ ਗੁਲਾਮ ਬਣ ਗਏ, ਸਾਨੂੰ ਹੁਣ ਐਂ ਲੱਗਦਾ ਕਿ ਭਾਈ ਜੇ ਅਸੀਂ ਉਹ ਚੀਜ਼ਾਂ ਨਾ ਖਾਧੀਆਂ ਜਾਂ ਪਤਾ ਨਹੀਂ ਅਸੀਂ ਅਗਰ ਪਛੜ ਜਾਣਾ ਕਿਤੇ ਪਿੱਛੇ ਰਹਿ ਜਾਣਾ. ਇਹ ਸਿਆਸਤਦਾਨਾਂ ਦੀ ਕੁਰਸੀ ਵਾਂਗੂ ਹੀ ਆ, ਜਿੱਦਾਂ ਸਿਆਸਤਦਾਨਾਂ ਨੂੰ ਲੱਗਦਾ ਹੁੰਦਾ ਕਿ ਐਤਕੀ ਇਲੈਕਸ਼ਨ ਦੇ ਵਿੱਚ ਜੇ ਸਾਨੂੰ ਕੁਰਸੀ ਨਾ ਮਿਲੀ ਤਾਂ ਪਤਾ ਨਹੀਂ ਕਿੱਡਾ ਕੁ ਵੱਡਾ ਨੁਕਸਾਨ ਹੋ ਜਾਣਾ. ਨੁਕਸਾਨ ਇਕੱਲਾ ਉਹਨਾਂ ਦਾ ਹੋਊਗਾ, ਦੇਸ਼ ਦਾ ਤਾਂ ਹੋਣ ਨਹੀਂ ਲੱਗਾ, ਸੂਬੇ ਦਾ ਤਾਂ ਹੋਣ ਨਹੀਂ ਲੱਗਾ. ਤੁਸੀਂ ਇਹ ਦੇਖੋ ਹਾਲਾਤ ਕੀ ਬਣੇ ਪਏ ਆ ਕਾਂਗਰਸ ਪਾਰਟੀ ਦੇ ਅੰਦਰ, ਕਿਉਂਕਿ ਕਾਂਗਰਸ ਪਾਰਟੀ ਨੂੰ ਐਂ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਠੀਕ ਨਹੀਂ ਚੱਲ ਰਹੀ, ਇਹ ਉਹਨਾਂ ਨੂੰ ਲੱਗਦਾ ਹੈ, ਬਾਕੀ ਲੋਕਾਂ ਨੇ ਕਸਮ ਆ. ਅਤੇ ਇਸ ਕਰਕੇ ਉਹਨਾਂ ਨੂੰ ਇਹ ਵੀ ਜਾਪਦਾ ਕਿ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ 'ਚ ਵੋਟਾਂ ਸਾਨੂੰ ਪਾ ਦੇਣੀਆਂ. ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਚਾਹੁੰਦੇ ਆ ਕਿ ਅਸੀਂ ਇਕੱਲੇ ਚੋਣਾਂ ਲੜੀਏ, ਪਰ ਉੱਪਰਲੇ ਪਾਸੇ ਹਾਈਕਮਾਂਡ ਦਾ ਕੰਟਰੋਲ ਵੀ ਹੈ, ਅਨੁਸ਼ਾਸਨ ਦੀ ਇੱਕ ਜਿਹੜੀ ਹੈ ਉਹ ਦਿਖਾ ਦਿੱਤੀ ਜਾਂਦੀ ਹੈ, ਧਾਰ ਵੀ ਕਿ ਭਾਈ ਆ ਅਨੁਸ਼ਾਸਨ ਹੈ, ਇਹਦੇ ਤੁਸੀਂ ਸੱਜੇ ਖੱਬੇ ਨਹੀਂ ਹੋ ਸਕਦੇ. ਉਸ ਕਰਕੇ ਉਹ ਬੜੇ ਦੁਚਿੱਤੀ 'ਚ ਨੇ. ਮੈਂ ਸੋਚਦਾ ਹੁੰਦਾ ਕਿ ਜੇ ਤੁਸੀਂ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਹੁੰਦੇ, ਕਾਸ਼ ਵੱਡੇ ਅਹੁਦੇ ਦੇ ਉੱਤੇ ਹੁੰਦੇ, ਤੁਹਾਡੇ ਸਾਹਮਣੇ ਵੀ ਇਹੀ ਦੁਚਿੱਤੀ ਹੋਣੀ ਸੀ ਕਿ ਜੇ ਤਾਂ ਪੰਜਾਬ ਦੇ ਹਿਸਾਬ ਨਾਲ ਗੱਲ ਕਰੀਏ ਅਤੇ ਕੱਲ੍ਹ ਨੂੰ ਅਗਲੇ ਕੁਰਸੀ ਨਾਲ ਥੱਲੇ ਖਿੱਚਣਾ, ਅਤੇ ਜੇ ਉਹਨਾਂ ਦੇ ਹਿਸਾਬ ਨਾਲ ਗੱਲ ਕਰੀਏ ਫਿਰ ਪੰਜਾਬ ਦੇ ਵਿੱਚ ਸੂਤ ਨਹੀਂ ਆਉਂਦਾ. ਹੁਣ ਤੁਸੀਂ ਦੇਖੋ ਇੰਨੀ ਵੱਡੀ ਦੁਚਿੱਤੀ ਹੈ, ਕਾਂਗਰਸ ਪਾਰਟੀ ਦੇ ਦੋ ਲੀਡਰ
ਉਹ ਜਿੱਦਾਂ ਗੱਲ ਨਹੀਂ ਕਰਦੇ ਹੁੰਦੇ ਆ, ਉਹ ਕਹਿੰਦੇ ਜੀ ਦੇਖੋ ਮੈਂ ਇੱਕ ਗੱਲ ਤਾਂ ਕਿ ਮੈਂ ਹਾਈਕਮਾਂਡ ਦਾ ਸਤਿਕਾਰ ਬਹੁਤ ਕਰਦਾ, ਮੈਂ ਹਾਈਕਮਾਂਡ ਦੇ ਫੈਸਲੇ ਦੇ ਕਦੇ ਖਿਲਾਫ਼ ਨਹੀਂ ਹੁੰਦਾ। ਹਾਈਕਮਾਂਡ ਜੋ ਫੈਸਲਾ ਕਰਦੀ ਹੈ, ਸਿਆਣੇ ਲੋਕ ਨੇ, ਵੱਡੇ ਲੋਕ ਨੇ, ਪੁਰਾਣੇ ਲੋਕ ਨੇ, ਸਮਝਣ ਵਾਲੇ ਲੋਕ ਨੇ, ਅਹੁਦਿਆਂ 'ਤੇ ਬੈਠੇ ਰਹੇ ਲੋਕ ਨੇ, ਉਹ ਠੀਕ ਹੀ ਕਰਨਗੇ ਜੋ ਕਰਨਗੇ। ਪਰ ਉਹ ਕਹਿੰਦੇ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ, ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਗੱਠਜੋੜ ਹੋਵੇ, ਮੈਂ ਬਿਲਕੁਲ ਖਿਲਾਫ਼ ਹਾਂ। ਮੈਂ ਬਾਕੀ ਇਹਦੇ ਹਾਈਕਮਾਂਡ ਤੋਂ ਬਾਹਰ ਨਹੀਂ ਹੈਗਾ, ਪਰ ਜੇ ਕੋਈ ਮੈਨੂੰ ਪੁੱਛੇ ਕਿ ਇਹ ਗੱਠਜੋੜ ਹੋਣਾ ਚਾਹੀਦਾ ਕਿ ਨਹੀਂ, ਪ੍ਰਗਟ ਸਿੰਘ ਹੋਰੀ ਕਹਿੰਦੇ ਕਿ ਬਿਲਕੁਲ ਨਹੀਂ। ਉਹ ਕਹਿੰਦੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਕਿ ਤੁਸੀਂ ਵਿਰੋਧੀ ਧਿਰ 'ਚੋਂ, ਤੁਸੀਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਨੁਕਤਾਚੀਨੀ ਕਰਨੀ ਹੈ। ਅਤੇ ਉਹ ਕਹਿੰਦੇ ਜੇ ਸੱਤਾਧਾਰੀ ਧਿਰ ਦੀ ਨੁਕਤਾਚੀਨੀ ਕਰਨ ਵਾਲੀ ਧਿਰ ਉਹਦੇ ਨਾਲ ਬਰਾਬਰ ਜਾ ਕੇ ਬਹਿ ਜੂਗੀ ਤਾਂ ਫਿਰ ਲੋਕ ਸਾਨੂੰ ਅਸੈਪਟ ਹੀ ਨਹੀਂ ਕਰਦੇ ਨੇ, ਫਿਰ ਲੋਕਾਂ ਨੂੰ ਕੀ ਲੱਗੂਗਾ ਕਿ ਅਸੀਂ ਤਾਂ ਇਹਨਾਂ ਨੂੰ ਅੱਖਾਂ 'ਤੇ ਕੰਨ ਬਣਾ ਕੇ ਸਰਕਾਰ ਦੇ ਅਤੇ ਉੱਥੇ ਵਿਰੋਧੀ ਧਿਰ ਦੇ ਵਿੱਚ ਬਿਠਾਇਆ ਸੀ। ਇਸ ਕਰਕੇ ਕਹਿੰਦੇ ਜਿੱਥੇ ਕੁ ਤੱਕ ਵੈਸੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਲੇ ਗਈ ਹੈ, ਜਿੱਥੋਂ ਤੱਕ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਹੈ ਲੋਕਾਂ ਦੇ ਮਨੋਂ ਜਿੱਦਾਂ ਲੈ ਗਈ ਹੈ, ਬਿਲਕੁਲ ਕਹਿੰਦੇ ਜੀ ਪੂਰੀ ਤਰ੍ਹਾਂ ਨੁਕਸਾਨ ਹੈ ਅਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਿਲਕੁਲ ਨਹੀਂ ਕਰਨਾ ਚਾਹੀਦਾ। ਮੈਂ ਹਾਈਕਮਾਂਡ ਤੋਂ ਬਾਹਰ ਨਹੀਂ ਪਰ ਮੈਂ ਇਸ ਗੱਠਜੋੜ ਦੇ ਪੂਰੀ ਤਰ੍ਹਾਂ ਖਿਲਾਫ਼। ਇਹ ਵੈਸੇ ਮੈਨੂੰ ਲੱਗਦਾ ਕਿ ਪ੍ਰਗਟ ਸਿੰਘ ਹੋਰਾਂ ਨੇ ਜਿਹੜੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਬਹੁਤਾ ਕਰਕੇ ਪੰਜਾਬ ਦੇ ਕਾਂਗਰਸੀ ਲੀਡਰਾਂ ਦੀਆਂ ਭਾਵਨਾਵਾਂ ਇੱਦਾਂ ਦੀਆਂ। ਹੁਣ ਜੇ ਆਪਾਂ ਬਾਕੀ ਲੀਡਰਸ਼ਿਪ ਕਿਸੇ ਨੂੰ ਹੋਰ ਪੁੱਛ ਗਏ ਤਾਂ ਕੋਈ ਇਹ ਥੋੜ੍ਹਾ ਕਹਿਣ ਲੱਗਾ ਵੀ ਮੈਂ ਹਾਈਕਮਾਨ ਤੋਂ ਹੀ ਖਿਲਾਫ਼ ਯਾਰ ਇਹ ਕਹਿਣਾ। ਇਹ ਦੇਖੋ ਜੀ ਹਾਈਕਮਾਨ ਦੇ ਤਾਂ ਆਪਾਂ ਅੰਡਰ ਹੀ ਹਾਂ ਜੀ, ਪਰ ਊਂ ਅਸੀਂ ਨਹੀਂ ਚਾਹੁੰਦੇ ਵੀ ਇਹ ਗੱਠਜੋੜ ਹੋ ਜਾਊ। ਪਰ ਮੈਂ ਇੱਕ ਗੱਲ ਦਾ ਮੋਟਾ ਮੋਟਾ ਹਿਸਾਬ ਲਾਉਂਦਾ ਵਟ ਸਾਹਿਬ, ਉਹ ਇਹ ਆ ਵੀ 500 ਤੋਂ ਵੱਧ ਸੀਟਾਂ, 540 ਸੀਟਾਂ ਲਾ ਲਓ ਜੀ, 539-40 ਸੀਟਾਂ ਦੇ ਵਿੱਚੋਂ ਜੇ 13 ਸੀਟਾਂ ਦੇ ਉੱਪਰ ਗੱਠਜੋੜ ਤੋਂ ਬਾਅਦ ਕੋਈ ਏ ਬੀ ਸੀ ਡੀ ਹੋ ਵੀ ਜਾਵੇ ਤੇ ਬਾਕੀ ਕਿੰਨੀਆਂ ਸੀਟਾਂ ਨੇ ਜੀ ਗੱਠਜੋੜ ਦੇ ਹਿਸਾਬ ਨਾਲ ਉਹਨਾਂ ਦੀ ਸੈਟਿੰਗ ਬਾਰੇ ਤੇ ਦੇਖੀ ਫਰਕ ਪੈਂਦਾ। ਇਹਦਾ ਮਤਲਬ ਇਹ ਮੈਂ ਤਾਂ ਗੱਲ ਕੀਤੀ ਵੀ ਹਾਈਕਮਾਨ ਜਿਹੜੀ ਕਿਤਾਬ ਫਰੋੜ ਕੇ ਦੇਖਦੇ ਆ ਉਹਦੇ ਵਿੱਚ ਜਦੋਂ ਸਵਾਲ ਤੇ ਸਵਾਲ ਦਾ ਅਗਾਂਹ ਜਵਾਬ ਪੜਿਆ ਜਾਣਾ ਉੱਥੇ ਇੱਦਾਂ ਫਿਗਰ ਸਾਹਮਣੇ ਆਉਣੀ ਵੀ 540-40 ਜੀ, ਉਸ ਤੋਂ ਬਾਅਦ ਇੰਨੀਆਂ ਜੀ ਇਸ ਸਟੇਟ 'ਚ, ਇੰਨੀਆਂ ਜੀ ਇਸ ਸਟੇਟ 'ਚ, ਇੰਨੀਆਂ ਉਸ ਦਾ ਪੰਜਾਬ ਦੀ ਵਾਰੀ ਬਹੁਤ ਥੱਲੇ ਜਾਵੇ ਜਿਹਦੇ ਅੱਗੇ ਲਿਖਿਆ ਹੁਣ 13 ਸੀਟਾਂ ਅਤੇ ਅਗਲਾ ਬੰਦਾ ਆਖੇ ਜੀ ਆਪਣਾ ਹਿਸਾਬ ਤਾਂ ਉੱਤੇ ਨਿਬੜ ਗਿਆ ਜਨਾਬ, ਇਹ ਥੱਲੇ ਵਾਲੇ ਦੀ ਕੋਈ ਗੱਲ ਨਹੀਂ, ਕੋਈ ਇਹਦੀ ਗੱਲ ਇਗਨੋਰ ਕਰਦੇ। ਹੁਣ ਆਪਾਂ ਆ ਜਾਈਏ ਕਿ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ 2027 ਜਿਹੜਾ ਆਉਣਾ ਉਦੋਂ ਫਿਰ ਵਿਧਾਨ ਸਭਾ ਦੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਨੂੰ ਚੋਣ ਲੜ ਕੇ ਸਰਕਾਰ ਬਣਾਉਣ ਦਾ ਮੌਕਾ ਮਿਲਣਾ, ਲਗਭਗ ਅੱਧ ਜੇ 'ਚ ਚਲੇ ਜਾਣੀਆਂ ਗੇਮ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਣੀਆਂ। ਹੁਣ ਡਿਸੀਜਨ ਉਹਨਾਂ ਨੇ ਲੈਣਾ ਕਿ ਕੀ ਉਹ ਇਹ ਚਾਹੁੰਦੇ ਆ ਕਿ 2024 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜੋ ਚੋਣਾਂ ਹੋਣੀਆਂ ਉਹਦੇ 'ਚ ਆਪਾਂ ਕਾਂਗਰਸ ਪਾਰਟੀ ਨੂੰ ਬਾਕੀਆਂ ਦੇ ਨਾਲ ਜੋੜ ਕੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਮੇਨ ਕੁਰਸੀ 'ਤੇ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਜੋ 29 ਤੱਕ ਆਪਣਾ ਹਾਲੇ ਮੁੜ ਕੇ ਬਹਿ ਜਾ ਹੋ ਜੀ, ਜਾਂ ਫਿਰ ਉਹਨਾਂ ਨੇ ਇਹ ਕਰਨਾ ਵੀ ਯਾਰ ਜਿੱਥੇ ਆਲਰੇਡੀ ਸਰਕਾਰ ਸਾਡੀ ਬਣਦੀ ਰਹੀ ਆ ਹੁਣ ਅਸੀਂ ਵਿਰੋਧੀ ਧਿਰ ਜਾਂ ਕੱਲ੍ਹ ਨੂੰ ਫਿਰ ਇਲੈਕਸ਼ਨਾਂ 'ਚ ਜਾਣਾ ਅਤੇ ਉੱਥੇ 117 ਸੀਟਾਂ, ਹੁਣ 13 ਤੋਂ ਆਪਾਂ 117 'ਤੇ ਚੱਲੀਏ, 117 ਸੀਟਾਂ 'ਤੇ ਜਾ ਕੇ ਇਕੱਲੇ ਇਕੱਲੇ ਕਾਂਗਰਸੀ ਲੀਡਰ ਨੂੰ ਸਟੇਜ ਤੋਂ ਬੋਲਣ ਦੇ ਲਈ ਕੁਛ ਮਿਲ ਜਾਵੇ, ਕੁਛ ਰਹਿ ਜਾਵੇ, ਉਸ ਚੀਜ਼ ਨੂੰ ਵੇਖਣਾ। ਹੁਣ ਮੇਰਾ ਕੋਲ ਡਿਸੀਜਨ ਤਾਂ ਉਹਨਾਂ ਨੇ ਲੈਣਾ, ਜੇ ਨਹੀਂ ਤਾਂ ਫਿਰ ਜਿੱਦਾਂ ਮੈਂ ਸਟਾਰਟਿੰਗ ਕਰ ਗਈ ਵੀ ਜੋ ਪ੍ਰਗਟ ਸਿੰਘ ਹੋਰਾਂ ਦਾ ਬਿਆਨ ਆ ਬਹੁਤਾ ਕਰਕੇ ਕਾਂਗਰਸੀ ਲੀਡਰਾਂ ਦੇ ਹੀ ਬਿਆਨ। ਰਾਜਾ ਫੜਿੰਗ ਸਾਹਿਬ ਦੇ ਲਈ ਸਥਿਤੀ ਸਭ ਤੋਂ ਔਖੀ ਹੈ, ਹਾਲਾਂਕਿ ਆਪਾਂ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਗਏ ਕਾਂਗਰਸੀ ਲੀਡਰਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਰਾਜਾ ਫੜਿੰਗ ਹੋਰੀ ਸਰਕਾਰ ਨੇ, ਟੈਲੀਫੋਨ ਵੀ ਚੱਕਦੇ ਆ, ਜਿੱਥੇ ਕਹਿੰਦੇ ਆ ਪਹੁੰਚਦੇ ਆ, ਧਰਨੇ ਪ੍ਰਦਰਸ਼ਨਾਂ ਦੇ ਵਿੱਚ ਵੀ ਅੱਗੇ ਆ, ਰੈਲੀਆਂ ਵੀ ਕਰੀ ਜਾਂਦੇ ਆ, ਕਿ ਜਾਣੀ ਆਮ ਕਾਂਗਰਸੀ ਵਰਕਰ ਜਿਹੜਾ ਉਹ ਨਿਰਾਸ਼ ਜਿਹਾ ਨਹੀਂ ਹੈਗਾ ਕਿ ਅਮਰਿੰਦਰ ਸਿੰਘ ਰਾਜਾ ਫੜਿੰਗ ਪ੍ਰਧਾਨ ਨੇ, ਅਤੇ ਉਹ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਮਿਲਦੇ ਆਪਣੇ ਕਾਂਗਰਸੀ ਵਰਕਰਾਂ ਨੂੰ, ਮੈਂ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਦਾ, ਕਾਂਗਰਸ ਦੇ ਵਰਕਰਾਂ ਦੀ ਗੱਲ ਕਰਦਾ, ਉਹਨਾਂ ਨੂੰ ਲੱਗਦਾ ਕਿ ਠੀਕ ਆ ਜਾਨ ਜੀ ਤਾਂ ਪਈ ਹੈ, ਘੱਟੋ ਘੱਟ ਉੱਠ ਕੇ ਬੈਠਣ ਜੋਗੇ ਤਾਂ ਹੋਏ ਆ, ਘੱਟੋ ਘੱਟ ਦਰੀ ਤਾਂ ਵਿਛਦੀ ਹੈ, ਦਰੀ ਦੇ ਉੱਤੇ ਰੌਣਕ ਤਾਂ ਹੁੰਦੀ ਹੈ, ਜੇ ਕੋਈ ਬੰਦਾ ਬੋਲਦਾ ਤਾਂ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਮਰਿਆ ਜਿਹਾ ਬਿਆਨ, ਇੱਕ ਮਰਿਆ ਜਿਹਾ ਭਾਸ਼ਣ ਹੈ, ਉਹਨਾਂ ਨੂੰ ਐਂ ਲੱਗਦਾ ਕਿ ਨਹੀਂ ਬਈ, ਉਹਨਾਂ ਨੂੰ ਰੈਲੀ ਦੇ ਵਿੱਚ ਆ ਕੇ ਬੱਸ ਦੇ ਵਿੱਚ ਉਸੇ ਰੈਲੀ ਤੋਂ ਘਰ ਨੂੰ ਜਾਂਦੇ ਆ, ਗੱਲਾਂ ਕਰਨ ਹੁੰਦੀਆਂ ਚਾਰ ਕੇ ਭਾਈ ਪ੍ਰਧਾਨ ਠੀਕ ਹੋ ਲਿਆ। ਹੁਣ ਰਾਜਾ ਫੜਿੰਗ ਹੋਰੀ ਉਹ ਇੰਨੇ ਜ਼ਿਆਦਾ ਸੰਕਟ ਵਿੱਚ, ਮੈਨੂੰ ਲੱਗਦਾ ਕਿ ਪੋਲੀਟੀਕਲੀ ਸੰਕਟ ਜਿਹੜਾ, ਰੋਜ਼ ਉਹਨਾਂ ਨੇ ਲੋਕਾਂ 'ਚ ਜਾਣਾ, ਰੋਜ਼ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨੀ, ਕਿੱਥੇ ਤਾਂ ਉਹਨਾਂ ਦੇ ਕੋਲੇ 100 ਮਸਲੇ ਆਉਣੇ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਹ ਕਰਦੀ ਹੈ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਆਹ ਕਰਦੀ ਹੈ, ਚਾਹੇ ਇੱਕ ਇੱਕ ਘੰਟਾ ਰੋਜ਼ ਬੋਲਦੇ, ਮੈਂ ਮੁੱਕੇ ਨਹੀਂ ਸੀ ਮੁੱਕਣੇ। ਪਰ ਹੁਣ ਕੀ ਹੋ ਗਿਆ, ਜਦੋਂ ਦਾ ਇੰਡੀਆ ਗੱਠਜੋੜ ਜਿਹਾ ਬਣਿਆ ਨਾ, ਉਦੋਂ ਦਾ ਪੱਤਰਕਾਰ ਹੋਰ ਕੋਈ ਸਵਾਲ ਨਹੀਂ ਕਰਦੇ, ਸਭ ਤੋਂ ਪਹਿਲਾਂ ਇਹੀ ਸਵਾਲ ਕਰਦੇ, ਅੱਛਾ ਫਿਰ ਤੁਸੀਂ ਹੁਣ ਕਾਂਗਰਸ ਪਾਰਟੀ ਵਾਲੇ ਆਮ ਆਦਮੀ ਪਾਰਟੀ ਨਾਲ ਰਲ ਕੇ ਵੋਟਾਂ ਚੋਣਾਂ ਲੜੋਗੇ, ਤੁਸੀਂ ਫਿਰ ਸੀਟ ਸ਼ੇਅਰਿੰਗ ਕਰੋਗੇ। ਹੁਣ ਰਾਜਾ ਫੜਿੰਗ ਹੋਰਾਂ ਨੇ ਕਹਿਤਾ, ਉਹ ਕਹਿੰਦੇ ਜੀ ਦੇਖੋ 13 ਦੀਆਂ 13 ਸੀਟਾਂ 'ਤੇ ਸਾਨੂੰ ਤਿਆਰੀ ਕਰਨ ਨੂੰ ਕਿਹਾ, ਅਸੀਂ ਸਾਰੀਆਂ ਸੀਟਾਂ 'ਤੇ ਤਿਆਰੀ ਕਰ ਰਹੇ ਹਾਂ, ਬਾਕੀ ਹਾਈਕਮਾਂਡ ਦਾ ਜੋ ਫੈਸਲਾ ਹੋਊਗਾ ਉਹਨੂੰ ਅਸੀਂ ਪ੍ਰਵਾਨ ਕਰ ਰਹੇ ਹਾਂ। ਹੁਣ ਰਾਜਾ ਫੜਿੰਗ ਹੋਰੀ ਵਿਚਾਲੇ ਜਿਹਾ ਹੋ ਕੇ ਚੱਲਦੇ ਆ, ਕਿਉਂਕਿ
ਤੇ ਜੇ ਉਹ ਕਹਿਣਗੇ ਨਹੀਂ ਜੀ ਅਸੀਂ ਹਾਈ ਕਮਾਂਡ ਦੀ ਗੱਲ ਨਹੀਂ ਮੰਨਣੀ ਅਸੀਂ ਇਹ ਕਰਨਾ ਉਹ ਗੱਲਾਂ ਗੈਰ ਵਾਜਬ ਜਿਹੀਆਂ ਹੋ ਜਾਂਦੀਆਂ। ਹੁਣ ਤੁਸੀਂ ਹੋਰ ਦੇਖੋ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ, ਬੀਤੇ ਦਿਨੀ ਇੱਕ ਬੈਠਕ ਹੋਈ ਸੀ ਨਾ ਇੰਡੀਆ ਗੱਠਜੋੜ ਦੀ, ਜਿਹਦੇ ਵਿੱਚ ਸਾਰੀਆਂ 28 ਦੀਆਂ 28 ਪਾਰਟੀਆਂ ਇਕੱਠੀਆਂ ਹੋਈਆਂ। ਉਸ ਇੰਡੀਆ ਗੱਠਜੋੜ ਦੀ ਬੈਠਕ ਦੇ ਵਿੱਚ ਸੰਧਾਲੀਆ ਸਾਹਿਬ ਇੱਕ ਅਨਾਊਂਸਮੈਂਟ ਕੀਤੀ ਨਹੀਂ ਗਈ, ਪਰ ਅੰਦਰੋਂ ਖਬਰ ਪਤਾ ਲੱਗੀ ਹੈ। 7-8 ਲੀਡਰਾਂ ਦੀ ਇੱਕ ਕਮੇਟੀ ਬਣਾਤੀ, ਜਾਣੀ ਸਾਰੀ ਉਹਨਾਂ ਦੀ ਡਿਊ ਹੋਵੇ ਅਤੇ ਸਾਨੂੰ ਉਹ ਪਾਸਾ ਅਸੀਂ ਪਹਿਲਾਂ ਚੱਕਦੇ ਹਾਂ ਜਿੱਥੇ ਲੱਗਦਾ ਇੱਥੇ ਗੁੰਝਲ ਪੈ ਜਾਣੀ ਹੈ, ਕਿਉਂਕਿ ਜੇ ਉਹਨੂੰ ਦੋਨੇ ਪਾਸੇ ਖਿੱਚ ਲਈਏ ਫਿਰ ਉਹ ਗੱਠ ਪੀੜੀ ਹੋ ਜਾਂਦੀ ਹੋਰ। ਉੱਥੋਂ ਪਹਿਲਾਂ ਖੋਲੀ ਦੀ ਪਤਾ ਲੱਗਾ ਕਿ 7 ਲੀਡਰਾਂ ਦੀ ਇੱਕ ਕਮੇਟੀ ਬਣਾਤੀ ਹੈ ਉਹਨਾਂ ਸੂਬਿਆਂ ਦੇ ਲਈ ਜਿਨ੍ਹਾਂ ਸੂਬਿਆਂ ਦੇ ਵਿੱਚ ਲੱਗਦਾ ਹੈ ਕਿ ਇੰਡੀਆ ਗੱਠਜੋੜ ਦੀ ਸੀਟਾਂ ਦੀ ਵੰਡ ਔਖੀ ਹੋ। ਫੋਰ ਐਗਜ਼ਾਂਪਲ ਕੇਰਲਾ, ਪੱਛਮੀ ਬੰਗਾਲ, ਪੰਜਾਬ, ਦਿੱਲੀ, ਇਹਨਾਂ ਸਾਰੇ ਯੂਪੀ ਵੀ ਉਹਦੇ ਵਿੱਚ ਆਉਂਦਾ ਹੈ, ਬਿਹਾਰ ਵੀ ਆਉਂਦਾ ਹੈ, 6 ਸੂਬੇ। ਇਹਨਾਂ 6 ਸੂਬਿਆਂ ਦੀਆਂ 200 ਤੋਂ ਵੱਧ ਸੀਟਾਂ ਨੇ, 250 ਦੇ ਕਰੀਬ। ਇਹ 250 ਸੀਟਾਂ ਦੇ ਵਿੱਚੋਂ ਕੌਣ ਕਿੱਥੇ ਇਲੈਕਸ਼ਨ ਲੜੂਗਾ, ਕਿਹਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ, ਬਾਕੀ ਸੀਟਾਂ 'ਤੇ ਕੀ ਹੋਏਗਾ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਬਾਕੀ ਸਾਰੇ ਦੱਸੋ ਜਾਣਾ ਕੰਮ, 1-2 ਸੀਟਾਂ ਦਾ ਫਰਕ ਪਾਉਣਾ, ਮੇਅਰ ਪੀਚਾ ਹੀ ਇੱਥੇ ਫਸਣਾ। ਹੁਣ ਜਿਹੜੀ ਕਮੇਟੀ ਬਣਾਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਹੇਠਲੇ ਪੱਧਰ ਦੇ ਲੀਡਰ ਨਹੀਂ ਲਏ। ਹੁਣ ਤੁਸੀਂ ਅੰਦਾਜ਼ਾ ਲਾਓ ਪੰਜਾਬ ਅਤੇ ਦਿੱਲੀ ਦੀਆਂ ਸੀਟਾਂ ਦੀ ਜਿਹੜੀ ਵੰਡ ਹੈ ਉਹ ਕਿਹਨੇ ਕਿਹਨੇ ਕਰਨੀ ਹੈ, ਕਿਉਂਕਿ ਹੋਰ ਤਾਂ ਕੋਈ ਸਿਆਸੀ ਤਾਂ ਹੈ ਨਹੀਂ। ਉਹਦੇ ਲਈ ਮਲਿਕਾਰਜੁਨ ਖੜਗੇ ਅਤੇ ਅਰਵਿੰਦ ਕੇਜਰੀਵਾਲ ਨੇ, ਇੱਕ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਨੇ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ, ਜਾਣੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ। ਉਹਦੇ ਲਈ ਫੈਸਲਾ ਕਿਹਨੇ ਕਰਨਾ ਕਿ ਕਿੰਨੀਆਂ ਆਮ ਆਦਮੀ ਪਾਰਟੀ ਲੜੂ ਅਤੇ ਕਿੰਨੀਆਂ ਕਾਂਗਰਸ ਪਾਰਟੀ ਲੜੂ, ਉਹ ਫੈਸਲਾ ਨਾ ਤਾਂ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਰਨਾ, ਨਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਰਨਾ, ਨਾ ਨਵਜੋਤ ਸਿੰਘ ਸਿੱਧੂ ਨੇ ਕਰਨਾ, ਨਾ ਭਗਵੰਤ ਸਿੰਘ ਮਾਨ ਨੇ ਕਰਨਾ, ਨਾ ਹਰਪਾਲ ਸਿੰਘ ਚੀਮਾ ਨੇ ਕਰਨਾ, ਨਾ ਪ੍ਰਿੰਸੀਪਲ ਬੁੱਧਰਾਮ ਨੇ ਕਰਨਾ। ਉਹ ਫੈਸਲਾ ਅਰਵਿੰਦ ਕੇਜਰੀਵਾਲ ਅਤੇ ਮਲਿਕਾਰਜੁਨ ਖੜਗੇ ਸਾਹਿਬ ਨੇ ਕਰਨਾ। ਮੈਨੂੰ ਇੱਥੇ ਇੱਕ ਹੋਰ ਗੱਲ ਲੱਗਦੀ ਹੈ, ਕਿਉਂਕਿ ਦੋ ਸੂਬੇ ਕਲੀਅਰ ਕੀਤੇ ਨਾ ਕਿ ਦਿੱਲੀ ਅਤੇ ਪੰਜਾਬ, ਜ਼ਰੂਰੀ ਨਹੀਂ ਹੈ ਕਿ ਪੰਜਾਬ ਦੇ ਵਿੱਚ 13 ਸੀਟਾਂ ਨੇ ਅਤੇ 7 ਕੋਈ ਲੜ ਲੈ, 6 ਕੋਈ ਲੜ ਲੇ, ਸ਼ਾਇਦ ਇੱਦਾਂ ਹੋਵੇ ਹੀ ਨਾ। ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਯਾਰ ਇਸ ਧਿਰ ਨੂੰ ਪੰਜਾਬ ਦੇ ਵਿੱਚ ਇੱਕ ਵੱਧ ਦੇ ਦਿਓ, ਦਿੱਲੀ ਦੇ ਵਿੱਚੋਂ ਇਹਨਾਂ ਨੂੰ ਘੱਟ ਦੇ ਦਿਓ, ਜਾਂ ਦਿੱਲੀ ਦੇ ਵਿੱਚ ਇੱਕ ਇਹਨਾਂ ਨੂੰ ਵੱਧ ਦੇ ਦਿਓ, ਪੰਜਾਬ ਦੇ ਵਿੱਚੋਂ ਇੱਕ ਇਹਨਾਂ ਨੂੰ ਘੱਟ ਦੇ ਦਿਓ। ਸੋ ਸਾਰੀਆਂ ਗਿਣਤੀਆਂ ਮਿਲਤੀਆਂ ਧਰੀਆਂ ਧਰਾਈਆਂ ਰਹਿ ਸਕਦੀਆਂ, ਕਿਉਂਕਿ ਉਹਨਾਂ ਦੋਨਾਂ ਲੀਡਰਾਂ ਨੇ ਕੀ ਦੇਖਣਾ, ਉਹਨਾਂ ਨੇ ਦੇਖਣੀ ਕੇਂਦਰ ਦੀ ਰਾਜਨੀਤੀ, ਉਹਨਾਂ ਨੇ ਦੇਖਣਾ ਕਿ ਅਸੀਂ ਕੇਂਦਰ ਦੀ ਰਾਜਨੀਤੀ ਦੇ ਵਿੱਚ ਕਮਜ਼ੋਰ ਜਾਂ ਮਜ਼ਬੂਤ ਜਿਹੜਾ ਉਹ ਕਿੱਦਾਂ ਹੁੰਦੇ ਹਾਂ। ਸੋ ਮਲਿਕਾਰਜੁਨ ਖੜਗੇ ਅਤੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਵਿੱਚ ਚੁੰਝ ਚਰਚਾ ਹੋਏਗੀ ਅਤੇ ਸੀਟਾਂ ਦੀ ਪਟਾਰੀ ਵੱਢੂਗੀ। ਆਪਾਂ ਜਿਹੜੀ ਖਬਰ ਇਸ ਤੋਂ ਪਹਿਲਾਂ ਕੀਤੀ ਦੋ ਲੀਡਰਾਂ ਦੇ ਬਿਆਨ, ਇਹਦਾ ਮਤਲਬ ਇਹ ਹੋ ਗਿਆ ਵੀ ਜੇ ਆਪਾਂ ਨਿਆਣੇ ਦੇ ਹਿਸਾਬ ਦਾ ਵੇਖੀ ਉਹਦਾ ਨਾ, ਵੀ ਕੋਈ ਸਵਾਲ ਆ ਗਿਆ ਜੀ, ਉਹ ਕਹਿੰਦੇ ਜੀ ਵੀ ਏ ਇਜ਼ ਈਕੁਅਲ ਟੂ ਬੀ, ਯਾਨੀ ਕਿ ਏ ਬੀ ਦੇ ਬਰਾਬਰ ਹੈ ਕਿ ਨਹੀਂ, ਇਹ ਸਮਝਾਓ, ਇਕੁਏਸ਼ਨ ਹੈ। ਸਾਰਾ ਕੁਛ ਇੱਧਰੋਂ ਉੱਧਰੋਂ ਕਰਦਿਆਂ ਕਰਦਿਆਂ ਜਦੋਂ ਆਪਾਂ ਅਖੀਰ ਉਸ ਲਾਈਨ 'ਤੇ ਪਹੁੰਚੇ ਵੀ ਇੱਕ ਕਮੇਟੀ ਬਣੀ, ਉਹਦੇ ਵਿੱਚ ਦੋ ਲੀਡਰ ਨੇ ਕੇਜਰੀਵਾਲ ਸਾਹਿਬ ਅਤੇ ਖੜਗੇ ਸਾਹਿਬ, ਉਸ ਤੋਂ ਬਾਅਦ ਉਹਦੇ ਨਾਲ ਇੱਕ ਐਗਜ਼ਾਮਪਲ ਦੀ ਲਾਈਨ ਥੱਲੇ ਲਿਖੀ ਜਾਂਦੀ, ਇਹ ਦੋਵੇਂ ਲੀਡਰ ਹੀ ਕੇਂਦਰੀ ਹਾਈਕਮਾਨ ਦੇ ਲੀਡਰ ਨੇ, ਕਿਉਂਕਿ ਆਲਰੇਡੀ ਰਾਜਾਂ ਵਾਲੇ ਲੀਡਰ ਕਹਿ ਚੁੱਕੇ ਨੇ ਕਿ ਜੋ ਕੇਂਦਰ ਵਾਲੇ ਲੀਡਰ ਕਰਨਗੇ ਉਹੀ ਮੰਨਿਆ ਜਾਊਗਾ। ਉਹਦੇ ਥੱਲੇ ਅਗਲੇ ਪਾਸੇ ਲੈ ਗਿਆ ਬਰਾਬਰ, ਹੈਂਸ ਪ੍ਰੂਵਡ ਕਿ ਗੱਠਜੋੜ ਹੋ ਸਕਦਾ। ਹੁਣ ਮਤਲਬ ਇਹ ਹੋ ਗਿਆ ਵੀ ਇੱਥੇ ਤਾਂ ਯਾਦ ਆ ਵੀ ਗੱਠਜੋੜ ਹੋ ਸਕਦਾ, ਪਰ ਇੱਕ ਆਪਾਂ ਹੋਰ ਖਬਰ ਇਹਦੇ ਵਿੱਚ ਸਾਂਝੀ ਕਰ ਰਹੇ, ਜਿਹੜੇ ਕਿ ਬਿਆਨ ਮੇਰੇ ਖਿਆਲ ਕਾਫੀ ਮੀਡੀਆ ਚਰਚਾ ਸੀ ਮਮਤਾ ਬੈਨਰਜੀ ਦਾ ਜੀ, ਕਿਉਂਕਿ ਮਮਤਾ ਬੈਨਰਜੀ ਹੋਰਾਂ ਨੇ ਕਾਫੀ ਉਧਰ ਇਤਰਾਜ਼ ਕੀਤਾ ਕਿ ਜਿਹੜੀਆਂ ਵੀ ਆ 4-5 ਸਟੇਟਾਂ ਦੀਆਂ ਇਲੈਕਸ਼ਨਾਂ ਹੋਈਆਂ ਤਾਂ ਉਹਦੇ ਵਿੱਚ ਜਿੱਦਾਂ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਵਧੀਆ ਨਹੀਂ ਰਹੀ, ਉਹਨੇ ਸਰਕਾਰਾਂ ਵੀ ਗਵਾ ਲਈਆਂ, ਹਾਲਾਂਕਿ ਇੱਕ ਤਾਂ ਨਵੇਂ ਸਟੇਟ 'ਚ ਉਹਨਾਂ ਦੀ ਸਰਕਾਰ ਬਣ ਗਈ, ਪਰ ਜਿੱਥੇ ਆਲਰੇਡੀ ਸਰਕਾਰਾਂ ਸੀ ਚੰਗੇ ਵੱਡੇ ਸਟੇਟਾਂ 'ਚ ਉੱਥੋਂ ਗਵਾ ਲਈਆਂ। ਉਹਨਾਂ ਦਾ ਕਹਿਣਾ ਇਹ ਆ ਕਿ ਵੀ ਪੱਛਮੀ ਬੰਗਾਲ ਦੇ ਵਿੱਚ ਕਿਉਂਕਿ ਜੇ ਕਾਂਗਰਸ ਪਾਰਟੀ ਆ ਆਖੇ ਵੀ ਮੈਂ ਬਹੁਤ ਸਾਰੀਆਂ ਸੀਟਾਂ ਲੈਣੀਆਂ, ਇੱਦਾਂ ਦੀ ਗੱਲ ਕੋਈ ਨਹੀਂ, ਸ਼ਾਇਦ 2-3 ਸੀਟਾਂ ਦੇਣ ਦੇ ਹੱਕ 'ਚ ਨੇ ਕਾਂਗਰਸ ਪਾਰਟੀ। ਹੁਣ ਸਵਾਲ ਇਹ ਆ ਵੀ ਕੀ ਕਾਂਗਰਸ ਪਾਰਟੀ ਜਿਹੜੀ ਕਿ ਜੇ ਆਪਾਂ ਆਲਰੇਡੀ ਉਸ ਤੋਂ ਪਿੱਛੇ ਜੇ ਰਹੀਏ ਤਾਂ ਜਿਹੜੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਨੇ ਪੱਛਮੀ ਬੰਗਾਲ ਦੇ ਵਿੱਚ, ਉੱਥੇ ਇੱਕ ਪੂਰੀ ਦੀ ਪੂਰੀ ਧਿਰ ਬਣ ਕੇ ਲੜਦੀ ਰਹੀ ਅਤੇ ਅਚਾਨਕ ਉਹਨਾਂ ਦੀ ਇੱਕ ਭਾਈਵਾਲ ਪਾਰਟੀ ਆਖਿਆ ਵੀ ਤੁਹਾਡੀਆਂ 2-3 ਸੀਟਾਂ ਲੋਕ ਸਭਾ ਦੇ ਹਿਸਾਬ ਨਾਲ, ਅਗਲਿਆਂ ਨੂੰ ਉਹ ਚੀਜ਼ ਕੀ ਹਜ਼ਮ ਹੋਊਗੀ ਕਿ ਨਹੀਂ ਹੋਊਗੀ, ਇਹ ਵੀ ਇੱਕ ਵੱਡਾ ਸਵਾਲ। ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਸ਼ਾਇਦ ਮੇਰਾ ਖਿਆਲ ਉਹ ਅਲਟੀਮੇਟਮ ਹੀ ਦਿੱਤਾ ਵੀ 1 ਜਨਵਰੀ ਦਾ ਕੁਛ ਨਾ ਕੁਛ ਕਰ ਲਓ ਸੀਟਾਂ ਦਾ, ਨਹੀਂ ਤਾਂ ਫਿਰ ਕੁੱਲ ਮਿਲਾ ਕੇ ਫਿਰ ਸਤਿ ਸ਼੍ਰੀ ਅਕਾਲ ਹੀ ਹੈ। ਸੰਧਾਲੀਆ ਸਾਹਿਬ ਡਿਊਟੀ ਉੱਥੇ ਵੀ ਲੱਗ ਗਈ ਹੈ, ਇੱਕ ਬੰਦਾ ਕਾਮਰੇਡਾਂ ਦਾ ਲਿਆ ਗਿਆ, ਇੱਕ ਲੀਡਰ ਕਾਂਗਰਸ ਦੇ ਲੈ ਗਿਆ ਅਤੇ ਤੀਸਰੇ ਮਮਤਾ ਬੈਨਰਜੀ ਨੇ, ਕਿ ਚੌਥਾ ਬੰਦਾ ਵਿੱਚ ਨਹੀਂ ਬਿਠਾਉਣਾ। 28 ਪਾਰਟੀਆਂ ਦੀ ਮੀਟਿੰਗ ਦੇ ਵਿੱਚ ਨਹੀਂ ਆਪਾਂ ਫੈਸਲਾ ਕਰਨਾ, ਇਹ ਤੁਸੀਂ ਤਿੰਨਾਂ ਨੇ ਫੈਸਲਾ ਕਰਨਾ ਕਿ ਤੁਸੀਂ ਇਕੱਲਿਆਂ ਇਕੱਲਿਆਂ ਲੜਨੀ ਹੈ, ਰਲ ਕੇ ਲੜਨੀ ਹੈ, ਜੇ ਰਲ ਕੇ ਲੜਨੀ ਹੈ ਤਾਂ ਸੀਟਾਂ ਕਿੱਧਰਲੇ ਪਾਸੇ ਨਹੀਂ ਜਾਣੀਆਂ। ਇਹੀ ਕੰਮ ਬਿਹਾਰ 'ਚ ਕੀਤਾ, ਕਿਉਂਕਿ ਯੂਪੀ ਦਾ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਕਾਂਗਰਸ ਪਾਰਟੀ 'ਤੇ ਔਖਾ ਬਹੁਤ ਸੀ ਅਤੇ ਉਸ ਮੁੱਦੇ ਦੇ ਉੱਤੇ ਵੀ ਮਲਿਕਾਰਜੁਨ ਖੜਗੇ ਸਾਹਿਬ ਕਹਿੰਦੇ ਜੀ ਮੈਨੂੰ ਦੇ ਦਿਓ ਸੇਵਾ, ਮੈਂ ਅਖਿਲੇਸ਼ ਯਾਦਵ ਨਾਲ ਆਪੇ ਗੱਲ ਕਰ ਲੂੰ, ਅਸੀਂ ਦੋਵੇਂ ਬੰਦੇ ਬੈਠ ਕੇ ਗੱਲ ਕਰ ਲਾਂਗੇ। ਜਾਣੀ ਕਈ ਵਾਰੀ ਹੁੰਦਾ ਨਾ ਕਿ ਭਾਈ ਪੰਚਾਇਤ 'ਤੇ ਕਿੱਧਰੋਂ ਬੈਠੀ ਅਤੇ ਇੱਕ ਉੱਧਰੋਂ ਬੈਠੀ ਹੈ,
ਤੇ ਫਿਰ SHO ਸਾਹਿਬ ਕਹਿੰਦੇ ਆ ਦੋ ਬੰਦੇ ਉਧਰੋਂ ਆ ਜਾਓ, ਦੋ ਉਧਰੋਂ ਆ ਜਾਓ, ਪੰਜਵਾਂ ਮੈਂ ਆ, ਆਪਾਂ ਅੰਦਰ ਬੈਠ ਕੇ ਗੱਲ ਕਰ ਰਹੇ, ਇਹਦਾ ਗੱਲ ਨਹੀਂ ਬਣਨੀ। ਮੈਨੂੰ ਲੱਗਦਾ ਕਿ ਉਹ ਜਿਹੜੇ ਪੰਚਾਇਤੀ ਫੈਸਲੇ ਹੁੰਦੇ ਆ ਇਹ ਇੰਡੀਆ ਗੱਠਜੋੜ ਵਾਲੇ ਉਧਰਲੇ ਪਾਸੇ ਨੂੰ ਜਿਹੜਾ ਉਹ ਚਲੇ ਗਿਆ। ਹੁਣ ਕਿੱਥੇ ਹੋਰ ਸੰਧਾਲੀਆ ਸਭ ਜਿਹੜੀ ਥੋੜ੍ਹੀ ਜਿਹੀ ਧਿਆਨ ਮੰਗਦੀ ਹੈ ਗੱਲ ਕਿ ਕੀ ਮੰਨ ਲਓ ਸੀਟਾਂ ਦਾ ਕੰਮ ਨਿਬੜ ਵੀ ਜਾਂਦਾ ਹੈ, ਮੰਨ ਲਓ ਕੋਈ ਦਿੱਲੀ 'ਚੋਂ ਘੱਟ ਲੈ ਲੈਂਦਾ, ਕੋਈ ਪੰਜਾਬ 'ਚੋਂ ਵੱਧ ਲੈ ਲੈਂਦਾ। ਮੈਂ ਹੁਣ ਸੋਚ ਰਿਹਾ ਸੀ ਕਿ ਹਾਲਾਤ ਕੀ ਹੋਣਗੇ। ਹਾਈਕਮਾਂਡ ਤੋਂ ਨਾ ਤਾਂ ਭਗਵੰਤ ਮਾਨ ਸਾਹਿਬ ਭੱਜਿਆ, ਨਾ ਪ੍ਰਿੰਸੀਪਲ ਬੋਧਰਾਮ, ਨਾ ਬਾਜਵਾ ਸਾਹਿਬ ਨੇ ਭਰੇ ਹੋਏ ਹੋਣ, ਨਾ ਵੜਿੰਗ ਸਾਹਿਬ ਨੇ। ਮੈਂ ਹੁਣ ਸੋਚਦਾ ਸੀ ਕਿ ਜਦੋਂ ਤੱਕ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਜ਼ਮਾਨਤ ਮਿਲ ਜਾਂਦੀ ਹੈ, ਜਦੋਂ ਤੱਕ ਜਿੰਨੇ ਵੀ ਕਾਂਗਰਸੀ ਲੀਡਰ ਜੇ ਭਵਿੰਦਰ ਹੋਰ ਵੀ ਹੈਗਾ ਬਾਹਰ ਆ ਜਾਂਦੇ ਆ, ਕੀ ਸਟੇਜਾਂ ਸਾਂਝੀਆਂ ਹੋਣਗੀਆਂ? ਕੀ ਭਗਵੰਤ ਮਾਨ ਸਾਹਿਬ ਚਰਨਜੀਤ ਸਿੰਘ ਚੰਨੀ ਸਾਹਿਬ ਨਾਲ ਸਟੇਜ ਸਾਂਝੀ ਕਰ ਲੈਣਗੇ? ਕੀ ਮੁੱਖ ਮੰਤਰੀ ਸਾਹਿਬ ਖਹਿਰਾ ਸਾਹਿਬ ਨਾਲ ਸਟੇਜ ਸਾਂਝੀ ਕਰ ਲੈਣਗੇ? ਪ੍ਰਤਾਪ ਸਿੰਘ ਬਾਜਵਾ ਸਾਹਿਬ ਕਿੰਨੇ ਦੋਸ਼ ਲਾਉਂਦੇ ਹੁੰਦੇ ਆ, ਪ੍ਰਗਟ ਸਿੰਘ ਹੋਣਾ ਨਾਲ, ਰਾਜਾ ਵੜਿੰਗ ਸਾਹਿਬ ਨਾਲ ਸਟੇਜਾਂ ਸਾਂਝੀਆਂ ਹੋਣਗੀਆਂ? ਜਾਂ ਜਿੰਨੇ ਵੀ ਕਾਂਗਰਸੀ ਬੰਦੇ ਉਹ ਅੰਦਰ ਰਹਿ ਕੇ ਆਏ ਆ ਪਿਛਲੇ ਸਮੇਂ ਦੇ ਵਿੱਚ, ਜਿਹਨਾਂ 'ਤੇ ਕੇਸ ਹੋਏ ਆ, ਉਹ ਸਾਰੇ ਬੰਦੇ ਉਸ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਸਟੇਜਾਂ ਸਾਂਝੀਆਂ ਕਰ ਲੈਣਗੇ, ਜਿਹਨਾਂ ਦੇ ਉੱਤੇ ਉਹ ਹੁਣ ਤੱਕ ਦੋਸ਼ ਲਾਉਂਦੇ ਆ ਕਿ ਸਾਡੇ ਖਿਲਾਫ਼ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜਾਣੀ ਬਹੁਤ ਔਖਾ ਹੋਊਗਾ ਉਹਨਾਂ ਦੇ ਲਈ ਸਟੇਜਾਂ ਦੇ ਉੱਤੇ ਇਕੱਠੇ ਬਹਿਣਾ ਜਾਂ ਹਾਈਕਮਾਂਡ ਦਾ ਹੁਕਮ ਮੰਨਣਾ। ਅਤੇ ਮੈਨੂੰ ਐਂ ਲੱਗਦਾ ਕਿ ਦੋਨਾਂ ਹੀ ਪਾਰਟੀਆਂ ਦੇ ਵਿੱਚ ਜੇ ਇਹ ਸੀਟ ਸ਼ੇਅਰਿੰਗ ਕਰਦੇ ਆ ਪੰਜਾਬ ਦੇ ਵਿੱਚ ਬਗਾਵਤ ਹੋਊਗੀ। ਨਹੀਂ ਬਗਾਵਤ ਮੈਂ ਤੁਹਾਨੂੰ ਦੱਸਿਆ ਵੀ ਹੋਣੀ ਤਾਂ ਹੈਗੀ ਆ, ਪਰ ਉਹਦੇ ਤੋਂ ਇਲਾਵਾ ਜਿਹੜੀ ਗੱਲ ਬਿਆਨਾਂ ਦੀ ਆ ਗਈ ਵੀ ਯਾਰ ਹਾਈਕਮਾਂ ਤੋਂ ਬਾਹਰ ਜਾਣਾ, ਹੁਣ ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਬਹੁਤ ਨਹੀਂ, ਪਰ ਇਹਦੀ ਗੱਲ ਕਲੀਅਰ ਹੈ ਵੀ ਉਹ ਵੀ ਜਿਹੜਾ ਕੇਜਰੀਵਾਲ ਸਾਹਿਬ ਤੋਂ ਬਾਹਰ ਨੇ ਜੀ, ਕਿਉਂਕਿ ਜਿੰਨੇ ਵੀ ਆਪਾਂ ਲੀਡਰ ਸਾਹਿਬਾਨਾਂ ਦੇ ਕਹਿੰਦੇ ਕੋਈ ਭਾਸ਼ਣ ਸੁਣ ਲਓ ਜਾਂ ਕੋਈ ਪ੍ਰੈਸ ਕਾਨਫਰੰਸ ਸੁਣ ਲਓ ਤੇ ਉਹਦੇ ਵਿੱਚ ਉੱਚੇ ਚਾ ਨਾ ਉਹ ਪਹਿਲਾਂ ਕੇਜਰੀਵਾਲ ਸਾਹਿਬ ਦਾ ਲੈਂਗੇ। ਈਵਨ ਹੁਣ ਤਾਂ ਆਪਾਂ ਪੰਜਾਬ 'ਚ ਰੈਲੀਆਂ ਵੀ ਦੇਖ ਰਹੇ ਹਾਂ ਵੀ ਕੇਜਰੀਵਾਲ ਸਾਹਿਬ ਲਗਭਗ ਹਰੇਕ ਰੈਲੀ 'ਚ ਆਉਂਦੇ ਨੇ। ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਇਹ ਆ ਵੀ ਦੇਖੋ ਜੀ ਅਸੀਂ ਤਾਂ ਵਿਕਾਸ ਉਹਨਾਂ ਦੇ ਕੋਲ ਆਲਰੇਡੀ ਕੰਮ ਕੀਤਾ ਹੋਇਆ, ਅਸੀਂ ਪੰਜਾਬ 'ਚ ਕਰਨਾ ਹੁੰਦਾ, ਇਸ ਕਰਕੇ ਉਹਨੂੰ ਨਾਲ ਰੱਖੀਦਾ, ਸਲਾਹ ਲੈਂਦੀ ਹੈ ਵੀ ਅੰਬਾਰੇ ਦੱਸੋ ਵੀ ਅਸੀਂ ਤੁਹਾਡੇ ਨਾਲੋਂ ਚੰਗਾ ਕਰ ਰਹੇ ਹਾਂ, ਵਧੀਆ ਕਰ ਰਹੇ ਹਾਂ। ਚਲੋ ਢੰਗ ਤਰੀਕਾ ਕੋਈ ਵੀ ਹੋਵੇ, ਹਾਜ਼ਰੀ ਤਾਂ ਹੈ ਨਾ। ਅਤੇ ਜੇ ਆਪਾਂ ਹਾਈਕਮਾਨ ਸ਼ਬਦ ਦੀ ਗੱਲ ਕਰ ਲਈਏ ਤਾਂ ਹਾਈਕਮਾਨ ਕਲਚਰ ਜੇ ਕਾਂਗਰਸ 'ਚ ਅਤੇ ਆਮ ਆਦਮੀ ਪਾਰਟੀ 'ਚ ਵੀ ਹੈਗੀ, ਅਤੇ ਜੇ ਉਹ ਕਹੇ ਵੀ ਹਾਂ ਯਾਰ ਆਪਾਂ ਇਹਨਾਂ ਤੋਂ ਲਾਂਭੇ ਹੋ ਗਏ ਅਤੇ ਹੁਣ ਬਗਾਵਤ ਕਰ ਦੇਣੀ ਆ, ਹੁਣ ਅਸੀਂ ਨਹੀਂ ਖੇਡਦੇ, ਇਹਦੀ ਮੈਨੂੰ ਆਸ ਘੱਟ ਲੱਗਦੀ। ਉਹ ਕੌੜਾ ਘੁੱਟ ਤਾਂ ਕਰਨਾ ਹੀ ਬਣਾ ਜਦੋਂ ਹੋ ਗਿਆ। ਮੈਨੂੰ ਜਿੱਥੇ ਤੱਕ ਲੱਗਦਾ ਬਗਾਵਤ ਹੋਊਗੀ, ਪਰ ਵੱਡੇ ਲੀਡਰ ਨਹੀਂ ਕਰਨਗੇ। ਮੰਨ ਲਓ ਕਿ 6 ਲੋਕ ਸਭਾ ਦੀਆਂ ਸੀਟਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਛੱਡਣੀਆਂ ਪੈਂਦੀਆਂ, ਮੈਂ ਨਹੀਂ ਕਹਿੰਦਾ ਕਿ ਨਹੀਂ ਛੱਡਣੀਆਂ, 6 ਜਾਂ 5, ਉਹਨਾਂ 5 ਸੀਟਾਂ ਤੋਂ ਕੋਈ ਨਾ ਕੋਈ ਇਹਨਾਂ ਦੇ ਦਾਅਵੇਦਾਰ ਹੋਏ ਆ, ਜਿਹਨਾਂ ਨੂੰ 5-5, 7-7 ਸਾਲ ਹੋ ਗਏ ਹੁਣੇ ਲੱਗਿਆ ਨੂੰ, 4 ਪੈਸੇ ਵੀ ਖਰਚ ਹਟੇ ਹੋਣੇ ਆ, ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕਰਦੇ ਹੋਣੇ ਆ, ਅਤੇ ਰੈਲੀਆਂ ਦੇ ਵਿੱਚ ਬੱਸਾਂ ਦੇ ਵਿੱਚ ਬੰਦੇ ਵੀ ਢੋਦੇ ਹੋਣੇ ਆ। ਉਹ ਬੰਦੇ ਫਿਰ ਆਖਰੀ ਮੌਕੇ ਦੇ ਉੱਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਦੇਖ ਸਕਦੇ ਆ, ਜਾਖੜ ਸਾਹਿਬ ਦਾ ਟੈਲੀਫੋਨ ਨੰਬਰ ਬੁਲਾ ਸਕਦੇ ਆ, ਬੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚਾਹੀਦੇ ਆ ਜਿਹਨਾਂ ਬੰਦਿਆਂ ਦਾ ਲੋਕਾਂ ਦੇ ਵਿੱਚ ਆਧਾਰ ਹੈਗਾ। ਇਹ ਹਾਲਤ ਕਾਂਗਰਸ ਪਾਰਟੀ 'ਚ ਹੋਣੇ ਆ, ਇਹੀ ਆਮ ਆਦਮੀ ਪਾਰਟੀ 'ਚ ਹੋਣੇ ਆ। ਸੋ ਕਿਤੇ ਨਾ ਕਿਤੇ ਜੇ 4-4 ਬੰਦੇ ਵੀ ਦੋਨਾਂ ਦੇ ਰਾਹੋਂ ਖਿਸਕੇ ਤਾਂ ਫਿਰ ਸਿਰਲੇਖ ਬਣਦਾ ਹੁੰਦਾ, ਸੁਰਖੀ ਬਣ ਜਾਂਦੀ ਆ ਕਿ ਬਹੁਤ ਵੱਡਾ ਝਟਕਾ ਲੱਗਾ ਇਸ ਲੋਕ ਸਭਾ ਹਲਕੇ ਦੇ ਵਿੱਚ ਇਸ ਪਾਰਟੀ ਨੂੰ, ਸੈਂਕੜੇ ਸਮਰਥਕਾਂ ਅਤੇ ਦਰਜਣਾ ਅਹੁਦੇਦਾਰਾਂ ਸਮੇਤ ਟਿਕਟ ਦੇ ਦਾਅਵੇਦਾਰ ਰੁੱਸ ਕੇ ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਕਈ ਵਾਰੀ 2 ਘੰਟੇ ਦਾ ਵਕਤ ਹੁੰਦਾ ਹੈ ਕਿ ਹੁਣ ਉਸ ਬੱਸ ਦੇ ਵਿੱਚ ਉਤਰੇ ਨੇ, ਜੇ 2 ਘੰਟੇ ਬਾਅਦ ਉਸ ਬੱਸ ਦੇ ਵਿੱਚ ਚੜ੍ਹ ਗਿਆ, ਉੱਥੇ ਸੀਟ ਵੀ ਠੀਕ ਮਿਲੀ ਆ, ਸਮਾਨ ਵੀ ਅਗਲੇ ਨੇ ਉੱਥੇ ਰਖਾਤਾ, ਅਤੇ ਕਹਿੰਦੇ ਵਾਟਰ ਕੂਲਰ ਲੱਗਾ, ਪਾਣੀ ਜਿੰਨਾ ਮਰਜ਼ੀ ਪੀਓ। ਦੀ ਗੱਲ ਠੀਕ ਹੈ ਤੁਹਾਡੀ ਵਾਟ ਸਾਹਿਬ, ਇੱਦਾਂ ਹੋ ਸਕਦਾ ਜੀ, ਪਰ ਮੈਨੂੰ ਲੱਗਦਾ ਵੀ ਪਹਿਲਾਂ ਵਿਅਕਤੀ ਵਿਸ਼ੇਸ਼ ਨੂੰ ਜ਼ਿਆਦਾ ਰੱਖਦੇ ਲੋਕ, ਹੁਣ ਜਦੋਂ ਹੁੰਦੀਆਂ ਮੇਰੇ ਖਿਆਲ ਆਪਾਂ ਬਾਕੀ ਸਟੇਟਾਂ 'ਚ ਵੀ ਗੱਲ ਹੋਣ ਲੱਗ ਪਈ, ਪੰਜਾਬ 'ਚ ਤਾਂ ਆਮ ਹੀ ਹੋਗੀ ਕਿ ਹੁਣ ਵਿਅਕਤੀ ਵਿਸ਼ੇ ਵਿਅਕਤੀ ਵਿਸ਼ੇਸ਼ ਮਾਇਨੇ ਨਹੀਂ ਰੱਖਦਾ। 2022 ਦੀਆਂ ਵਿਧਾਨ ਸਭਾ ਚੋਣਾਂ ਨੇ ਲਗਭਗ ਕਲੀਅਰ ਹੀ ਕਰਤੀ ਗਾਣੀ ਵੀ ਲੋਕਾਂ ਦਾ ਕੀ ਮੂਡ ਆ, ਉਹ ਕਿਹੜੀਆਂ ਖਬਰਾਂ ਤੋਂ ਕਿੰਨੇ ਕੁ ਪ੍ਰਭਾਵਿਤ ਨੇ, ਉਹ ਕਿਵੇਂ ਸਿਆਸਤ ਨੂੰ ਦੇਖਦੇ ਆ। ਹੁਣ ਜੇ ਆਪਾਂ ਇੰਡੀਆ ਗੱਠਜੋੜ ਦੀ ਗੱਲ ਕਰ ਲਈਏ ਤਾਂ ਕਾਂਗਰਸ 'ਤੇ ਜਾਂ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਗੱਲ ਕਿਹੜਾ ਹੋਣੇ ਹੋਣ ਲੱਗੀ, ਲੋਕਾਂ ਨੇ ਆਪਣੇ ਮਨ ਬਣਾ ਲੈਣਾ ਵੀ ਜੇ ਹੋਇਆ ਤਾਂ ਕੀ ਕਰਨਾ, ਜੇ ਨਹੀਂ ਹੁੰਦਾ ਤਾਂ ਕੀ ਕਰਨਾ। ਸੇਮ ਵਿਦ ਕਾਂਗਰਸ ਸੋਰੀ ਬੀਜੇਪੀ ਅਤੇ ਅਕਾਲੀ ਦਲ ਲਾ ਲਓ, ਵੀ ਉਹਨਾਂ ਨੂੰ ਇਹ ਵੀ ਆ ਵੀ ਯਾਰ ਇਹਨਾਂ ਦਾ ਜੇ ਗੱਠਜੋੜ ਹੁੰਦਾ ਤਾਂ ਆਪਾਂ ਕਿਵੇਂ ਖੇਡਣਾ, ਜਿਹਨਾਂ ਦਾ ਗੱਠਜੋੜ ਨਹੀਂ ਹੁੰਦਾ ਤਾਂ ਆਪਾਂ ਕਿਵੇਂ ਖੇਡਣਾ। ਸੋ ਮੈਨੂੰ ਲੱਗਦਾ ਠੀਕ ਹੈ, ਸਿਆਸਤਦਾਨ ਸਿਆਸੀ ਤੌਰ 'ਤੇ ਆਪਣੀ ਪਿੱਚ ਤੈਅ ਕਰ ਲੈਣ, ਅਤੇ ਜਿਹੜੀ ਬੋਲਿੰਗ ਕਰਨੀ ਆ ਲੋਕਾਂ ਨੇ ਜੀ, ਉਹਨਾਂ ਸਪਿਨ ਕਰਨੀ ਆ, ਉਹਨਾਂ ਨੇ ਫਾਸਟ ਬਾਲ ਕਰਨੀ, ਉਹਨਾਂ ਨੇ ਬਾਊਂਸਰ ਮਾਰਨਾ, ਉਹਨੇ ਕੀ ਕਰਨਾ, ਇਹ ਲੋਕਾਂ ਦੇ। ਜੇ ਗੱਠਜੋੜ ਹੋ ਗਿਆ, ਬਗਾਵਤ ਹੋਵੇ ਨਾ ਹੋਵੇ, ਆਪਾਂ ਇੱਕ ਪਾਸੇ ਰੱਖ ਲੈਂਦੇ ਹਾਂ, ਪੌਣੇ 'ਚ ਲਪੇਟ ਕੇ ਪਰਲੇ ਪਾਸੇ ਰੱਖ ਦੇਣ, ਰੋਟੀ ਕੁੜੀ ਰਹਿੰਦੀ ਹੈ ਕਈ ਵਾਰ। ਹੁਣ ਇੱਕ ਪਾਰਟੀ ਨੂੰ ਬਹੁਤ ਫਾਇਦਾ ਹੋਣਾ, ਉਹਨਾਂ ਨੂੰ ਬਿਆਨ ਦੇਣ ਨੂੰ ਥਾਂ ਲੱਗ ਜਾਣਾ, ਅਤੇ ਉਹਨਾਂ ਨੂੰ ਸਿਆਸੀ ਤੌਰ 'ਤੇ ਥੋੜ੍ਹਾ ਜਿਹਾ ਫਾਇਦਾ ਵੀ ਹੋ ਸਕਦਾ, ਉਹਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ। ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਰਜ਼ੀ ਲੀਡਰ ਨੂੰ ਤੁਸੀਂ ਪੁੱਛ ਲਓ, ਉਹ ਕਹਿੰਦੇ ਜੀ ਪੰਜਾਬ ਦੀ ਤਾਂ ਪਾਰਟੀ ਇੱਕ ਹੈ, ਜਿਹਦੇ ਪੰਜਾਬ 'ਚੋਂ ਫੈਸਲੇ ਉਹ
इस करके उन्होंने मनना पिया ये तो मजबूर बंदे ने तो जे गठजोड़ का विरोध नहीं कर सकते पंजाब के किसी हित की कलू गल आ गई तो यह हाईकमांड सामने फिर भी झुक सकते हैं इस करके कोई खेतरी पार्टी है वोटा पंजाब के लोग दूसर पा रहे पता नहीं किन्ने लोग मतलब जिन्होंने वेख्या हो शिकार कि खेडी का जे तुम कहते पिंडा थावान वेख्या हो जो शिकारी शहर आ गए बैठे दे तो उन्होंने पता होंगे भी यार सया खरगोश ला लो जितर पुत्र को फड़ ला जी जंगली सूर वाला तू ला लो उन्होंने कई ना जाते वो लाए होंगे फंदे जी तो फिर उन्होंने वो अपने शिकारी खोते तैयार किया भी जो निकलिया मगर भजा देने वो मतलब ये होंगे भी शहर आके बैठे उन्होंने पता होंगे भी इदा जो होया तो फिर आ करना जी हूँ जो सियासत के हिसाब से आप देखिए तो सियासत के हिसाब न एक गल तो पक्की है भी हम अकाली दल में याद है भी जे ये काबू आ गई शतरंज की चाल होनी भी जे ने फलानी चाल चलती तो समझना राजा गया बिल्कुल ठीक है वह मैं लगता भी इस वक्त शतरंज की चाल आ श्रोमणी अकाली दल भी ला के बैठा टिकटिकी भी एक करा इन्होंने फलाना प्यादा चुक के इधर करता तो सीधी राणी आप इतनी रख लैनी तो उदो बाद राजा टेढ़ा कबड्डी कहते लक ना छी हम लक ना छी बजती लक फड़ी रखी सब हो प्रताप सिंह बाजवा वे लीडर ने जो उन्होंने कहा कि कांग्रेस की हाईकमान एक पछाण जो आप कैप्टन अमरिंदर सिंह होरां नूं 17 चक्के लै आउंदे आ वो पछाण हट गई कैप्टन साहब पौने 5 साल मुख्यमंत्री रहे चिट्ठियां लिखिया बाजवा साहब ने पर खुली बगावत कदे नहीं की कांग्रेस पार्टी की हाईकमान दी नज़रां दे विच जिहड़े चार क लीडर दे पंजाब दे विचों बहुत नंबर आ प्रताप सिंह बाजवा शायद पहले दो च ही आउंदे आ क्योंकि जे हाईकमान कहिंदी आ तो अगे पिछे हो जाते हैं वो कदे भी अहुदे दे लई उन्होंने पार्टी अगे पिछे नहीं की ते पिछले समय दे विच जदों बहुते कांग्रेसी खिडारी विधानसभा दी चोणां दे विच चित हो गए हालांकि भरा उन्हां दा फतेह जंग सिंह बाजवा गप्त कर गया परिवार दे विच भी समस्या खड़ी हुई कई कुछ होया इहदे बावजूद भी प्रताप सिंह बाजवा चोण जित गए विरोधी धिर दे नेता बन गए हुण विरोधी धिर दे नेता बन गए ते उहदे तों बाद भी जदों कोई गलबात हुंदी है ते हाईकमांड को दिल्ली जा कर करके आंदे आ पर हुण तुसीं देखो कि एक पासे प्रताप सिंह बाजवा ने दूजे पासे नवजोत सिंह सिद्धू है सिद्धू साहब की महाराज पिंड वाली जी रैली है 10,000 के आस पास लोग इकट्ठ दसते हैं 8 भी हो सकता 7 भी 11 भी हो सकता हूँ उस इकट्ठ के सिद्धू साहब ने बाजवा साहब का ना नहीं सी लिया कोई ना माड़ी गल की ना चंकी की हालांकि चनी साहब थोड़ा जहा रगड़े गया वो हूँ प्रताप सिंह बाजवा साहब ने कहता से यार कांग्रेस दिया स्टेजा तो बोलो तो सिद्धू साहब तुम उधरले पास क्यों बोलते हो बखरा खड़ा क्यों लाने ये ठीक नहीं है मच्योरिटी दिखाओ तो एक उन्होंने गल कहती 17-18 कि थोड़ी प्रधानगी कांग्रेस 17 सीटा उठा दे आए चलो गल सुनी फिर उन्होंने भी किया कहें जी सिद्धू साहब कहें मैंने सद्दा नहीं दिते कहते मेरे वालों दे दौ सद्दा उन्होंने चलो बाजवा साहब टैलीफोन करके कह देंगे वधिया सी मैनू नहीं पता कांग्रेस पार्टी की प्रक्रिया की है शायद सारे तो टैलीफोन नहीं किए जाते हमने लीडर ने आपे आना होंगे पर चलो जो सिद्धू साहब इदा का सवाल तो कर दौ टैलीफोन जे इन्ने ना बंदा बचता पार्टी के अंदर तो कर देना चाहिए उड़ीक की जा रही थी कि सिद्धू साहब की कहेंगे सिद्धू साहब आप नहीं कुछ भी बोले पर उन्होंने ट्विटर बोलिया उन्होंने एक बार सलाहकार अपने नियुक्त किए एक सज्जन पहला तो उन्होंने 4-5 नुकते लिखे सिद्धू साहब के सोशल मीडिया के उत्ते फिर पेस्ट हुए उदे तो बाद 10 कांग्रेसी लीडर आपो अपने समय के वड्डे लीडर कुछ सबका MLA कुछ हल्कों के इंचार्ज उन्होंने एक सांझी चिट्ठी जी बाजवा साहब वालों वो भी सिद्धू साहब के सोशल मीडिया पेज पर इहदा मतलब कि प्रवानगी दिंदे आ ना जो कुछ भी गल्लां बातां कही गई हुण उहदे विच लिखिया की गया चिट्ठी च वह कहिंदे जी बाजवा साहब गल इदा कि सिद्धू साहब नूं उह तां तुसीं किसे प्रोग्राम दे विच कांग्रेस पार्टी दे प्रोग्राम च सद्दे नहीं उहनां दीआं सेवावां लैणियां नहीं चाहुंदे ते जे नवजोत सिंह सिद्धू होरां ने 7-8 हज़ार बंदे दा इकट्ठ बठिंडे वाले इलाके च करता ते कांग्रेस पार्टी दा प्रचार ही कीता उहनां ने कांग्रेस पार्टी दी दुखोई तां नहीं कीती ते जे अगले बंदे ने प्रचार कर लिया तो फिर ये औखे होने की तो लड़ कोई नहीं सगों तो पिट थापड़नी चाहिए कि बंदा अपने दम के उत्ते बिना किसी का ना लिया बिना थोनू सद्या बिना कोई पार्टी का रुपया खर्चाया सरगर्मी कर गया तो ये औखली कि गल है तो जे 4-5 नुकते होर कांग्रेस की अंदरूनी लड़ाई है ये वधी जाती है संधालिया साहब उस नुकता पता की लिखा गया वह लिखा गया वह कहें जी 17-18 की जी गल की है कि सिद्धू साहब की प्रधानगी हरे वो कहिंदे नवजोत सिंह सिद्धू उदो चाहुंदे सी विधानसभा दीआं चोणां तों पहलां पंजाब पक्षी एजेंडा अगे रखो उजड़ा रेते तों पैसे जां बाकी चीज़ां तों पैसे वो कहिंदे उस एजेंडे नूं अगे रखण दी थां तुसीं चरणजीत सिंह चन्नी होरां दे राहीं एक वर्ग विशेष नूं नाल जोड़न दा पत्ता खेडिया वो कहिंदे 17-18 ते तां आए हो जे नवजोत सिंह सिद्धू दा पंजाब पक्षी एजेंडा अगे रख्या हुंदा तां शायद ना आउंदे दूसरा वो कहिंदे तुसीं किन्ना सरकार दे खिलाफ़ बोलदे हो
ਜੇ ਕੋਈ ਬੰਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਕਾਰ ਦੇ ਖਿਲਾਫ ਬੋਲ ਰਿਹਾ ਤਾਂ ਉਹ ਨਵਜੋਤ ਸਿੰਘ ਸਿੱਧੂ ਹੈ। ਤੁਸੀਂ ਬੋਲੋ ਕਿ ਭਾਈ ਅਗਲੇ ਬੰਦੇ ਨੂੰ ਬੋਲਣ ਦੀ ਲੋੜ ਨਾ ਪਵੇ। ਤੀਸਰੀ ਗੱਲ, ਉਹ ਕਹਿੰਦੇ ਜੇ ਤਾਂ ਨਵਜੋਤ ਸਿੰਘ ਸਿੱਧੂ ਕਿਤੇ ਇਕੱਠ ਕਰਦਾ ਤੇ ਉਹ ਵੱਖਰਾ ਅਖਾੜਾ ਹੋ ਗਿਆ, ਤੇ ਜਦੋਂ ਕਿਤੇ ਹਾਈਕਮਾਂਡ ਕਹਿੰਦੀ ਹੈ ਕਿ ਗੱਠਜੋੜ ਕਰਨਾ ਤੇ ਉਦੋਂ ਤੁਸੀਂ ਵਿਰੋਧ ਕਰਦੇ ਹੋ ਤੇ ਉਹ ਵੱਖਰਾ ਅਖਾੜਾ ਨਹੀਂ ਹੈ। ਹੁਣ ਜਿਸ ਤਰੀਕੇ ਦੇ ਨਾਲ ਦਲੀਲਾਂ ਦੇ ਦੇ ਕੇ ਪਬਲਿਕ ਡੋਮੇਨ ਦੇ ਵਿੱਚ ਸਾਰੀਆਂ ਚੀਜ਼ਾਂ ਆਉਣ ਲੱਗ ਪਈਆਂ, ਇਹ ਕਾਂਗਰਸ ਪਾਰਟੀ ਲਈ ਕੋਈ ਬਹੁਤ ਅਸ਼ੁਭ ਸ਼ਗਨ ਹੈ ਨਹੀਂ। ਵੈਸੇ ਗੌਰ ਸਾਹਿਬ, ਤੁਸੀਂ ਨਹੀਂ ਸੋਚਦੇ ਵੀ ਇਹ ਕੋਈ ਨਵੀਂ ਗੱਲ ਥੋੜ੍ਹਾ ਹੋਈ ਹੈ ਵੀ ਜੇ ਆਪਾਂ ਇਹ ਆਖੀਏ ਵੀ ਹਾਂ ਬਾਜਵਾ ਸਾਹਿਬ ਨੇ ਪਬਲਿਕਲੀ ਇਹ ਗੱਲ ਕਹੀ ਤੇ ਅੱਗੋਂ ਸਿੱਧੂ ਸਾਹਿਬ ਨੇ ਪਬਲਿਕਲੀ ਜਵਾਬ ਦਿੱਤਾ ਜੀ, ਗੱਲ ਤਾਂ ਠੀਕ ਹੈ ਵੀ ਟੈਲੀਫੋਨ ਨਹੀਂ ਕੀਤਾ ਜਾ ਸਕਦਾ, 10 ਅੱਖਰ ਹੀ ਬੁਲਾਉਣੇ ਆ, ਟੂੰ 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 ਕਰਕੇ ਮਿਲਣੇ ਨਾਮ ਬੁਲਾਉਣੇ ਆਹੋ। ਕਈ ਇਹਨਾਂ ਦੇ ਜੇ ਨੰਬਰ ਸੇਵ ਹੋਵੇ ਤੇ ਫਿਰ ਤੇ ਇੱਕੋ ਹੀ ਦੱਬਣਾ ਹੁੰਦਾ ਤੇ ਨਾਲ ਹੀ ਟਰਨ ਟਰਨ ਹੋ ਜਾਣੀ ਤੇ ਗੱਲ ਹੋ ਜਾਣੀ। ਉਹਦਾ ਕਿਸੇ ਨੂੰ ਕੰਨਾਂ ਕਾਨਾਂ ਨੇ ਪਾ ਲੱਗਣਾ ਉਹਨੇ ਕਿੰਨੇ ਕਿਹਨੂੰ ਟੈਲੀਫੋਨ ਕੀਤਾ, ਅਗਲੇ ਨੇ ਟੈਲੀਫੋਨ ਤੇ ਕੀ ਕਿਹਾ। ਹੁਣ ਜੇ ਟੈਲੀਫੋਨ ਵਾਲਾ ਰਾਹ ਨਹੀਂ ਅਪਣਾਉਣਾ ਤੇ ਵਾਇਆ ਮੀਡੀਆ ਗੱਲ ਕਰਨੀ ਹੈ ਜਾਂ ਪਬਲਿਕ ਡੋਮੇਨ 'ਚ ਆ ਵੀ ਗੱਲ ਕਰਨੀ ਹੈ, ਇਹਦਾ ਮਤਲਬ ਇੱਕ ਗੱਲ ਤਾਂ ਪੱਕੀ ਆ ਵੀ ਇਹ ਆਪਸੀ ਗੱਲਬਾਤ ਤੇ ਕਿਤੇ ਹੈ ਨਹੀਂ, ਕੋਈ ਇੱਥੋਂ ਮੰਨੇ ਜਾਂ ਇੱਥੋਂ ਕੋਈ ਮੁਕਲ ਜੇ। ਦੂਜੀ ਗੱਲ ਮੈਂ ਇਹ ਵੀ ਸੋਚਦਾ ਹਾਂ ਕਿ ਜੇ ਮੰਨ ਲਓ ਵੀ ਇਹ ਲੜਾਈ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਤੇ ਹੋ ਸਕਦਾ ਕਿ ਜਿਹੜੀ ਅੱਗ ਲੋਕਾਂ ਨੂੰ ਬੁਰੀ ਲੱਗਦੀ ਆ ਉਹ ਅਜੇ ਪਾਥੀਆਂ ਦੇ ਥੱਲੇ ਹੋਵੇ ਜੀ, ਤੇ ਉਹ ਅੱਗ ਸੀਗੀ ਉਹ ਪ੍ਰਧਾਨਗੀ ਚੇਂਜ ਹੋਣ ਵਾਲੀ। ਕਿਉਂਕਿ ਤੁਸੀਂ ਉਹ ਦੇਖੋ ਵੀ ਜਿਹੜੇ ਇਲਾਕੇ 'ਚ ਜਾ ਕੇ ਸਿੱਧੂ ਸਾਹਿਬ ਨੇ ਇਹ ਇਕੱਠ ਕੀਤਾ ਉਹ ਇਲਾਕਾ ਵੜਿੰਗ ਸਾਹਿਬ ਦਾ, ਉੱਥੋਂ ਵੜਿੰਗ ਸਾਹਿਬ ਦੇ ਪਰਿਵਾਰ ਤੋਂ ਐਤਕੀ ਟਿਕਟ ਦੀ ਵੀ ਚਰਚਾ, ਉਸ ਇਕੱਠ ਤੋਂ ਬਾਅਦ ਵੜਿੰਗ ਸਾਹਿਬ ਦਾ ਬਿਆਨ ਨਹੀਂ ਆਉਂਦਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਬਿਆਨ ਆਉਂਦਾ। ਹੋ ਸਕਦਾ ਲੋਕ ਇਹਨੂੰ ਕੁਛ ਇਹ ਵੀ ਦੇਖਦੇ ਹੋਣ ਵੀ ਉਹਨਾਂ ਨੇ ਆਖਿਆ ਵੀ ਯਾਰ ਜੇ ਮੈਂ ਕਿਹਾ ਤਾਂ ਫਿਰ ਜ਼ਿਆਦਾ ਗੱਲ ਬਣੇ, ਬਾਜਵਾ ਤੋਂ ਹੀ ਕਹੋ ਯਾਰ ਏਦਾਂ ਥੋੜ੍ਹਾ ਚੰਗੇ ਲੱਗੀਦਾ, ਅਤੇ ਹੋ ਸਕਦਾ ਇਹ ਇਸ਼ਾਰਾ ਸਿੱਧੂ ਸਾਹਿਬ ਨੇ ਵੇਖਿਆ ਵੀ ਯਾਰ ਜੇ ਹੁਣ ਮੈਂ ਕਿਹਾ ਤਾਂ ਉਹਨੂੰ ਚੰਗਾ ਮੇਰੇ ਸਾਥੀ ਕਹਿਣ। ਇਹ ਜਿਹੜੀ ਮਤਲਬ ਮੋਢੇ ਤੈਰਾਕੇ 'ਚ ਲਾਉਣ ਵਾਲੀ ਰਣਨੀਤੀ ਆ ਜਾਂ ਰਾਜਨੀਤੀ ਆ, ਇਹ ਵੀ ਲਗਭਗ ਲੋਕਾਂ ਨੂੰ ਸਮਝ ਆਉਣ ਲੱਗ ਪਈ। ਹੁਣ ਇੱਕ ਗੱਲ ਤਾਂ ਪੱਕੀ ਆ ਵੀ ਜੇ ਆਪਾਂ ਕੈਪਟਨ ਸਾਹਿਬ ਦੇ ਵੇਲੇ ਤੋਂ ਪਾਠਕ ਦੀ ਗੱਲ ਕਰ ਲਈਏ ਜਾਂ ਬੀਬੀ ਪਟਲੋਰਾਂ ਦੇ ਵੇਲੇ ਤੋਂ ਪਾਠਕ ਦੀ ਗੱਲ ਕਰ ਲਈਏ, ਹੋਰ ਕਈ ਲੀਡਰ ਨੇ ਤੁਸੀਂ ਦੋਲੂ ਸਾਹਿਬ ਦੀ ਗੱਲ ਕਰ ਲਓ, ਕਈ ਲੀਡਰ ਜਦੋਂ ਵਿੱਚੋਂ ਵਿੱਚੋਂ ਤੜੇਂਗ ਹੋ ਜਾਂਦੇ, ਉਹਨਾਂ ਦੇ ਆਪੋ ਆਪਣੇ ਧੜੇ ਹੁੰਦੇ, ਆਪੋ ਆਪਣੇ ਬਿਆਨ ਆਉਂਦੇ ਆ, ਯਾਰ ਜੇ ਇੰਨੇ ਦਹਾਕਿਆਂ ਤੋਂ ਉਹ ਚੀਜ਼ ਥੋੜ੍ਹੀ ਸੈੱਟ ਹੀ ਨਹੀਂ ਹੋ ਰਹੀ, ਪਤਾ ਨਹੀਂ ਕਿਉਂ ਲੋਕ ਤੁਹਾਨੂੰ ਇੱਕ ਆਪਸ਼ਨ ਦੇ ਤੌਰ ਦੇ ਉੱਪਰ ਦੁਬਾਰਾ ਵੋਟਾਂ ਪਾ ਲੈਂਦੇ ਸੀ। ਹੁਣ ਵੀ ਜੇ ਆਪਾਂ ਇਹ ਨਹੀਂ ਸਮਝ ਰਹੇ ਵੀ ਯਾਰ ਹੁਣ ਲੋਕਾਂ ਕੋਲ ਦੋ ਨਹੀਂ ਤਿੰਨ ਆਪਸ਼ਨਾਂ ਹੋ ਗਈਆਂ, ਅਤੇ ਜੇ ਗੱਠਜੋੜ ਨਹੀਂ ਹੁੰਦਾ ਤਾਂ ਚਾਰ ਆਪਸ਼ਨਾਂ ਨੇ, ਅਤੇ ਜੇ ਆਪਾਂ ਨੂੰ ਇਹ ਲੱਗਦਾ ਵੀ ਇੱਕ ਨੇ ਨਹੀਂ ਜਿਤਾਉਣਗੇ ਅਗਲੀ ਵਾਰ ਸਾਡੀ ਵਾਰੀ ਆ ਜਾਣੀ, ਤਾਂ ਹੁਣ ਇੱਦਾਂ ਨਹੀਂ ਹੈ, ਹੋ ਸਕਦਾ ਇੱਕ ਨੇ ਇੱਕ ਨੂੰ ਜਿਤਾਇਆ ਅਗਲੀ ਵਾਰ ਕਿਸੇ ਹੋਰ ਨੂੰ ਚਾਹੁਣ, ਫਿਰ ਹੋਰ ਨੂੰ ਜਿਤਾਉਣ, ਅਤੇ ਜੇ ਇਹੀ ਕੰਮ ਚੱਲਦਾ ਰਿਹਾ ਤਾਂ 15 ਸਾਲੀ ਵਾਰੀ ਆਉਣੀ ਇੱਕ ਤਰ੍ਹਾਂ ਨਾਲ, ਇਹ ਇੱਦਾਂ ਹੀ ਹੈ। ਅਤੇ ਫਿਰ ਜੇ ਅਜੇ ਵੀ ਆਪਾਂ ਨੂੰ ਇਹ ਨਹੀਂ ਸਮਝ ਆ ਰਹੀ ਗੱਲਬਾਤ, ਤਾਂ ਫਿਰ ਤਾਂ ਭਾਈ ਸਾਹਿਬ ਰੱਬ ਹੀ ਰਾਖਾ। ਸਰਦਾਰੀਆ ਸਾਹਿਬ ਹੁਣ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਤੁਰਦੇ ਹਾਂ, ਕੇਜਰੀਵਾਲ ਸਾਹਿਬ ਨੂੰ ਸੱਦਾ ਮਿਲਿਆ ਹੋਇਆ ਕਿ ਤੁਸੀਂ ਆਓ, ਜਾਂਦੇ ਆ ਨਹੀਂ ਜਾਂਦੇ, ਜੇ ਜਾਂਦੇ ਆ ਮੁੜਦੇ ਆ ਜਾਂ ਅਗਲੇ ਕਹਿੰਦੇ ਕਿ ਰਹਿ ਲਓ ਥੋੜ੍ਹੇ ਦਿਨ, ਉਹ ਬਾਅਦ ਦੀਆਂ ਗੱਲਾਂ ਆਪਾਂ ਲੰਬੀ ਚੌੜੀ ਡਿਸਕਸ ਕਰ ਚੁੱਕੇ ਹਾਂ। ਇਹਦੇ ਵਿੱਚ ਹੀ ਚਰਚਾ ਚੱਲੀ ਜਾਂਦੀ ਹੈ ਕਿ ਕੇਜਰੀਵਾਲ ਸਾਹਿਬ ਨੇ 10 ਕੁ ਦਿਨ ਹੁਣ ਹੁਸ਼ਿਆਰਪੁਰ ਦੇ ਕੋਲ ਰਹਿਣਾ, ਉਹਨਾਂ ਨੇ ਜਿਹੜਾ ਸਰੀਰਕ ਤੌਰ ਦੇ ਉੱਤੇ ਰਿਸ਼ਟ ਪੁਸ਼ਟ ਹੋਣ ਦੇ ਲਈ ਧਿਆਨ ਲਾਉਣਾ ਹੈ, ਉੱਥੇ ਕੈਂਪ ਦੇ ਵਿੱਚ ਰਹਿਣਾ, ਕਿਉਂਕਿ ਪਹਿਲਾਂ ਵੀ ਉਹ ਦੱਖਣ ਭਾਰਤ ਦੇ ਵਿੱਚ ਜਾਂਦੇ ਹੁੰਦੇ ਆ, ਐਤਕੀ ਚਲੋ ਇੱਧਰਲੇ ਪਾਸੇ ਵਾਲਾ ਰਾਹ ਉਹਨਾਂ ਨੇ ਚੁਣਨਾ ਤਾਂ ਵੱਖਰੀ ਗੱਲ ਹੈ, ਮੋਬਾਈਲ ਵੀ ਨਹੀਂ ਵਰਤਦੇ ਹੁੰਦੇ, ਪੋਲੀਟੀਕਲੀ ਕੋਈ ਡਿਸਕਸ਼ਨ ਵੀ ਨਹੀਂ ਕਰਦੇ ਹੁੰਦੇ ਇੱਕ ਤਰ੍ਹਾਂ ਦੇ ਨਾਲ। ਜਿੱਦਾਂ ਕੋਵਿਡ ਦੇ ਵਿੱਚ ਨਹੀਂ, ਆਈਸੋਲੇਟ ਸ਼ਬਦ ਆਪਾਂ ਸਭ ਤੋਂ ਵੱਧ ਕੋਵਿਡ ਦੇ ਵਿੱਚ ਸੁਣਿਆ ਸੀ ਕਿ ਭਾਈ ਆਈਸੋਲੇਟ ਹੋ ਜਾਓ, ਇਕਾਂਤਵਾਸ ਹੋ ਜਾਓ, ਉਹ ਇਕਾਂਤਵਾਸ ਹੋ ਜਾਂਦੇ ਹੁੰਦੇ ਆ। ਮੈਨੂੰ ਲੱਗਦਾ ਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੇਜਰੀਵਾਲ ਸਾਹਿਬ ਚਾਹੇ ਦੱਖਣ ਭਾਰਤ ਦੇ ਵਿੱਚ ਅਤੇ ਚਾਹੇ ਪੰਜਾਬ ਦੇ ਹੁਸ਼ਿਆਰਪੁਰ ਦੇ ਕੋਲ ਇਕਾਂਤਵਾਸ ਜਿਹਾ ਹੋਣ ਦੀ ਕੋਸ਼ਿਸ਼ ਕਰਕੇ ਮੈਡੀਟੇਸ਼ਨ ਕਰਨੀ ਹੈ। ਚਲੋ ਆਪਾਂ ਇਸ ਗੱਲ ਦੇ ਉੱਤੇ ਜਾਣਦੇ ਹੀ ਨਹੀਂ ਕਿ ਉਹ ਆ ਗਏ, ਕਿਉਂਕਿ ਆਪਾਂ ਕਿਹੜਾ ਸਭ ਤੋਂ ਤੇਜ਼ ਖਬਰ ਦੇਣੀ ਹੈ ਕਿ ਉਹ ਆ ਗਏ ਆ ਜਾਂ ਨਹੀਂ ਆ ਗਏ, ਉਹਨੇ ਆਉਣਾ ਹੈ ਜਾਂ ਨਹੀਂ ਆਉਣਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਉਹ ਪੰਜਾਬ ਨੂੰ ਹੀ ਚੁਣਦੇ ਆ ਕਿ ਭਾਈ ਮੈਂ ਇੱਥੇ ਆਉਣਾ ਹੈ, ਜਾਂ ਇਹਦੇ ਤੋਂ ਬਿਨਾਂ ਜੇ ਇਸ ਤਰੀਕੇ ਦੀ ਗੱਲਬਾਤ, ਕਿਉਂਕਿ ਮੈਂ ਨਹੀਂ ਉਹਦੇ ਨੂੰ ਯਾਦ ਜੋੜਦਾ ਕਿ ਇੱਥੇ ਸਰਕਾਰ ਹੈ, ਉਹਨਾਂ ਦੀ ਪਾਰਟੀ ਦੀ ਸਰਕਾਰ ਹੈ, ਕੱਲ੍ਹ ਨੂੰ ਜੇ ਕੋਈ ਹਬੀ ਨਬੀ ਹੁੰਦੀ ਹੈ ਤਾਂ ਸਰਕਾਰਾਂ ਦੇ ਕੋਲ ਕਈ ਤਰ੍ਹਾਂ ਦੇ ਅਧਿਕਾਰ ਹੁੰਦੇ ਆ, ਜੇ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ ਹੈ, ਕੋਈ ਕਾਰਵਾਈ ਹੁੰਦੀ ਹੈ ਤਾਂ 5-7 ਦਿਨ ਤੱਕ ਅੱਗੇ ਪਿੱਛੇ ਕਈ ਚੀਜ਼ਾਂ ਕੀਤੀਆਂ ਜਾ ਸਕਦੀਆਂ ਹੁੰਦੀਆਂ, ਬਹੁਤ ਪੱਖਾਂ ਤੋਂ ਇਹ ਚੀਜ਼ਾਂ ਜੋੜ ਕੇ ਵੇਖੀਆਂ ਜਾ ਰਹੀਆਂ। ਨਹੀਂ ਇਹ ਤਾਂ ਗੱਲ ਹੈਗੀ ਹੈ, ਕਿਉਂਕਿ ਮੇਰਾ ਖਿਆਲ ਜੇ ਦੇਸ਼ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤਾ ਤੇ ਉਹ ਦੱਖਣ ਭਾਰਤ ਵਾਲਾ ਮੇਰਾ ਖਿਆਲ ਬੈਂਗਲੁਰੂ ਦੇ ਵਿੱਚ ਜੀ ਉਹ ਜਗ੍ਹਾ ਸਥਾਨ ਜਿੱਥੇ ਮੇਰਾ ਕਈ ਲੀਡਰ ਜਾਂਦੇ ਨੇ, ਕਈ ਹੋਰ ਵੱਡੀਆਂ ਹਸਤੀਆਂ ਕਹਿੰਦੇ ਉੱਥੇ ਜਾਂਦੀਆਂ ਨੇ, ਉਹਦੀ ਜਗ੍ਹਾ ਦੇ ਉੱਪਰ ਹੁਸ਼ਿਆਰਪੁਰ ਵਾਲੇ ਪਾਸੇ ਆਉਣ ਪਿੱਛੇ ਇੱਕ ਤਾਂ ਕਾਰਨ ਗੱਲ ਤੁਸੀਂ ਦੱਸ ਦਿਓ, ਇਹ ਚਰਚਾ 'ਚ ਹੈਗਾ। ਦੂਸਰੀ ਚਰਚਾ ਇਹ ਵੀ ਹੈ ਕਿ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਇਹ ਵੀ ਲੱਗਦਾ ਵੀ ਵੱਧ ਤੋਂ ਵੱਧ ਜੇ ਸਰਗਰਮੀ ਕਰਨੀ ਤਾਂ ਪੰਜਾਬ 'ਚ ਕਰੋ ਮਹਾਰਾਜ, ਜਿੱਥੇ ਸਰਕਾਰ ਆ, ਕਿਉਂਕਿ ਇੱਕ ਗੱਲ ਤਾਂ ਪੱਕੀ ਆ ਜਿੰਨੀ ਵਾਰ ਵੀ ਸਰਕਾਰ ਦਿੱਲੀ
ਹੁਣ ਕਿਤੇ ਇੱਦਾਂ ਤਾਂ ਨਹੀਂ ਕਿ ਆਮ ਆਦਮੀ ਪਾਰਟੀ ਇਹ ਮੰਨ ਚੁੱਕੀ ਆ ਵੀ ਯਾਰ ਦਿੱਲੀ 'ਚ ਸਾਡੀ ਲੋਕ ਸਭਾ ਵਾਲੀ ਗੱਲ ਤਾਂ ਨਹੀਂ ਬਣਨੀ, ਉਹਦੇ ਨੂੰ ਚੰਗਾ ਵੀ ਆਪਾਂ ਇੱਥੇ ਘੱਟ ਅਤੇ ਪੰਜਾਬ ਵਾਲੇ ਪਾਸੇ ਜ਼ੋਰ ਲਾ ਲਈਏ ਵੀ ਜੇ ਸਾਡੇ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਜਾ ਸਕਦੇ ਆ ਸਿਰਫ ਵੋਟਾਂ ਕਰਕੇ ਕਿਉਂਕਿ ਸਾਡੇ ਕੋਲ ਸਰਕਾਰਾਂ ਨੇ ਜਾਂ ਵੋਟ ਪਰਸੈਂਟੇਜ ਹੈ, ਅਤੇ ਫਿਰ ਕੀ ਗੱਲ ਆ ਵੀ ਲੋਕ ਸਭਾ ਦੇ ਵਿੱਚ ਵੀ ਜੇ ਇਹ ਵੱਧ ਸੀਟਾਂ ਲੈ ਕੇ ਪਹੁੰਚ ਜਾਂਦੇ ਹਾਂ ਤਾਂ ਜਦੋਂ ਓਵਰਆਲ ਪਾਰਲੀਮੈਂਟ ਰਾਜ ਸਭਾ ਲੋਕ ਸਭਾ ਮਿਲਾ ਕੇ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ ਹੋਊਗੀ ਤਾਂ ਉਦੋਂ ਸਾਡੀ ਬੱਲੇ ਬੱਲੇ ਹੋ। ਹੁਣ ਜੇ ਆਪਾਂ ਉਸ ਕਵਾਇਦ ਦੇ ਹਿਸਾਬ ਨਾਲ ਦੇਖੀਏ ਤਾਂ ਹੋ ਸਕਦਾ ਵੀ ਇੱਕ ਸਿਰਫ ਅਤੇ ਸਿਰਫ ਪੋਲੀਟੀਕਲੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਵੀ ਇੱਕ ਕਵਾਇਦ ਹੋ ਸਕਦੀ, ਕਿਉਂਕਿ ਜੇ ਉਹ ਬਾਕੀ ਸਟੇਟਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕੇਜਰੀਵਾਲ ਸਾਹਿਬ ਆਪ ਇੱਥੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰੋੜਾ ਸਾਹਿਬ ਨੂੰ ਲਿਜਾ ਸਕਦੇ ਆ, ਇਹ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਹਿਸਾਬ ਨਾਲ ਹਾਈਕਮਾਂਡ ਦੇ ਆਪ ਕੇਜਰੀਵਾਲ ਸਾਹਿਬ ਦਾ ਆਦਿ ਨਾਲ ਪੰਜਾਬ ਵਿੱਚ ਰਹਿ ਸਕਦੇ ਰਹਿ ਸਕਦੇ ਆ। ਚਲੋ ਅਸੀਂ ਤਾਂ ਕਹਿੰਦੇ ਹਾਂ ਕਿ ਜਿਹੜਾ ਵੀ ਲੀਡਰ ਜਿਹਨੂੰ ਸਿਹਤ ਦੀ ਕੋਈ ਸਮੱਸਿਆ ਉਹ ਠੀਕ ਹੋਵੇ, ਚਾਹੇ ਉਹ ਕਾਂਗਰਸੀ, ਅਕਾਲੀ, ਬੀਜੇਪੀ, ਆਮ ਆਦਮੀ ਪਾਰਟੀ ਦਾ, ਇਹਨਾਂ ਦੀਆਂ ਸਿਹਤਾਂ ਠੀਕ ਹੋਣਗੀਆਂ ਤਾਂ ਜਦੋਂ ਮੀਟਿੰਗਾਂ ਹੁੰਦੀਆਂ ਸਰਕਾਰੀ ਤੇ ਚੱਜ ਨਾਲ ਬੈਠ ਸਕਣਗੇ, ਕਾਗਰਚਿਤ ਹੋ ਸਕਣਗੇ, ਲੋਕਾਂ ਦੇ ਪੱਖ ਦੇ ਫੈਸਲੇ ਲੈ ਸਕਣਗੇ। ਤੇ ਜੇ ਆਪ ਦੀ ਕਦੇ ਨਾੜ ਚੜੀ ਰਹੀ, ਕਦੇ ਸਿਰ ਦੁਖਦਾ ਤੇ ਕਦੇ ਢਿੱਡ ਪੀੜ ਹੁੰਦੀ ਆ, ਤਾਂ ਫਿਰ ਕਿੰਨਾ ਕੁ ਕਾਗਰਚਿਤ ਹੋ ਕੇ ਫੈਸਲੇ ਲੀਡਰ ਸਾਡੇ ਚੰਗੇ ਚਾਹੀਦੇ ਆ। ਮੈਨੂੰ ਵਟਸਐਪ ਇਹ ਵੀ ਗੱਲ ਲੱਗਦੀ ਆ ਜੀ ਕਿ ਇਦਾਂ ਦੇ ਕਿ ਭਵਿੱਖ ਦੇ ਵਿੱਚ ਪੰਜਾਬ ਨੂੰ ਇਹੋ ਜਿਹੀ ਕਿਸੇ ਨਾ ਕਿਸੇ ਹੱਬ ਦੇ ਤੌਰ 'ਤੇ ਪਹੁੰਚਾਉਣ ਦੀ ਵੀ ਗੱਲ ਹੋਈ ਵੀ ਮੰਨ ਲਓ ਅਗਲੇ ਕਹਿਣਾ ਯਾਰ ਸਾਡੀ ਇਹ ਦੋ ਤਿੰਨ ਸਾਲ ਸਰਕਾਰ ਰਹਿਣੀ ਆ, ਵੀ ਜੇ ਉਦੋਂ ਤੱਕ ਦੋ ਤਿੰਨ ਵਾਰ ਕੇਜਰੀਵਾਲ ਸਾਹਿਬ ਕੋਲ ਹੋਰ ਲੀਡਰ ਕਈ ਵੇਲੇ ਹੁੰਦਾ ਵੀ ਐਤਕੀ ਵੀ ਹੁਣ ਫਲਾਣੇ ਫਲਾਣੇ ਮੰਤਰੀ ਸਾਹਿਬਾਨ ਪੂਰਾ ਹਫ਼ਤਾ ਹੀ ਉੱਥੇ ਰਹਿਣਗੇ ਜੀ, ਆਪਾਂ ਹੁਣ ਪੰਜਾਬ ਦੇ ਵਿੱਚ ਉਸ ਤਰ੍ਹਾਂ ਆਯੁਰਵੇਦਾ ਦੀ ਗੱਲ ਕਰ ਲਓ ਤੁਸੀਂ, ਜਿਹੜਾ ਜਿੱਦਾਂ ਤੁਸੀਂ ਦੱਸਦੇ ਵੀ ਆਪਣੇ ਆਪ ਨੂੰ ਦੁਨੀਆਂ ਤੋਂ ਤੋੜ ਕੇ ਮੋਬਾਈਲਾਂ ਮੋਬਾਈਲਾਂ ਤੋਂ ਪਾਸੇ ਰੱਖ ਕੇ ਰੀਜੂਵੀਨੇਟ ਕਰਨਾ ਜੀ, ਹੁਣ ਕੀ ਪਤਾ ਜੇ ਉਸ ਤਰ੍ਹਾਂ ਦੇ ਹੱਬ ਬਣਾਉਣ ਵਾਲੇ ਪਾਸੇ ਧਿਆਨ ਹੋਵੇ ਤਾਂ ਉਹ ਵੀ ਆਪਸ਼ਨ ਹੋ ਸਕਦੀ। ਮੈਂ ਸੰਦਾਰੀ ਸਰ ਵੈਸੇ ਮੈਨੂੰ ਨਹੀਂ ਪਤਾ ਕੇਜਰੀਵਾਲ ਨੇ ਇੱਦਾਂ ਰਹਿਣਾ ਚਾਹੀਦਾ, ਜਿਹੜਾ ਮੁੱਖ ਮੰਤਰੀ ਨੇ ਉਹ ਦਿੱਲੀ ਦੇ ਮਾਣ ਯੋਗ ਨੇ, ਸਤਿਕਾਰ ਯੋਗ ਨੇ, ਜੇ ਉਹ 10 ਦਿਨ ਪਹਿਲਾਂ ਵੀ ਮੋਬਾਈਲ ਤੋਂ ਬਣੇ ਰਹਿ ਗਿਆ ਸੀ, ਅਖਬਾਰਾਂ ਤੋਂ, ਖਬਰਾਂ ਤੋਂ, ਸਾਰੇ ਪਾਸੇ ਤੋਂ ਕਿ ਮੈਂ ਸਿਹਤ ਠੀਕ ਕਰਨੀ ਆਪਣੀ, ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਉੱਤੇ ਸੈੱਟ ਹੋਣਾ, ਫਰੂਟ ਫਰਾਟੀ ਖਾਣੇ ਆ, ਵੈਸੇ ਮੇਰੇ ਮਨ 'ਚ ਆਉਂਦਾ ਸੀ ਉਹ ਤਾਂ ਇੱਕ ਸੂਬੇ ਦੇ ਮੁੱਖ ਮੰਤਰੀ ਨੇ, ਉਹ ਤਾਂ ਇੱਕ ਕੌਮੀ ਪਾਰਟੀ ਦੇ ਪ੍ਰਧਾਨ ਨੇ, ਜਿਹੜੀ ਪਾਰਟੀ ਹੁਣੇ 5 ਸੂਬਿਆਂ 'ਚ ਹਾਰੀ ਵੀ ਆ, ਕਿੱਡਾ ਪ੍ਰੈਸ਼ਰ ਹੁੰਦਾ, ਅਤੇ ਜਿਹਨੇ 4-5 ਮਹੀਨਿਆਂ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਲੜਨੀਆਂ, ਇੰਡੀਆ ਗੱਠ ਜੁੜਦਾ ਉਹ ਪਾਠ ਨੇ, ਜਾਣੀ ਜੇ ਉਹ ਸੋਚ ਸਕਦੇ ਆ ਕਿ ਮੈਂ 10 ਦਿਨ ਮੋਬਾਈਲ ਤੋਂ ਬਿਨਾਂ ਰਹਿਣਾ, ਜੇ ਉਹ ਸੋਚ ਸਕਦੇ ਆ ਕਿ ਮੈਂ ਠੀਕ ਖੁਰਾਕ ਖਾਣੀ ਹੈ, ਜੇ ਉਹ ਸੋਚ ਸਕਦੇ ਆ ਕਿ ਮੈਨੂੰ ਲੋੜ ਹੈ, ਮੈਂ ਤਾਂ ਇਹ ਟਿੱਪਣੀਆਂ ਚਾਹੁੰਦਾ ਪ੍ਰਾਈਮ ਮਿਨਿਸਟਰ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਤੋਂ ਕਿ ਆਪਣੇ 'ਚੋਂ ਕਿੰਨੇ ਕੁ ਨੇ ਜਿਹੜੇ 2 ਦਿਨ ਮੋਬਾਈਲ ਤੋਂ ਪਰੇ ਰਹਿ ਸਕਦੇ ਆ, ਮੇਰੀ ਕੋਈ ਫੈਕਟਰੀ ਨਹੀਂ ਚੱਲਦੀ, ਤੁਹਾਡੀ ਕੋਈ ਫੈਕਟਰੀ ਨਹੀਂ ਚੱਲਦੀ, ਤਾਂ ਮੈਨੂੰ ਆਸ ਹੈ ਕਿ 80% ਜਿਹੜੇ ਪ੍ਰਾਈਮੇਸ਼ਾ ਟੀਵੀ ਨੂੰ ਦੇਖਣ ਵਾਲੇ ਆ ਫੈਕਟਰੀ ਕੋਈ ਉਹਨਾਂ ਦੀ ਵੀ ਨਹੀਂ ਚੱਲਦੀ। ਅਤੇ ਕੀ ਜੇ ਇੱਕ ਸੂਬੇ ਦਾ ਮੁੱਖ ਮੰਤਰੀ ਨਹੀਂ ਸੋਚ ਸਕਦਾ, ਤਾਂ ਕੀ ਅਸੀਂ ਨਹੀਂ ਸੋਚ ਸਕਦੇ ਕਿ ਸਾਨੂੰ ਮੋਬਾਈਲ ਤੋਂ ਦੂਰ ਰਹਿਣ ਦੀ ਲੋੜ ਨਹੀਂ ਹੈ ਇੱਕ ਦੋ ਦਿਨ, ਕਿ ਸਾਨੂੰ ਚੰਗੀ ਖੁਰਾਕ ਖਾਣ ਦੀ ਲੋੜ ਨਹੀਂ ਹੈ, ਕਿ ਸਾਨੂੰ ਆਪਣੇ ਆਪ ਨੂੰ ਮਾਨਸਿਕ ਤੌਰ ਦੇ ਉੱਤੇ ਬੈਲੈਂਸ ਕਰਨ ਦੇ ਲਈ, ਸੰਤੁਲਿਤ ਕਰਨ ਦੇ ਲਈ ਥੋੜ੍ਹੀ ਬਹੁਤ ਮੈਡੀਟੇਸ਼ਨ ਤੋਂ ਭਾਵ ਇਹ ਨਹੀਂ ਕਿ ਇਹਦਾ ਕਿਸੇ ਵਰਗ ਵਿਸ਼ੇਸ਼ ਨਾਲ, ਧਰਮ ਵਿਸ਼ੇਸ਼ ਨਾਲ ਸੰਬੰਧ ਹੈ, ਮਸਲਾ ਸਿਰਫ ਹੈ ਕਿ ਭਾਈ ਮਾਨਸਿਕ ਤੌਰ ਦੇ ਉੱਤੇ ਰਿਸ਼ਟ ਪੁਸ਼ਟ ਹੋਣਾ, ਅਤੇ ਜੇ ਸਾਨੂੰ ਵੀ ਲੋੜ ਹੈ ਤਾਂ ਕੀ ਅਸੀਂ ਛੱਡ ਸਕਦੇ ਹਾਂ ਇਹ ਚੀਜ਼, ਕਿਤੇ ਅਸੀਂ ਛਾਪਾ ਇੱਦਾਂ ਨਹੀਂ ਮੰਨਿਆ ਆਪਣੇ ਨਾਲ ਕਿ ਭਾਈ ਜਿਹਦੀ ਲੋੜ ਵੀ ਹੈ ਨਹੀਂ ਗੀ। ਇੱਕ ਨਾ ਇੱਕਦਮ ਮੈਂ ਮਤਲਬ ਪੁਰਾਣੀ ਗੱਲ ਹੋ ਗਈ, ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖਦਾ ਸੀ, ਉਹ ਬੀਬੀਆਂ ਦੇ ਉੱਪਰ ਕਿਸੇ ਭੈਣ ਜੀ ਹੋਰਾਂ ਨੇ ਆਪਣੇ ਵੱਲੋਂ ਕੁਛ ਇੱਦਾਂ ਦੇ ਸ਼ਬਦ ਕਹਿ ਸੀ, ਉਹ ਕਹਿੰਦੀ ਵੀ ਅੱਜ ਕੱਲ੍ਹ ਵੈਸੇ ਤਾਂ ਕੁੜੀਆਂ ਸ਼ਬਦ ਵਾਸਤੇ ਜਦੋਂ ਆਪਾਂ ਬੀਬੀਆਂ ਦੀ ਗੱਲ ਕਰਦੇ ਹਾਂ ਵੀ ਅੱਜ ਕੱਲ੍ਹ ਤਾਂ ਇਹ ਹਾਲ ਹੋ ਗਿਆ ਵੀ ਜੇ ਆਪਣਾ ਨਿਆਣਾ ਹੋਵੇ ਨਾ ਤੇ ਉਹ ਕਦੇ ਇੱਧਰ ਉੱਧਰ ਹੋ ਜੇ, ਤੇ ਜੇ ਕੋਈ ਨਾਲ ਦੀ ਕਹੇ ਭੈਣ ਜੀ ਕਾਕਾ ਨਹੀਂ ਤਾਂ ਇੱਥੇ ਹੋਣਾ ਪਊਗਾ, ਨਹੀਂ ਲੱਭੂਗਾ, ਖੇਡਦਾ ਖੁੱਡਦਾ ਆਜੂਗਾ, ਤੇ ਜੇ ਕਿਤੇ ਉਹਨੂੰ ਯਾਦ ਕਰਦਾ ਭੈਣ ਜੀ ਤੁਹਾਡਾ ਫੋਨ ਨਹੀਂ ਵੇਖਿਆ 15 ਮਿੰਟਾਂ ਦਾ, ਤੈਨੂੰ ਅੱਧਾ ਹਾਰਟ ਅਟੈਕ ਆਇਆ ਉਸ ਚਲ ਗਿਆ ਮੈਂ ਫੋਨ ਕਿਤੇ, ਮਤਲਬ ਵੀ ਨਿਆਣਾ ਭਾਵੇਂ ਚਲੇ ਜਾਵੇ ਆਸੇ ਪਾਸੇ ਅੱਖਾਂ ਤੋਂ, ਉਹ ਕੋਈ ਨਹੀਂ ਤੇ ਨਾਨੀ ਕੋਲ ਹੋਊਗਾ, ਦਾਦੀ ਕੋਲ ਆਪੇ ਆਜੂਗਾ, ਪਰ ਜੇ ਆਪਣਾ ਮੋਬਾਇਲ ਮੰਨ ਲਓ ਆਸੇ ਪਾਸੇ ਕਿਤੇ ਹੋ ਗਿਆ ਤੇ ਬੰਦਾ ਕਾਲਾ ਹੋਏਗਾ। ਹੁਣ ਜੇ ਇਸ ਲੈਵਲ ਦੀ ਸਾਡੀ ਐਡਿਕਸ਼ਨ ਆ, ਇਹ ਗੱਲ ਤੁਹਾਡੀ ਸਹੀ ਆ ਵੀ ਯਾਰ ਜੇ ਵੱਡੇ ਬੰਦੇ ਖੇਡਾਂ ਛੱਡ ਸਕਦੇ ਆ, ਉਸ ਦਾ ਤੁਹਾਨੂੰ ਇੱਕ ਇੱਕ ਮਿੰਟ 'ਚ ਕਿੰਨੇ ਕਿੰਨੇ ਫੋਨ ਆਉਂਦੇ ਹੋਣ, ਤੇ ਆਪਾਂ ਤਾਂ ਕਹੀਆ ਸਾਰੀ ਦਿਹਾੜੀ ਦੀ ਕੋਈ ਟੈਲੀਫੋਨ ਨਹੀਂ ਆਉਂਦਾ, ਕੰਮ ਦਾ ਤੁਸੀਂ ਦੇਖੋ ਕਈ ਵਾਰੀ ਨਾ ਕਈ ਸੱਜਣ ਜਿਹੜੇ ਆ ਮੈਂ ਦੇਖਦਾ ਹੁੰਦਾ, ਉਹ ਵਿਆਹ ਦੇ ਵਿੱਚ ਗਏ ਹੁੰਦੇ ਆ ਤੇ ਉੱਥੇ ਵੀਡੀਓ ਦੇਖਦੇ ਆ, ਉਹ ਕਿਤੇ ਘੁੰਮਣ ਫਿਰਨ ਗਏ ਹੁੰਦੇ ਆ ਤੇ ਉੱਥੇ ਵੀਡੀਓ ਦੇਖਦੇ ਆ, ਯਾਨੀ ਉਹ ਵੀਡੀਓ ਦਾ ਮਤਲਬ ਵੀ ਕੋਈ ਨਹੀਂ ਹੁੰਦਾ, ਯਾਨੀ ਅਸੀਂ ਨਹੀਂ ਕਿੰਨੇ ਕੁ ਗਲਤ ਕਰਦੇ ਆ, ਕਿਉਂਕਿ ਜੇ ਕਿਤੇ ਵਿਆਹ ਤੇ ਗਿਆ ਕਿਤੇ ਸਮਾਗਮ 'ਚ ਗਿਆ ਉੱਥੇ ਵੀ ਉਹ ਕੋਈ ਐਸੀ ਪੋਜੀਸ਼ਨ ਨਹੀਂ ਹੁੰਦੀ ਕਿ ਉਹਨਾਂ ਤੋਂ ਬਿਨਾਂ ਕੋਈ ਰਸਮ ਨਹੀਂ ਹੋਣੀ ਹੁੰਦੀ, ਚਲੋ ਜੇ, ਪਰ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ ਕਿ ਅਸੀਂ ਜਿੱਥੇ ਹੈਗੇ ਹਾਂ ਉੱਥੇ ਹੁੰਦੇ ਨਹੀਂ, ਇਹਦਾ ਮਤਲਬ ਹੈ ਕਿ ਅਸੀਂ ਜਿੱਥੇ ਖਲੋਤੇ ਹਾਂ ਸਾਡਾ ਦਿਮਾਗ ਕਿਤੇ ਹੋਰ ਹੁੰਦਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਸੰਧਾਲੀਆ ਸਾਹਿਬ, ਆ ਤੁਹਾਡੀ ਗੱਲ ਦੇ ਵਿੱਚ ਮੈਨੂੰ ਚੇਤਾ ਆਇਆ, ਅੱਗੇ ਨਾ ਮੰਨ ਲਓ ਵਿਆਹ ਸ਼ਾਦੀ ਹੈ, ਕਿਤੇ ਵਾਂਢੇ ਚਲੇ ਗਏ, ਨਿਆਣੇ ਨਾਲ
ਉਹ ਤਾਂ ਚਾਚੀ ਕੇ ਰੋਟੀ ਖਾਂਦਾ ਸੀ, ਉਹ ਤਾਂ ਉੱਥੇ ਬਾਹਰਲੇ ਪਾਸੇ ਨਾ ਏਦਾਂ ਤਿੰਨ ਚਾਰ ਜਣੇ ਆਪਸ ਵਿੱਚ ਗੱਲਾਂ ਕਰਦੇ ਸੀ। ਹੁਣ ਉਹ ਸਟੇਟਮੈਂਟਾਂ ਬਿਲਕੁਲ ਬਦਲ ਗਈਆਂ। ਇੱਥੇ ਆ ਖੂੰਜੇ ਲੱਗਾ ਮੋਬਾਈਲ ਦੇਖੀ ਜਾਂਦਾ, ਉਹ ਉਹਨਾਂ ਦੇ ਟੀਵੀ ਦੇਖਦਾ, ਉਹ ਤਾਂ ਕੰਪਿਊਟਰ ਦੇ ਉੱਤੇ ਗੇਮ ਖੇਡੀ ਜਾਂਦੇ ਆ। ਇਹ ਬਹੁਤ ਛੋਟੀ ਗੱਲ ਲੱਗਦੀ ਹੈ ਸੰਧਾਰੀ ਸਾਹਿਬ। ਅੱਗੇ ਕੀ ਸੀ ਗੁਆਂਢੀਆਂ ਦੇ ਖੇਡ ਦਾ? ਇਹਦਾ ਮਤਲਬ ਹੈ ਕਿ ਬੱਚਾ ਕੋਈ ਸਰੀਰਕ ਪ੍ਰਕਿਰਿਆ ਕਰ ਰਿਹਾ, ਉਹਦਾ ਸਰੀਰ ਸੁਰ ਹਿੱਲ ਰਿਹਾ ਹੋਊਗਾ, ਜਾਂ ਚਾਚੀ ਕੇ ਜਾਂ ਤਾਈ ਕੇ ਰੋਟੀ ਖਾ ਰਿਹਾ, ਅਤੇ ਰੋਟੀ ਪੱਕਦੀ ਹੈ ਚੁੱਲ੍ਹੇ 'ਤੇ ਪੱਕਦੀ ਹੈ, ਤਾਜ਼ੀ ਸਬਜ਼ੀ ਹੁੰਦੀ ਸੀ, ਜੇ ਉੱਥੇ ਖਾ ਰਹੇ ਤਾਂ ਤੁਹਾਨੂੰ ਸਰੀਰ ਨੂੰ ਸ਼ਕਤੀ ਮਿਲਦੀ ਹੈ। ਹੁਣ ਕੀ ਹੈ, ਉਹ ਮੋਬਾਈਲ ਦੇਖ ਰਿਹਾ, ਮੋਬਾਈਲ ਤੁਹਾਡੀਆਂ ਅੱਖਾਂ ਨੂੰ ਵੀ ਚੱਕੜ ਰਿਹਾ, ਤੁਹਾਡੇ ਦਿਮਾਗ ਨੂੰ ਵੀ ਚੱਕੜ ਰਿਹਾ, ਉਹ ਕੰਪਿਊਟਰ 'ਤੇ ਗੇਮ ਖੇਡ ਰਿਹਾ, ਅਤੇ ਗੇਮ ਹੋ ਸਕਦਾ ਕਿ ਉਹ ਖੇਡ ਰਿਹਾ ਹੋਵੇ ਜਿਹਦੇ ਵਿੱਚ ਗਾਟੇ ਲਾਏ ਜਾਂਦੇ ਹੋਣ, ਅਤੇ ਉਹਦੇ ਦਿਮਾਗ ਦੇ ਉੱਤੇ ਕੀ ਅਸਰ ਪੈ ਰਿਹਾ। ਜਾਣੀ ਅਸੀਂ ਟੋਟਲ 100% ਲੀਹ ਲਿਥ ਕੇ ਗੱਡੀ ਸਾਡੀ ਜੀ ਟੀ ਰੋਡ ਤੋਂ ਲਿਥ ਕੇ ਡੰਡੀ ਪੈ ਗਈ, ਅਤੇ ਉਹ ਡੰਡੀ ਆਖਿਰਕਾਰ ਮੁੱਕ ਜਾਣੀ ਆ, ਸਾਡੇ ਕੋਲ ਵਾਪਸੀ ਦਾ ਰਾਹ ਨਹੀਂ ਹੋਣ। ਦੇਖੋ ਆਪਾਂ ਕਈ ਵਾਰ ਅੱਗੇ ਵੀ ਕਹਿ ਚੁੱਕੇ ਹਾਂ ਵੀ ਆਪਾਂ ਮੋਬਾਈਲ ਦੇ ਗੁਲਾਮ 'ਤੇ ਬਣ ਗਏ ਜੀ, ਅਤੇ ਜੇ ਕੋਈ ਮੈਂ ਇਹਨੂੰ ਇੱਦਾਂ ਕਹਾਂ ਕਿ ਮੋਬਾਈਲ ਦੇ ਜ਼ਰੀਏ ਆਪਾਂ ਬਹੁਤ ਅਮੀਰ ਤਰੀਨ ਵੱਡਿਆਂ ਲੋਕਾਂ ਦੇ ਗੁਲਾਮ ਬਣ ਗਏ, ਅਤੇ ਇਹ ਵੀ ਕੋਈ ਅਤਕਥ ਨਹੀਂ, ਕਿਉਂਕਿ ਹੁਣ ਇੱਕ ਤੁਸੀਂ ਦੇਖੋ ਆਪਣੇ ਪੰਜਾਬ 'ਚ ਵੀ ਬਹੁਤ ਸਾਰੀਆਂ ਨੌਕਰੀਆਂ ਨੇ ਦੁਨੀਆ ਭਰ 'ਚ ਤਾਂ ਹੈਗੀਆਂ ਨੇ, ਉਹ ਡਾਟਾ ਐਨਾਲਿਸਟ ਦੀਆਂ, ਕਿ ਤੁਸੀਂ ਡਾਟਾ ਤੁਹਾਡੇ ਕੋਲ ਆਉਂਦਾ, ਉਹ ਡਾਟਾ ਤੁਸੀਂ ਐਨਾਲਿਸਟ ਕਰਕੇ ਅਤੇ ਉਹਦੇ ਵਿੱਚੋਂ ਕਈ ਤਰ੍ਹਾਂ ਦਾ ਡਾਟਾ ਆਉਂਦਾ। ਹੁਣ ਹੋ ਸਕਦਾ ਵੀ ਕੋਈ ਇੱਕ ਐਗਜ਼ਾਮਪਲ ਦੇ ਦਿੰਦੇ ਹਾਂ ਆਪਾਂ, ਮੰਨ ਲਓ ਵੀ ਕਿਸੇ ਏਅਰਲਾਈਨ ਵਾਲਿਆਂ ਨੇ ਇਹ ਦੇਖਣਾ ਵੀ ਯਾਰ ਕਿੱਥੋਂ ਕਿੰਨੇ ਕੁ ਪੈਸੰਜਰ ਕਿੰਨੀਆਂ ਟਿਕਟਾਂ ਬੁੱਕ ਕਰਾਉਂਦੇ, ਅਤੇ ਉਹ ਕਿੱਥੋਂ ਦੀਆਂ ਟਿਕਟਾਂ ਬੁੱਕ ਕਰਾਉਂਦੇ ਅਤੇ ਕਿਹੜੀ ਵੈਬਸਾਈਟ ਤੋਂ ਵਾਲੀਆਂ ਕਰਾਉਂਦੇ, ਇਹ ਸਾਰਾ ਡਾਟਾ ਇਹ ਆਪਣਾ ਮੋਬਾਇਲ ਹੀ ਦਿੰਦਾ। ਹੁਣ ਹੋ ਸਕਦਾ ਵੀ ਉਹ ਡਾਟਾ ਇਕੱਠਾ ਕਰਕੇ ਵੀ ਇਸ ਏਰੀਆ ਦੇ ਇਸ ਹਿੱਸੇ 'ਚੋਂ ਇਸ ਸ਼ਹਿਰ 'ਚੋਂ ਇੱਧਰ ਨੂੰ ਲੋਕ ਜ਼ਿਆਦਾ ਜਾਂਦੇ ਨੇ, ਇੱਧਰ ਨੂੰ ਲੋਕ ਜ਼ਿਆਦਾ ਆਉਂਦੇ ਨੇ, ਇਸ ਵੈਬਸਾਈਟ ਤੋਂ ਜ਼ਿਆਦਾ ਵਰਤਦੇ ਨੇ, ਅਤੇ ਉਹ ਕੌਣ ਬੰਦੇ ਨੇ, ਉਹਨਾਂ ਦਾ ਕੀ ਨਾਂ 'ਤੇ ਆ, ਉਹ ਕਿੰਨੀ ਯਾਤਰਾ ਕਰ ਲੈਣ, ਇਸ ਲੈਵਲ ਤੱਕ ਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡਾ ਮੋਬਾਈਲ ਵੈਸੇ ਹੀ ਦੇਈ ਜਾਂਦਾ ਰਹੇ। ਅਜੇ ਮੈਂ ਉਸ ਉਦਾਹਰਣ ਦੇ ਤਾਂ ਨਹੀਂ ਆਇਆ ਵੀ ਤੁਸੀਂ ਪੀਜ਼ਾ ਘਰ ਮੰਗਾ ਲਿਆ ਜੀ, ਤੁਸੀਂ ਬਰਗਰ ਘਰ ਮੰਗਾ ਲਿਆ ਜੀ, ਤੁਸੀਂ ਬਾਕੀ ਸਮਾਨ ਸਾਰਾ ਘਰ ਮੰਗਾ ਲਿਆ ਜੀ, ਉਹ ਤੁਸੀਂ ਕਿੱਥੋਂ ਮੰਗਾਉਂਦੇ ਹੋ, ਕੀ ਤੁਹਾਡੀ ਚੋਇਸ ਆ, ਹਰ ਚੀਜ਼ ਜਦੋਂ ਡਾਟੇ ਦੇ ਰੂਪ ਦੇ ਵਿੱਚ ਉਹਨਾਂ ਦੇ ਕੋਲ ਜਾਂਦੀ ਆ, ਉਸ ਹਿਸਾਬ ਨਾਲ ਤੁਹਾਡੇ ਦਿਮਾਗ ਨਾਲ ਖੇਡਦੇ ਆ, ਆਪਣਾ ਕਾਰੋਬਾਰ ਹੋਰ ਤਰ੍ਹਾਂ ਚਲਾਉਂਦੇ ਆ, ਅਤੇ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਵੀ ਮੈਂ ਮੋਬਾਈਲ 'ਤੇ ਕੁਛ ਕਰ ਰਿਹਾ, ਯਾਰ ਮੋਬਾਈਲ ਤੁਹਾਡੇ ਤੋਂ ਕਰਵਾ ਰਿਹਾ ਹੁੰਦਾ ਤਾਂ ਜੇ ਆਪਾਂ ਨੂੰ ਅਜੇ ਵੀ ਸਮਝ ਨਹੀਂ ਆਉਂਦੀ, ਅਤੇ ਮੈਂ ਸੋਚਦਾ ਵੀ 10 ਸਾਲਾਂ ਤੱਕ ਤਾਂ ਜਮ੍ਹਾਂ ਹੀ ਗੁਲਾਮੀ ਹੋ ਜਾਊਗੀ। ਵੀ ਹਿਸਾਬ ਤਾਂ ਵੀ ਇੱਦਾਂ ਦਾ ਹੀ ਲੱਗਦਾ ਸੰਧਾਲੀਆ ਸਾਹਿਬ, ਬੜਾ ਚਰਚਿਤ ਹੋਇਆ ਸੀ ਇੱਕ ਅਰਵੀ ਸਿੱਧੂ ਹੋਣ ਵਾਲਾ ਕੇਸ। ਕਈ ਵਾਰੀ ਕਹਿੰਦੇ ਹੁੰਦੇ ਨਾ ਕਿ ਉਹਦੇ ਚੱਟੇ ਉੱਤੇ ਦਰਖਤ ਵੀ ਜਿਹੜੇ ਆ ਚਰਚਾ ਚੱਲਦੀ ਹੁੰਦੀ ਨਾ ਕਿ ਹਰੇ ਨਹੀਂ ਹੁੰਦੀ ਦੁਆਰਾ। ਮੈਂ ਨਹੀਂ ਕਹਿੰਦਾ ਕਿ ਕੌਣ ਗਲਤ ਸੀ ਜਾਂ ਕੌਣ ਸਹੀ ਸੀ ਰਵੀ ਸਿੱਧੂ ਹੋਰ ਵਾਲੇ ਕੇਸ ਵਿੱਚ, ਕਿਉਂਕਿ ਮੈਨੂੰ ਇੰਨਾ ਪਤਾ ਕਿ ਕੁਝ ਸੱਜਣ ਜਿਹੜੇ ਮੈਨੂੰ ਪੜ੍ਹਾਉਂਦੇ ਸੀ ਜਿਹਨਾਂ ਤੋਂ ਮੈਂ ਪੜ੍ਹਿਆ, ਉਸ ਕੇਸ ਦੇ ਉਹਨਾਂ ਦਾ ਕਸੂਰ ਕੋਈ ਨਹੀਂ ਸੀ, ਪਰ ਉਸ ਕੇਸ ਦੇ ਉਹ ਵੀ ਪ੍ਰਭਾਵਿਤ ਹੋਏ ਅਤੇ ਦੁਬਾਰਾ ਪੈਰਾਂ ਸਿਰ ਨਹੀਂ ਆ ਸਕੇ, ਕਿਉਂਕਿ ਸਾਰੀ ਪ੍ਰਕਿਰਿਆ ਰੁਕ ਜਾਂਦੀ ਹੈ। ਦੋਸ਼ੀ ਕੁਝ ਲੋਕ ਆਉਂਦੇ ਆ, ਸੀਕ ਸਾਰਿਆਂ ਨੂੰ ਭੁਗਤਣਾ ਪੈਂਦਾ। ਰਵੀ ਸਿੱਧੂ ਵਾਲਾ ਕੇਸ ਬੜਾ ਚਰਚਿਤ ਹੋਇਆ, ਪ੍ਰਚਲਿਤ ਹੋਇਆ, ਕੀ ਕੁਛ ਨਹੀਂ ਹੋਇਆ ਆਪਾਂ ਸਾਰਿਆਂ ਨੂੰ ਪਤਾ। ਹੁਣ ਇੱਕ ਗ੍ਰਿਫਤਾਰੀ ਹੋਈ ਹੈ ਸਤਵੰਤ ਮੋਹੀ, ਸਾਬਕਾ MLA। ਗ੍ਰਿਫਤਾਰੀ ਕਿਉਂ ਹੋਈ ਹੈ? ਕਹਿੰਦੇ ਜੀ 300 ਤੋਂ ਉੱਪਰ ਇੱਕ ਵਾਰੀ ਡਾਕਟਰ ਭਰਤੀ ਕੀਤੇ ਗਿਆ ਸੀ 2008-09 ਦੀਆਂ ਗੱਲਾਂ, ਅਕਾਲੀ ਭਾਜਪਾ ਸਰਕਾਰ ਸੀ 7-17 ਤੱਕ, ਅਤੇ ਡਾਕਟਰ ਭਰਤੀ ਕੀਤੇ ਗਿਆ ਸੀ, ਅਤੇ ਉਸ ਭਰਤੀ ਦੇ ਵਿੱਚ ਕਹਿੰਦੇ ਜੀ ਬੇਨਿਜ਼ਮੀਆਂ ਇਹ ਜੱਜ ਸਾਹਿਬ ਨੇ ਤੈਅ ਕਰਨਾ, ਇਹ ਅਦਾਲਤ ਨੇ ਤੈਅ ਕਰਨਾ ਕਿ ਬੇਨਿਜ਼ਮੀਆਂ ਸੀ ਜਾਂ ਨਹੀਂ ਸੀ, ਇਹ ਅਦਾਲਤ ਨੇ ਤੈਅ ਕਰਨਾ ਕਿ ਮੋਹੀ ਸਾਹਿਬ ਜਾਂ ਹੋਰ ਜਿਹੜੇ ਸੱਜਣਾਂ ਦਾ ਨਾਂ ਪਰਚੇ ਦੇ ਵਿੱਚ ਪਾਇਆ ਗਿਆ ਉਹ ਬੰਦੇ ਦੋਸ਼ੀ ਨੇ ਕਿ ਨਹੀਂ, ਜੇ ਦੋਸ਼ੀ ਨੇ ਤਾਂ ਕਿੰਨੇ ਕੁ ਦੋਸ਼ੀ ਨੇ, ਕਿਸ ਲੈਵਲ ਤੱਕ ਦੇ ਦੋਸ਼ੀ ਨੇ। ਪਰ ਇੱਕ ਸਾਬਕਾ ਵਿਧਾਇਕ ਦਾ ਡਾਕਟਰਾਂ ਦੀ ਭਰਤੀ ਘੁਟਾਲੇ ਦੇ ਵਿੱਚ ਗ੍ਰਿਫਤਾਰ ਹੋ ਜਾਣਾ, ਉਹਨਾਂ ਦਾ ਰਿਮਾਂਡ ਮਿਲਣਾ, ਅਤੇ ਇੱਕ ਹੋਰ ਸਾਬਕਾ ਕੈਬਨਿਟ ਮੰਤਰੀ ਉਹਨਾਂ ਦੀ ਨੌਂ ਰਾਣੀ ਦਾ ਇਸ ਕੇਸ ਦੇ ਵਿੱਚ ਨਾਮ ਨਾਮਜ਼ਦ ਕੀਤਾ ਜਾਣਾ, ਅਤੇ ਜਿਹੜੇ ਉਦੋਂ ਉਸ ਸਾਰੇ ਦੇ ਸਾਰੀ ਅਥਾਰਟੀ ਦੇ ਮੁਖੀ ਸੀ ਉਹ ਦੁਨੀਆਂ ਤੋਂ ਜਾ ਚੁੱਕੇ ਹੈ, ਬੰਦੇ ਕਈ ਨੇ ਜਿਹੜੇ ਜਿਹਨਾਂ ਦੇ ਨਾਮ ਵਿੱਚ ਸ਼ਾਮਿਲ ਕੀਤੇ ਗਏ। ਹੁਣ ਸੰਧਾਲੀਆ ਸਾਹਿਬ ਕਹਿੰਦੇ ਜੀ ਕਿ ਇੰਟਰਵਿਊ ਦੀ ਜਾਂ ਚੋਣ ਦੀ ਸਾਰੀ ਪ੍ਰਕਿਰਿਆ ਹੀ ਰੱਦੋ ਬਦਲ ਕਰ ਦਿੱਤੀ ਗਈ ਸੀ ਆਪਣੇ ਬੰਦੇ ਭਰਤੀ ਕਰਨ ਲਈ, ਇਹ ਦੋਸ਼ ਲੱਗਦਾ? ਮੈਂ ਨਹੀਂ ਕਹਿੰਦਾ, ਜੇ ਤਾਂ ਸੱਚੀ ਮੁੱਚੀ ਡਾਕਟਰਾਂ ਦੀ ਭਰਤੀ ਦੇ ਵਿੱਚ ਵੀ ਕੋਈ ਵੀ ਗੜਬੜੀ ਕੀਤੀ ਗਈ ਸੀ, 1% ਵੀ ਆਪਾਂ ਛੱਡ ਦੇਵਾਂਗੇ ਸਰਕਾਰ ਕਿਹਦੀ ਸੀ, 1% ਵੀ ਭਰਤੀ ਕੀਤੀ ਗਈ, ਤਾਂ ਇਹਦੇ ਤੋਂ ਵੱਡਾ ਗੁਨਾਹ ਕੋਈ ਨਹੀਂ, ਕਿਉਂਕਿ ਤੁਸੀਂ ਦੇਖੋ ਕੁਆਲੀਫਾਈ ਡਾਕਟਰ ਹੋਊਗਾ ਨਾ, ਮੈਰਿਟ ਦੇ ਆਧਾਰ ਦੇ ਉੱਤੇ ਭਰਤੀ ਹੋਇਆ ਹੋਊਗਾ, ਬਿਨਾਂ 1 ਛਿਲੜ ਵੀ ਦਿੱਤਿਆਂ ਉਹਦੇ ਕੋਲ ਬਿਮਾਰ ਬੰਦਾ ਜਾਂਦਾ ਹੈ, ਉਹ ਵੀ ਪੰਜਾਬ ਵਰਗੇ ਸੂਬੇ ਜਿੱਥੇ ਅਸੀਂ ਜ਼ਹਿਰਾਂ ਖੇਤਾਂ 'ਚ ਪਾ ਰਹੇ ਹਾਂ ਅਤੇ ਉੱਥੋਂ ਅੱਗੇ ਅਨਾਜ ਖਾ ਰਹੇ ਹਾਂ ਅਤੇ ਸਾਡੇ ਬਿਮਾਰੀਆਂ ਵੱਧ ਗਈਆਂ, ਉਹ ਡਾਕਟਰ ਫਿਰ ਇਮਾਨਦਾਰੀ ਨਾਲ ਇਲਾਜ ਕਰੂਗਾ, ਉਹ ਡਾਕਟਰ ਫਿਰ ਚੰਗੇ ਤਰੀਕੇ ਦੇ ਨਾਲ ਦੇਖੂਗਾ ਕਿ ਕਹਾਣੀ ਕਿੱਧਰਲੇ ਪਾਸੇ ਜਾਂਦੀ ਹੈ। ਪਰ ਜੇ ਉਹ ਡਾਕਟਰ ਲੱਖਾਂ ਰੁਪਈਆ ਦੇ ਕੇ ਭਰਤੀ ਹੋਇਆ ਹੋਊਗਾ, ਸਿਫਾਰਸ਼ੀ ਭਰਤੀ ਹੋਇਆ ਹੋਊਗਾ, ਅਤੇ ਉਹਨੇ ਫਿਰ ਇਲਾਜ ਉੱਦਾਂ ਦਾ ਹੀ ਕਰਨਾ, ਉਹਨੇ ਫਿਰ ਦਵਾਈਆਂ ਅੰਦਰੋਂ ਨਹੀਂ ਲਿਖਣੀਆਂ, ਉਹਨੇ ਫਿਰ ਦਵਾਈਆਂ ਬਾਹਰੋਂ ਲਿਖਣੀਆਂ। ਪਰ ਜੇ ਇਸ ਪਲੇਟਫਾਰਮ 'ਤੇ
ਅਸੀਂ ਬਿਮਾਰ ਲੋਕਾਂ ਦੀਆਂ ਜ਼ਖਮੀ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਬੰਦੇ ਉਹਨਾਂ ਨੂੰ ਫਰਿਸ਼ਤੇ ਹੀ ਕਹੀਦਾ ਸੀ, ਡਾਕਟਰ ਰੱਬ ਦਾ ਦੂਸਰਾ ਰੂਪ ਕਹੀਦਾ, ਤੇ ਜੀ ਉਹਨਾਂ ਦੀ ਭਰਤੀ ਵੇਲੇ ਵੀ ਇਹ ਗੁਨਾਹ ਕੀਤੇ ਗਏ, ਜੇ ਉਹਨਾਂ ਦੀ ਭਰਤੀ ਵੇਲੇ ਵੀ ਰਿਸ਼ਵਤਾਂ ਰਿਸ਼ਵਤਾਂ ਲਈਆਂ ਗਈਆਂ ਜਾਂ ਸਿਫਾਰਿਸ਼ਾਂ ਮੰਨੀਆਂ ਗਈਆਂ, ਤੇ ਸੰਧਾਲੀਆਂ ਸਭ ਕਿਧਰਲੇ ਪਾਸੇ ਨੂੰ ਦੇਖੀਏ ਕਿ ਭਾਈ ਇਹ ਬੰਦੇ ਪੰਜਾਬ ਨੂੰ ਸਾਂਭ ਲੈਣਗੇ ਜਾਂ ਕੁਛ ਹੋਰ ਕਰ ਲੈਣਗੇ। ਤੁਸੀਂ 2007-08 ਦੀ ਗੱਲ ਕੀਤੀ ਨਾ, ਹਾਂਜੀ 8-9 ਦੀ, 8-9 ਦੀ ਗੱਲ ਜੇ ਆਪਾਂ ਸਾਲ ਗਿਣੀਏ ਤੇ ਕਿੰਨੇ ਬਣ ਜਾਂਦੇ ਆ ਸਾਰੇ ਸੰਧਾਲੀਆਂ ਸਭ ਕੁਛ ਵੀ 15-16 ਸਾਲ ਹੁੰਦੇ ਕੀ ਆ। ਫਿਰ ਮੈਂ ਤਾਂ ਹੀ ਆਖਿਆ ਵੀ ਅਜੇ ਤੇ ਕੁਛ ਵੀ ਨਹੀਂ ਆ ਨਾ, ਡੇਢ ਦਾ ਹੱਕਾ ਸਾ ਤੁਸੀਂ 15-16 ਸਾਲ ਅਗਲਿਆਂ ਦਾ ਨੌਕਰੀ ਕਰ ਲਈ ਨਾ, ਤੇ ਹੁਣ ਤੱਕ ਤੈਨੂੰ ਚੇਤਾ ਭੁੱਲ ਗਾਣਾ ਪਿਓ ਤੋਂ ਕੁਛ ਹੋਇਆ ਵੀ ਸੀ ਜੀ। ਹੁਣ ਮੈਂ ਤਾਂ ਜ਼ਿਕਰ ਕਰਨ ਲੱਗਿਆ ਵੀ ਜਿਹੜੀ ਇਨਸਾਫ਼ ਦੀ ਰਫ਼ਤਾਰ ਆ, ਆਪਾਂ ਕਿਹਾ ਵੀ ਕਿਰਿਆ ਬੇਨਤੀ ਕੀਤੀ ਕਿ ਮਾਣਯੋਗ ਅਦਾਲਤਾਂ ਜਿਹੜੀਆਂ ਨੇ ਉਹਨਾਂ ਦੇ ਕੋਲ ਬਹੁਤ ਸਾਰਾ ਵਰਕਲੋਡ ਆ, ਜੱਜ ਸਾਹਿਬਾਨਾਂ ਦੇ ਕੋਲ ਬਹੁਤ ਸਾਰਾ ਵਰਕਲੋਡ ਆ, ਪਰ ਕਿਤੇ ਇੱਦਾਂ ਦੇ ਨਹੀਂ ਵੀ ਉਹ ਇੰਨਾ ਕੁ ਜ਼ਿਆਦਾ ਵਰਕਲੋਡ ਹੁੰਦਾ ਜਾ ਰਿਹਾ ਵੀ ਇੱਕ ਫਾਈਲ ਦੇ ਉੱਪਰ ਦੂਜੀ ਤੀਜੀ ਚੌਥੀ ਪੰਜਵੀਂ ਚੜ੍ਹਦੀ ਜਾਂਦੀ ਹੈ, ਫਿਰ ਤਰੀਕ ਹੁਣ ਮਹੀਨੇ ਦੇ ਵਿੱਚ ਤੁਸੀਂ ਦਿਨ ਤਾਂ 60 ਕਰ ਰਹੇ, ਇਹ ਦਿਨ ਤੁਹਾਡੇ 30 ਰਹਿਣੇ, ਛੁੱਟੀਆਂ ਵੀ ਰਹਿਣੀਆਂ ਨੇ, ਉਹਦੇ ਜੇ ਕੰਮ ਦੇ ਘੰਟੇ ਮੰਨ ਲਓ 8 ਤੁਸੀਂ ਕਹਿੰਦੇ ਤੇ 8 ਦੇ ਤੁਸੀਂ 9 ਕਰ ਨਹੀਂ ਸਕਦੇ, ਹੁਣ ਉਹ ਕਿਵੇਂ ਰਫ਼ਤਾਰ ਵਧਾਈ ਜਾ ਸਕਦੀ ਬੰਦਿਆਂ ਦੇ ਨਾਲ ਕਿ ਵੱਧ ਤੋਂ ਵੱਧ ਜੱਜ ਸਾਹਿਬਾਨ ਹੋਣ, ਉੱਥੇ ਸੁਣਵਾਈਆਂ ਵੱਧ ਹੋਣ, ਕੇਸ ਵੱਧ ਦੇ ਉੱਪਰ ਚਰਚਾ ਹੋਵੇ, ਫਿਰ ਹੀ ਫੈਸਲੇ ਹੋ ਸਕਦੇ ਨੇ, ਉਹਦੇ 'ਤੇ ਜ਼ਰੂਰ ਕੋਈ ਨਾ ਕੋਈ ਕੰਮ ਕੀਤਾ ਜਾਣਾ ਚਾਹੀਦਾ ਤਾਂ ਜੋ ਜਿਹੜਾ ਰਿਜ਼ਲਟ ਆ ਉਹ ਛੇਤੀ ਨਜ਼ਰ ਆਵੇ ਲੋਕਾਂ ਨੂੰ। ਹੁਣ ਜੇ ਆਪਾਂ ਘੁਟਾਲਾ ਇਹਨਾਂ ਦੀ ਗੱਲ ਕਰੀਏ ਵੀ ਕੋਈ ਭਰਤੀਆਂ ਵਾਲੀਆਂ ਬੇਨੀਮੀਆਂ ਜਾਂ ਹੋਰ ਇੱਦਾਂ ਦੇ ਕੋਈ ਕੇਸ ਹੋਏ ਤਾਂ ਆਪਾਂ ਬਾਕੀ ਸਟੇਟਾਂ ਦੇ ਵਿੱਚ ਤੇ ਕਈ ਲੀਡਰਾਂ ਨੂੰ ਸਜ਼ਾ ਹੋਈ ਸੁਣਦੇ ਹਾਂ, ਈਵਨ ਆਪਣੀ ਗੁਆਂਢ 'ਚ ਤੁਸੀਂ ਲਾ ਲਓ ਵੀ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਵੀ 10 ਸਾਲ ਜੇਲ੍ਹ ਕੱਟਿਆ ਹਨ, ਪਰ ਪੰਜਾਬ ਦੇ ਵਿੱਚ ਮੈਨੂੰ ਚੇਤੇ ਨਹੀਂ ਆ ਉਹਦਾ ਵੀ ਕੋਈ ਬਹੁਤ ਵੱਡਾ ਕੇਸ ਹੋਇਆ ਹੋਵੇ ਅਤੇ ਉਸ ਕੇਸ ਦੇ ਨਾਲ ਕੋਈ ਬਹੁਤ ਵੱਡੇ ਬੰਦੇ ਕਦੀ ਜੇਲ੍ਹ 'ਚ ਗਏ ਹੋਣ। ਹਾਂ ਮਾੜੀ ਮੋੜ ਕੋਈ ਇੱਕ ਅੱਧੇ ਦਿਨ ਵਾਲੀ ਗੱਲਬਾਤ ਹੋਵੇ, ਕੋਈ 10 ਦਿਨਾਂ ਵਾਲੀ ਗੱਲ ਹੋਵੇ ਤਾਂ ਵੱਖਰੀ ਗੱਲ ਆ, ਪ੍ਰੋਪਰ ਇੱਕ ਸਜ਼ਾ ਦਾ ਆਉਣਾ ਅਤੇ ਉਸ ਸਜ਼ਾ ਦੇ ਲਈ ਉਹਨਾਂ ਨੇ ਸਜ਼ਾ ਕੱਟਣੀ, ਇਹ ਮੈਨੂੰ ਕੋਈ ਕੇਸ ਨਹੀਂ ਜਾਪਦਾ ਜਿਹੜਾ ਛੇਤੀ ਹੋਵੇ ਜੀ। ਹਾਂ ਇੰਨਾ ਜ਼ਰੂਰ ਆਪਾਂ ਸੁਣਦੇ ਹਾਂ ਵੀ ਤੁਸੀਂ ਦੇਖੋ ਬਹੁਤ ਵੱਡੇ ਵੱਡੇ ਪੁਲਿਸ ਅਫਸਰ ਸਾਹਿਬਾਨ ਤਾਂ ਉਹ ਕਹਦੇ ਨੇ ਕਿਉਂਕਿ ਜਿਹਨਾਂ ਨੇ ਉਦੋਂ ਲੋਕਾਂ ਦੇ ਧੀਆਂ ਪੁੱਤ ਜਿਹੜੇ ਸੀ ਉਹ ਗਲਤ ਮੁਕਾਬਲਿਆਂ ਦੇ ਵਿੱਚ ਮਾਰੇ, ਉਹ ਵੀ ਉਦੋਂ ਸਜ਼ਾ ਮਿਲਦੀ ਜਦੋਂ ਅਗਲੇ ਕਹਿੰਦੇ 5 ਦੋਸ਼ੀ ਸੀ, 2 ਦੁਨੀਆਂ ਦਾ ਜਾ ਚੁੱਕਿਆ, 1 ਜਾਣ ਵਾਲਾ ਤੇ ਦੋਵਾਂ ਨੂੰ ਕੈਦ ਹੋ ਗਈ ਤੇ ਉਹ ਵੀ ਸੇਵਾ ਮੁਕਤ, ਉਹ ਵੀ ਸੇਵਾ ਮੁਕਤ ਜੀ। ਮਤਲਬ ਇਹ ਵੀ ਐਨੇ ਦਹਾਕਿਆਂ ਬਾਅਦ ਜਦੋਂ ਕਿਸੇ ਚੀਜ਼ ਦਾ ਫੈਸਲਾ ਡਿਸੀਜਨ ਆਉਂਦਾ ਤੇ ਫਿਰ ਉਹੋ ਜਿਹੇ ਫੈਸਲੇ ਨੂੰ ਕਰਨਾ ਵੀ ਕੀ ਹੈ, ਤੇ ਜੇ ਹੁਣ ਆਪਾਂ ਇਸ ਚੀਜ਼ ਦੀ ਗੱਲ ਕਰ ਅਜੇ ਗੱਲ ਸ਼ੁਰੂ ਹੋਈ ਹੈ, ਕੋਈ ਨਹੀਂ ਆ ਵੀ ਸਵੇਰੇ ਸੁਪਰੀਮ ਕੋਰਟ ਨੇ ਫੈਸਲਾ ਦੇ ਦੇਣਾ ਤੇ ਆਮ ਨਾਲ ਪਤਾ ਲੱਗ ਜਾਣਾ ਇਹ ਕੇਸ ਕਦੋਂ ਚੱਲੂਗਾ, ਫਿਰ ਇਹਦੀ ਕਦੋਂ ਤਰੀਕ ਆਊਗੀ, ਜੇ 15 ਸਾਲ ਅੱਗੇ ਲੰਘੇ ਤੇ 15 ਹੋਰ ਲੰਘ ਗਏ ਤੇ 30 ਸਾਲਾਂ ਤੋਂ ਬਾਅਦ ਡਾਕਟਰ ਸਾਹਿਬ ਨੇ ਨੌਕਰੀ ਕਰ ਲਈ ਤੇ ਉਹਨਾਂ 30 ਸਾਲਾਂ ਦੇ ਉਹਨੇ ਕੀ ਕੁਛ ਕਰਤਾ ਤੁਸੀਂ ਆਪ ਦੇਖ ਲਓ, ਉਹਦੀ ਭਰਪਾਈ ਉਹ ਕਰ ਦੂਗਾ। ਤਲਵੰਡੀ ਸਾਹਿਬ ਵਿਧਾਨ ਸਭਾ ਹਲਕੇ ਤੋਂ MLA ਨੇ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੇ ਨੇ, ਖਬਰ ਆਈ ਹੈ ਕਿ ਇੱਕ ਪਿੰਡ ਦੇ ਵਿੱਚ ਉਹਨਾਂ ਨੇ ਜਾਣਾ ਸੀ, ਨੀਂਹ ਪੱਥਰ ਰੱਖਣਾ ਜਾਂ ਉਦਘਾਟਨ ਕਰਨਾ, ਅਤੇ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਰੋਧ ਕੀਤਾ ਅਤੇ ਫਿਰ ਉਹ ਕੰਮ ਕੀਤਿਆਂ ਮੇਰਾ ਵਾਪਸ ਕਰਦੇ। ਖਬਰ ਕਿਸੇ ਨੂੰ ਛੋਟੀ ਲੱਗ ਸਕਦੀ ਹੈ, ਕਿਸੇ ਨੂੰ ਵੱਡੀ ਲੱਗ ਸਕਦੀ ਹੈ। ਜੇ ਤੁਹਾਨੂੰ ਯਾਦ ਹੋਵੇ ਸੰਧਾਲੀਆ ਸਾਹਿਬ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸੀ ਅਤੇ ਉਦੋਂ ਪੰਜਾਬ ਦੇ ਕਈ ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਦੇ ਬਾਹਰ ਬੋਰਡ ਲਾਤੇ ਸੀ, ਫਲੈਕਸ ਲਾਤੇ ਸੀ ਕਿ ਇਸ ਪਿੰਡ ਦੇ ਵਿੱਚ ਲੀਡਰਾਂ ਦਾ ਵੜਨਾ ਮਨਾ, ਕਿਉਂਕਿ ਤੁਸੀਂ ਵਾਅਦਾ ਖਿਲਾਫੀਆਂ ਕੀਤੀਆਂ। ਕਈ ਪਿੰਡਾਂ ਦੇ ਵਿੱਚ ਇੱਕ ਖਾਸ ਪਾਰਟੀ ਬਾਰੇ ਲਿਖ ਕੇ ਲਾਤਾ ਸੀ ਕਿ ਤੁਸੀਂ ਵੜੇ ਹੋ ਨਾ, ਅਤੇ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੜੋ, ਚਾਹ ਵੀ ਪਿਲਾਵਾਂਗੇ, ਪਾਣੀ ਵੀ ਪਿਆਵਾਂਗੇ, ਬਰਫੀ ਵੀ ਖਵਾਵਾਂਗੇ, ਪਰ ਤੁਸੀਂ ਨਹੀਂ ਭਾਸ਼ਣ ਦੇਣੇ, ਅਸੀਂ ਤੁਹਾਨੂੰ ਸਵਾਲ ਪੁੱਛਣੇ। ਬਹੁਤ ਵੱਡੀ ਪੱਧਰ ਦੇ ਉੱਤੇ ਕੰਮ ਚੱਲਿਆ ਅਤੇ ਪੰਜਾਬ ਦੇ ਲੋਕਾਂ ਨੇ ਕਹਿੰਦੇ ਕਹਾਉਂਦੇ ਲੀਡਰ ਚਿੱਤ ਕੀਤੇ, ਸੱਤਾ ਮੌਜੂਦਾ ਸੱਤਾ ਦਾ ਨਹੀਂ ਧਿਰਦੇ ਵੀ ਅਤੇ ਵਿਰੋਧੀ ਧਿਰਦੇ ਵੀ, ਅਤੇ ਉਹਦੇ ਤੋਂ ਬਾਅਦ ਤੀਜੀ ਅਤੇ ਚੌਥੀ ਵਿਰੋਧੀ ਧਿਰਦੇ ਵੀ, ਵੱਡੇ ਵੱਡੇ ਲੀਡਰ। ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਜੇ ਤੁਸੀਂ ਉਹਨਾਂ ਦੇ ਨਾਲ ਕੋਈ ਗਲਤ ਵਾਅਦਾ ਕਰਦੇ ਹੋ ਜਾਂ ਵਾਅਦਿਆਂ ਦੀ ਪੂਰਤੀ ਨਹੀਂ ਕਰਦੇ ਤਾਂ ਫਿਰ ਉਹ ਬਖਸ਼ਦੇ ਨਹੀਂ। ਆਪਾਂ ਬੀਬੀ ਬਲਜਿੰਦਰ ਕੌਰ ਦਾ ਨਹੀਂ ਕਰਦੇ ਕਿ ਭਾਈ ਉਹ ਕਿਤੇ ਉਹਨਾਂ ਨੇ ਬਹੁਤ ਵੱਡਾ ਗੁਗਰਾਹ ਕਰ ਦਿੱਤਾ ਜਾਂ ਇੱਦਾਂ ਦੀ ਗੱਲ ਨਹੀਂ। ਮਸਲਾ ਸਿਰਫ ਇਹ ਹੈ ਕਿ ਜਦੋਂ ਵੀ ਹੁਣ, ਕਿਉਂਕਿ ਲੋਕ ਸਭਾ ਦੀ ਚੋਣ ਆਉਣੀ ਹੈ, ਵਾਅਦੇ ਉਨੇ ਕੁ ਕਰਿਓ ਜਿੰਨੇ ਕਢਵਾ ਸਕਦੇ ਹੋ। ਨਿਗਮਾਂ ਦੀਆਂ ਚੋਣਾਂ ਆਉਣੀਆਂ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਆਉਣੀਆਂ, ਵਾਅਦਾ ਉਹੀ ਕਰਿਓ ਜਿਹੜਾ ਕਰ ਸਕੋਗੇ, ਕਿਉਂਕਿ ਨਹੀਂ ਤਾਂ ਇੱਥੇ ਹਰ ਔਸਤ ਹੈ ਕਿ 8 ਮਹੀਨੇ ਕੋਲ ਕੋਈ ਚੋਣਾਂ ਜਾਂਦੀ ਹੈ, ਅਤੇ ਯਾਰ 8 ਮਹੀਨੇ ਲੀਡਰਾਂ ਦੀ ਮਜਬੂਰੀ ਹੈ ਕਿ ਉਹਨੇ ਲੋਕਾਂ ਦੇ ਕੋਲ ਜਾਣਾ, ਅਤੇ ਜਦੋਂ ਲੋਕਾਂ ਦੇ ਕੋਲ ਜਾਣਾ ਤਾਂ ਲੋਕ ਹੁਣ ਤੁਹਾਡੇ ਕੋਲ ਨਹੀਂ ਆਉਂਦੇ। ਲੋਕ ਉਡੀਕਦੇ ਆ ਕਿ ਕੋਈ ਗੱਲ ਨਹੀਂ 8 ਮਹੀਨੇ ਆ ਜਾਣੇ, 10 ਮਹੀਨੇ ਆ ਜਾਣੇ, ਬੜੀ ਹੱਦ ਸਾਲ ਨਹੀਂ ਤਾਂ 1.5 ਸਾਲ ਨੂੰ ਤੁਹਾਨੂੰ ਆਉਣਾ ਪਊਗਾ। ਉਦੋਂ ਫਿਰ ਲੋਕ ਕਾਲੀਆਂ ਝੰਡੀਆਂ ਲੈ ਕੇ ਵੀ ਖੜ ਜਾਂਦੇ ਆ, ਜਿਹੜੀ ਮਰਜ਼ੀ ਧਿਰ ਹੈ। ਜੇ ਵਿਰੋਧੀ ਧਿਰ ਆਪਾਂ ਰੋਲ ਪਲੇ ਠੀਕ ਤਰੀਕੇ ਨਹੀਂ ਕਰੂਗਾ, ਉਹਨਾਂ ਨੇ ਵਿਰੋਧੀ ਧਿਰ ਨੂੰ ਘੇਰਨਾ ਲੋਕਾਂ ਨੇ। ਜੇ ਸੱਤਾਧਾਰੀ ਧਿਰ ਕੀਤੇ ਵਾਅਦਿਆਂ ਦੀ ਪੂਰਤੀ ਨਹੀਂ ਕਰੂਗੇ, ਉਹਨਾਂ ਨੇ ਸੱਤਾਧਾਰੀ ਧਿਰ ਨੂੰ ਘੇਰਨਾ। ਇਸ ਕਰਕੇ ਸਾਹ ਹੁਣ ਇਸ ਗੱਲ ਦੀ ਮੰਗ ਕਰਦਾ ਕਿ ਤੁਸੀਂ ਜਿਸ ਵੀ ਪਾਸੇ ਖੜੇ ਹੋ ਵਾਅਦਾ ਉਹੀ ਕਰੋ ਜਿਹੜਾ ਪੂਰਾ ਕਰ ਸਕਦੇ ਹੋ, ਅਤੇ ਜੇ ਪਿਛਲੇ ਸਮੇਂ 'ਚ ਤੁਹਾਡੇ ਕੋਲ ਵਾਅਦਾ ਐਸਾ ਹੋ ਗਿਆ ਹੈ ਜਿਹੜਾ ਹੁਣ ਤੁਹਾਨੂੰ ਲੱਗਦਾ ਯਾਰ ਵੋਟਾਂ ਤਾਂ ਮਿਲ ਗਈਆਂ, ਵਾਅਦਾ ਪੂਰਾ ਨਹੀਂ, ਉਹਨੇ ਲੋਕਾਂ ਸਾਹਮਣੇ ਸਪਸ਼ਟ ਕਰ ਦਿਓ ਕਰ, ਲੋਕ ਕਿਤੇ ਲੱਤ ਨਹੀਂ ਪਾ
लोग बहुत कुछ माफ़ कर देते होंगे। लोगों को भी पता होंगे जो तुम मैनीफेस्टो जारी करते हो कि किनिया चीज़ा होने वाली तो किनिया चीज़ा नहीं होने वाली। हूँ तुम देखो कैप्टन अमरिंदर सिंह होर ने कहा कि भाई असं आह कर देंगे किसानों भी आ सारा कर्जा माफ़ कर देंगे, यानी एक एक कर्जा वो गिणते होंगे सरकारी बैंकों का सहकारी बैंकों का प्राइवेट बैंकों का शाहूकार आड़ती सारे पता कि कर्जा माफ़ नहीं हो सकता। चलो पंजाब के लोगों ने वोटा पाती हैं कुछ ना कुछ तो हो गए। आम आदमी पार्टी ने कहा कि भ्रिष्टाचार बिल्कुल असं बंद कर देंगे, सारी दुनिया को पता कि इन्नी छेती नहीं होने वाला क्योंकि बंदे दूजिया धिर भी आ रहे हैं। सो आ जी एक घटना है चाहे वो पिछले कारण कोई भी रहे हो, लीडर इस गल का सबक लैन कि थोड़ू लगातार लोगों विचरना पेगा तो लगातार लोगों विचरन तो पहला जो वादे करने उ करने पैणगे जो ग्राउंड के उत्ते पूरे कर सको। एक ना चलो आप इस घटना एक एग्जाम्पल ले लें जी, बहुत सारिया पोलीटल पार्टिया के लीडर साहबानों कितना कि एक तरह की एनक ला के रखने की आदत होंगी, उन्होंने बनती भी है क्योंकि जो मान लो भी एक बंदा वो कांग्रेस पार्टी का तो उन्होंने कांग्रेस पार्टी की एक एनक लगी होगी, अकाली अकाली दल की होगी, आम आदमी पार्टी को आम आदमी पार्टी की एनक, बीजेपी वाले को बीजेपी की। हूँ एनक में थोड़ा जहा समझिए, एनक का मतलब ये कि उन्होंने ये लगता होगा जो असी कर रहे हैं वो 100% सही है तो जोड़े विरोधी कर रहे हैं वो साडे खिलाफ कर रहे हैं वो एनक ही दिखाई है। हूँ जो इस एनक उन्होंने लाना नहीं मतलब भी लोग वो कि नज़र नहीं आने क्योंकि वो लोग उन्होंने वो एनक ला के नज़र आने जी। हूँ जब इस घटना की एक एग्जाम्पल सैट कर लीए तो इस तो पहला आप देखिए जो आम आदमी पार्टी सत्ता च नहीं सी आई आप देख लग पे पिंडा थावान के उपर उस वेले के जो सत्ताधारी लोग सब विरोध होने लग पे उदों आम आदमी पार्टी की लीडरशिप ये कह लग पी देखा जी लोग जाग पे ने उदों उस पार्टी के राज करने वाले नेता कहना जिन्होंने एनक उदों होली लाई होती सी ये तो जी विरोधी पार्टियां करवाउंदियां ने लोग थोड़ा साडे खिलाफ ने, पर जो वोटां पईआं एक नतीजा आया फिर गल क्लीयर हो गई भी नहीं यार एनक दे विच लोग सीगा लोग तो कहिंदे सी। मैं सिर्फ ये तां एग्जाम्पल दे रहा भी कि हुणे तां ना होवे जी भी आम आदमी पार्टी भी अजे अपनी एनक ना लावे उन्होंने लगे भी इहदा विरोधी करा रहे ने यार भी उहदा चाहुंदे नहीं हैगे भी साडे नंबर बण एक और एनक ला के सची मुची कोशिश की जाए नब्ज चैक करन दी कि वाकई यार कितने लोगों के भी यहोजी गलत नहीं हैगी क्योंकि जो विरोधियों ने कोई चाक खेड़नी होंगी है किसी का विरोध करा हों तो थोड़ा बहुत किसी तार च करंट हो बल्ब जगदा ना वो नहीं जगता। हाँ संधार यार साहब पिछले दिन ही आज जी 4% डी ए वधाया आम आदमी पार्टी की सरकार ने मुलाजमान दी जायज़ मंगा मननिया चाहिए जिहड़ियां भर्तियां करन वालियां करनिया चाहिए कच्चे बंदे नूं पक्के करना चाहिए हड़तालों का सिलसिला खत्म होवे लोगों के काम छेती होणगे। फिर हैगा किसानों का मसला हुण किसानां दे धरने थां थां चल पैंदे आ ते मुख्यमंत्री होर भी कहिंदे हुंदे आ धरना लाओ मेरे कोल आओ। हुण पता लगा कि मुख्यमंत्री होरां ने किसान जथेबंदियां दे नाल इक मीटिंग कीती आ ते उस तों बाद इक कमेटी बणाती कमेटी दे विच मंत्री गुरमीत सिंह खुड्डियां साहब होणगे एक दो अफसर होणगे ते पंज मैंबर उन्होंने कहता कि किसान जथेबंदियां नूं तुसीं दे दिओ जिहड़े बचे पंज मैंबर। हुण किसान जथेबंदियां अज दिंदियां पंज मैंबर कल दिंदियां परसों दिंदियां उदे देणगियां। मैं कहना कि एक चंगी गल आ पर जे इहनूं प्रैक्टिकली चलाउण जमीनी पद्धर दे उत्ते तुसीं देखो कि मान लो तीन अफसर ने चौथे मंत्री साहब ने पंज किसान जथेबंदियों के नुमाइंदे ने ना हो गए फिर ना तो हर बारी मुख्यमंत्री मिलने की लोड़ है ना हर बारी किसान जथेबंदियों रस्ते जां रेलां रोकण की लोड़ है तो सीधे तौर के उत्ते 9-मैंबरी कमेटी जिहड़ी है उहदा आपस में तालमेल होगा जिहड़ी भी कोई समस्या होगी कणक चुकनी है डी ए पी नहीं मिलता यूरिया नहीं मिलता कीड़े मार दवाइया की कोई समस्या है कोई चीज़ बीज नकली आ गए आ मंडिया के प्रबंधा की घाट है लिफ्टिंग नहीं हो रही पिछले मुआवजे नहीं मिले नौकरियां नहीं किसी मिली हड़ा का मुआवजा नहीं मिले जो हड़ आए थे उसके बाद समस्यावान खड़िया हुई उन्होंने कुछ काम नहीं हो लगातार मीटिंगा होते मुख्यमंत्री साहब उन्होंने मीटिंगों के उत्ते आप नज़र रखना से भी चाहिए क्योंकि किसानों का मसला पंजाब का सब तो बड़ा मसला हूँ। मैं तो यह भी चाहना कि टिप्पणी भी कर दें प्राइम मिनिस्टर टीवी के परिवार के मैंबर कि कणक वड्डी हो रही है कणक में पानी लग रहे हैं जिते भी कितने फोन करते हैं तो वो कहते जी पानी ला रहे हैं कणक में पानी का समा जी पानी में लग जाने 5-7 दिन जी कणक में पानी लग रहा है तो कई इलाकों के ये भी खबर आ रही कि कणक में एक विशेष किस्म की बीमारी घेर रही है वो पंजाब के किड़े इलाके ने असं पता लाना चाहते क्योंकि स्टेटमेंट की है सानू 10 बंदे कहे असं कहें जी सारे पंजाब के बीमारी फैल गई या असं कह देंगे जी पंजाब के थोड़े जहाँ इलाके कणक में बीमारी फैल गई नहीं की थोड़े इलाके कणक की फसल ठीक है जां कणक की फसल में एक विशेष किस्म की बीमारी नहीं जिहड़ा वो थोड़ा थोड़ा घेर है क्योंकि ये जिहड़ा चाहे वो एक जिले च है संधाली असर मान लो 45-50 पिंडां दे विच हो गया पिंड 3000 ने पर 45-50 पिंडां दे किसानां दा नुकसान तो होगा ना जे कमेटी बनी होएगी उहदियां हर 15 दिन मीटिंगां हो मैं कहना महीने बाद भी नहीं 15 दिन मीटिंग करो उहदे विच उहनां 45-50 पिंडां दे लई भी राहत देनी जरूरी है
ਜ਼ਰੂਰੀ ਥੋੜ੍ਹੀ ਹੈ ਕਿ ਜੇ ਅੱਧੇ ਪੰਜਾਬ ਦੇ ਵਿੱਚ ਕਿਸੇ ਰੋਗ ਦਾ ਜਿਹੜਾ ਉਹ ਹਮਲਾ ਹੁੰਦਾ ਅਤੇ ਅਸੀਂ ਫਿਰ ਹੀ ਐਕਟਿਵ ਹੋਣਾ, ਚਾਹੇ ਪੰਜ ਪਿੰਡਾਂ ਦੇ ਵਿੱਚ ਹੋਵੇ ਅਸੀਂ ਉੱਥੇ ਵੀ ਐਕਟਿਵ ਕਿਉਂ ਨਾ ਹੋਈਏ, ਉੱਥੇ ਵੀ ਲੋਕਾਂ ਨੂੰ ਮੁਆਵਜ਼ਾ ਦੇਣਾ ਜਾਂ ਉਹਦੀ ਰੋਕਥਾਮ ਕਰਨੀ ਹੈ ਜਾਂ ਜਿਹੜੀ ਦਵਾਈ ਚਾਹੀਦੀ ਆ ਪਤਾ ਲੱਗਣੀ ਚਾਹੀਦੀ ਹੈ। ਜੇ ਤਾਂ ਧਰਨੇ ਹਟਾਉਣੇ ਆ, ਇਹ ਕਮੇਟੀ ਲਗਾਤਾਰ ਸਰਗਰਮ ਹੈ, ਮੁੱਖ ਮੰਤਰੀ ਸਾਹਿਬ ਨਿੱਜੀ ਤੌਰ ਦੇ ਉੱਤੇ ਨਜ਼ਰ ਰੱਖਣ, ਫਿਰ ਕੰਮ ਸੁਧਰ ਆਉਣ। ਇੱਕ ਹੁੰਦਾ ਨਾ ਵੀ ਕਿਸੇ ਚੀਜ਼ ਦਾ ਇਲਾਜ ਜੀ, ਇਹ ਤਾਂ ਆਪਾਂ ਧਰਨੇ ਵਿਰੋਧ ਪ੍ਰਦਰਸ਼ਨ ਜਾਂ ਪਿਛਲੇ ਸਮੇਂ ਜਦੋਂ ਧਰਨੇ ਲੱਗਦੇ ਸੀਗੇ, ਇਸ ਤੋਂ ਪਹਿਲਾਂ ਵੀ ਮੰਨ ਲਓ ਕਿ ਹੋਰ ਸਰਕਾਰ ਵੇਲੇ ਵੀ ਲੱਗਦੇ ਰਹੇ, ਤੇ ਲੋਕ ਤੇ ਪਰੇਸ਼ਾਨ ਹੁੰਦੀ ਹੈ, ਲੋਕਾਂ ਦੀ ਪਰੇਸ਼ਾਨੀ ਹਟਾਉਣੀ ਆ ਤੇ ਉਹਦੇ ਲਈ ਇੱਕ ਆਈਡੀਅਲ ਤਰੀਕਾ ਤੇ ਹੈਗਾ। ਸਿਚੁਏਸ਼ਨ ਤੇ ਬੜੀ ਵਧੀਆ ਕਿ ਹਾਂ ਯਾਰ ਜਦੋਂ ਸਿੱਧਾ ਸੰਪਰਕ ਆ ਆਪਾਂ ਨੂੰ ਲੱਗਦਾ ਵੀ ਫਲਾਨੀ ਮੁਸ਼ਕਿਲ ਹੈ, ਬੰਦੇ ਉੱਥੇ ਬੈਠੇ ਨੇ, ਟੈਲੀਫੋਨ ਕੀਤਾ, ਮੀਟਿੰਗ ਹੋਈ, ਉਸ ਹਿਸਾਬ ਨਾਲ ਆਪਣੇ ਡਿਮਾਂਡ ਮੰਗ ਉੱਤੇ ਰੱਖੀ, ਉਹਦੇ 'ਤੇ ਫੈਸਲਾ ਹੋਵੇ ਤੇ ਗੱਲ ਸਾਹਿਬ, ਨਾ ਕੋਈ ਧਰਨਾ ਨਾ ਪ੍ਰਦਰਸ਼ਨ। ਪਰ ਮੈਨੂੰ ਆਸ ਬਹੁਤ ਹੀ ਘੱਟ ਹੈ ਵੀ ਇਹ ਚੀਜ਼ ਕੰਮ ਕਰੂ। ਉਹਦੇ ਪਿੱਛੇ ਮੈਂ ਇਹ ਨਹੀਂ ਕਹਿੰਦਾ ਵੀ ਹਾਂ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹਨਾਂ ਦਾ ਇੱਕ ਹੈ ਨਹੀਂ, ਇੱਦਾਂ ਨਹੀਂ ਹੈ, ਕਿਉਂਕਿ ਏਕਾ ਹੋਵੇ ਨਾ ਹੋਵੇ ਉਹਨਾਂ ਨੇ ਕਿਹੜਾ ਰਾਜਨੀਤੀ ਕਰਨੀ, ਅਲਟੀਮੇਟਲੀ ਰੌਲਾ ਤਾਂ ਸਿਰਫ ਇਹੋ ਹੀ ਹੈ ਨਾ ਵੀ ਆ ਜਿਹੜੀ ਸਾਡੀ ਮੁਸ਼ਕਲ ਉਹਦਾ ਹੱਲ ਹੋਵੇ। ਕਿਸੇ ਵੇਲੇ ਇਹ ਹੁੰਦਾ ਵੀ ਉਹ ਕੋਈ ਤੱਟ ਫੱਟ ਹੱਲ ਚਾਹੁੰਦੇ ਹੁੰਦੇ ਵੀ ਆਹ ਚੀਜ਼ ਹੈ, ਇਹਦਾ ਸੀਜ਼ਨ ਲੰਘੀ ਜਾਂਦਾ, ਮਾਲ ਕੁਝ ਹੁਣ ਨਹੀਂ ਕਰਨਾ ਤਾਂ ਫਿਰ ਇਹ ਨਹੀਂ ਕਿ ਟੰਗਣਾ ਦੱਸੋ। ਪਰ ਜੇ ਮੰਨ ਲਓ ਕਿ ਵੀ ਉਹ ਚੀਜ਼ ਸਰਕਾਰ ਦੇ ਪੱਖ ਤੋਂ ਉਸ ਤੇਜ਼ੀ ਦੇ ਨਾਲ ਨਾ ਹੋ ਸਕੀ, ਵੀ ਮੰਨ ਲਓ ਇਹਦੇ ਨਾਲ ਸਿਫਾਰਿਸ਼ ਹੋਊਗੀ, ਮੀਟਿੰਗ ਹੋਊਗੀ, ਉਹਨਾਂ ਨੇ ਕਹਿਤਾ ਯਾਰ 15 ਦਿਨਾਂ ਦਾ ਆਪਾਂ ਹੱਲ ਕਰਕੇ ਦੁਬਾਰਾ ਮੀਟਿੰਗ ਕਰਾਂਗੇ, ਅਤੇ 15 ਦਿਨਾਂ ਤੱਕ ਹੱਲ ਹੋਇਆ ਹੀ ਨਾ ਜੀ, ਅਤੇ 16ਵੇਂ ਦਿਨ ਉਹ ਬੰਦੇ ਮੀਟਿੰਗ ਦੇ ਟੇਬਲ 'ਤੇ ਆਣ ਕੇ ਕੀ ਫਿਰ ਬੜੇ ਪਿਆਰ ਨਾਲ ਗੱਲ ਕਰਨਗੇ, ਸੋਚਣ ਵਾਲੀ ਗੱਲ ਹੈ। ਬਿਲਕੁਲ ਠੀਕ ਹੈ। ਸੋ ਮੈਨੂੰ ਤਾਂ ਲੱਗਦਾ ਕਿ ਇੱਕ ਐਗਜ਼ਾਮਪਲ ਸੈੱਟ ਹੋ ਸਕਦੀ ਹੈ, ਹੱਲ ਠੀਕ ਹੋ ਸਕਦਾ, ਪਰ ਕਿਉਂਕਿ ਹੁਣ ਤੱਕ ਇੱਦਾਂ ਹੁੰਦਾ ਆਇਆ ਨਹੀਂ, ਬਿਲਕੁਲ ਨਵੀਂ ਸ਼ੁਰੂਆਤ ਹੈ, ਇਸ ਕਰਕੇ ਮੈਨੂੰ ਆਸ ਘੱਟ ਆ ਵੀ ਇਹ ਪ੍ਰੈਕਟੀਕਲੀ ਕੰਮ ਚੱਲ ਸਕੂਗਾ। ਸੰਧਾਲੀਆ ਸਾਹਿਬ, ਲੋਕ ਸਭਾ ਦੇ ਵਿੱਚੋਂ ਵੈਸੇ ਵਿਰੋਧੀ ਧਿਰ ਦੇ ਬਹੁਤ ਸਾਰੇ ਐਮ ਪੀ ਸਸਪੈਂਡ ਨੇ, ਰਾਜ ਸਭਾ 'ਚੋਂ ਵੀ ਸਸਪੈਂਡ ਨੇ, ਪਰ ਲੋਕ ਸਭਾ ਦੇ ਵਿੱਚੋਂ 3 ਕਾਨੂੰਨ ਜਿਹੜੇ ਆ ਉਹਨਾਂ ਦੇ ਉੱਤੇ ਚਰਚਾ ਹੋਈ ਹੈ, ਪਾਸ ਹੋ ਗਏ ਨੇ, ਕੁਝ ਸੋਧਾਂ ਨੇ। ਖਾਸ ਤੌਰ ਦੇ ਉੱਤੇ ਮੈਂ ਜ਼ਿਕਰ ਜਿਹੜੀ ਚੀਜ਼ ਦਾ ਕਰਨਾ ਚਾਹੁੰਦਾ, ਕਿਉਂਕਿ ਇੱਕ ਤਾਂ ਪਹਿਲਾਂ ਰਾਜ ਤੋਂ ਰੋਕਿਆ ਜਾਂਦਾ ਸੀ, ਹੁਣ ਦੇਸ਼ ਤੋਂ, ਅਮਿਤ ਸ਼ਾਹ ਸਾਹਿਬ ਦੇਸ਼ ਦੇ ਮਾਣਯੋਗ ਗ੍ਰਹਿ ਮੰਤਰੀ ਸਾਹਿਬ, ਉਹ ਕਹਿੰਦੇ ਜੀ ਅੰਗਰੇਜ਼ਾਂ ਦੇ ਸਮੇਂ ਹੁੰਦਾ ਸੀ ਰਾਜ ਤੋਂ, ਹੁਣ ਦੇਸ਼ ਹੈ, ਹੁਣ ਆਜ਼ਾਦ ਹੈ, ਇਸ ਕਰਕੇ ਦੇਸ਼ ਤੋਂ ਦਾ ਕੰਮ ਚੱਲੂਗਾ, ਉਹਦੇ ਵਿੱਚ ਸੋਧਾਂ ਲਗਾਈਆਂ, ਡਿਟੇਲ ਆਪਾਂ ਕੱਲ੍ਹ ਗੱਲ ਕਰ ਲਾਂਗੇ। ਪਰ ਇੱਕ ਜਿਹੜਾ ਸੋਧ ਹੋਈ ਹੈ, ਕਿਉਂਕਿ ਬਹੁਤ ਵਾਰੀ ਆਪਾਂ ਦੇਖਦੇ ਹੁੰਦੇ ਹਾਂ ਕਿ ਬੰਦੇ ਦੀ ਮਾਨਸਿਕਤਾ ਦੇ ਵਿੱਚ ਬਹੁਤ ਵੱਡੀ ਕਰੂਰਤਾ ਹੁੰਦੀ ਹੈ, ਛੋਟੀਆਂ ਛੋਟੀਆਂ ਬੱਚਿਆਂ ਦੇ ਨਾਲ ਜਬਰਜਨਾ ਹੁੰਦੇ, ਬੱਚਿਆਂ ਦੇ ਨਾਲ ਰੇਪ ਹੁੰਦੇ ਆ, ਧੱਕਾ ਕੀਤਾ ਜਾਂਦਾ, ਸਰੀਰਕ ਤੌਰ ਦੇ ਉੱਤੇ ਸ਼ੋਸ਼ਣ ਹੁੰਦਾ, ਵੱਖ ਵੱਖ ਉਮਰ ਵਰਗ ਦੇ ਵਿੱਚ ਬੱਚਿਆਂ ਦੇ ਨਾਲ ਜੇ ਅਪਰਾਧ ਹੁੰਦੇ ਆ ਤਾਂ ਉਹਦੇ ਲਈ ਸਜ਼ਾਵਾਂ ਵਧਾਈਆਂ ਗਈਆਂ, ਫਾਂਸੀ ਦੀ ਸਜ਼ਾ ਵੀ ਮਿਲੂਗੀ ਜੇ ਛੋਟੀ ਬੱਚੀ ਦੇ ਨਾਲ ਕੋਈ ਬੰਦਾ ਇੱਦਾਂ ਦਾ ਅਪਰਾਧ ਕਰਦਾ, ਅਤੇ ਮਰਨ ਤੱਕ ਜੇਲ੍ਹ ਦੇ ਵਿੱਚ ਵੀ ਰਹਿਣਾ ਪਊਗਾ, ਹੁੰਦਾ ਨਾ ਕਿ ਆਖਰੀ ਸਾਹ ਤੱਕ ਬੰਦੇ ਨੂੰ ਫਾਹਾ ਤਾਂ ਨਹੀਂ ਦੇਣਾ, ਪਰ ਆਖਰੀ ਸਾਹ ਤੱਕ ਜੇਲ੍ਹ ਤੋਂ ਬਾਅਦ ਹੀ ਬੰਦਾ ਕਦਮ ਰੱਖ ਸਕੂਗਾ। ਜ਼ਰੂਰੀ ਹੈ ਕੁਝ ਸਖਤੀਆਂ ਜਿਹੜੀਆਂ ਬੇਹੱਦ ਜ਼ਰੂਰੀ ਨੇ, ਜੇ ਸਰਕਾਰ ਇੱਧਰਲੇ ਪਾਸੇ ਤੁਰੀ ਹੈ, ਬਾਕੀ ਡਿਟੇਲ ਇਹਦੀ ਹੌਲੀ ਹੌਲੀ ਸਾਹਮਣੇ ਆਜੂਗੀ, ਆਪਾਂ ਉੱਧਰਲੇ ਪਾਸੇ ਤੁਰਾਂਗੇ। ਮੌਬ ਲਿੰਚਿੰਗ ਵਾਲਾ ਭੀੜ ਜਿਹੜੇ ਕਤਲ ਕਰ ਦਿੰਦੇ ਆ ਕਈ ਵਾਰੀ, ਉੱਧਰਲੇ ਪਾਸੇ ਵੀ ਗੱਲ ਤੁਰੀ ਹੈ, ਆਪਾਂ ਵੀ ਅੱਜ ਚੰਗੇ ਤਰੀਕੇ ਦੇ ਨਾਲ ਇਹਨੂੰ ਖੰਗਾਲ ਲਾਂਗੇ, ਕੁਝ ਐਕਸਪਰਟ ਬੰਦੇ ਨੇ ਉਹਨਾਂ ਦੇ ਨਾਲ ਚਰਚਾ ਕਰ ਲਾਂਗੇ, ਕੱਲ੍ਹ ਫਿਰ ਡਿਟੇਲ 'ਚ ਗੱਲ ਕਰਾਂਗੇ, ਅੱਜ ਸਮੇਂ ਦੀ ਸਮਾਪਤੀ ਹੈ। ਚਲੋ ਚਲੀਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਬਹੁਤ ਜਿਹੜੇ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਵਾਗਤ ਕਰਦੇ ਹਾਂ, ਫੀਡਬੈਕ ਤੁਸੀਂ ਆਪਣੀ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਮਿਸ਼ਨ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।